ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਅਦਾਬ ਵਰਜਮਾਨ ਤੁਹਾਡੀ ਹੋਸਟ ਨੀਲਮ ਗੌਰਤ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆਂ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਿੰਦੀ ਸਟੂਰੀਜ ਮੈਨਾ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਇਸ਼ੂਸ 'ਪੁਰ ਉਹਨਾਂ ਤੋਂ ਅਨਦਾਜ਼ ਤਾਜ਼ੀਆ ਜਾਣਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਗੌਰਤ ਜੀ ਤੁਹਾਨੂੰ ਵੀ ਤਾਂ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 4 ਦੇ 观众 ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਪੜਣਾ ਭਰਾਵਾਂ ਨੂੰ ਅਸਲਾਮੁਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆ ਨੂੰ ਨਮੋ ਨਮੇ ਜੀ ਜੀ ਡਾਕਟਰ ਸਾਹਿਬ ਜੀ ਇਹਨੂੰ ਪ੍ਰੋਗਰਾਮ ਸੱਚੋ ਸੱਚ ਵਚਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 4 ਮਾਰਚ 2024 22 ਫੱਗ ਨਾਨਕਸ਼ਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ 시ਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦਾਸੀ ਵੀਵਰਜ਼ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਰਾ ਦੇਣ ਦਾ ਇੱਕੋ ਇੱਕ ਚੈਨਲ ਟੀਵੀਰੀ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ ਆਰਸ਼ੀਨ ਕੇਬਲ ਵਲਫਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀਰੀ 4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਦੇ ਤੁਸੀਂ ਟੀਵੀਰੀ 4 ਨੂੰ ਦੇਖ ਸਕਦੇ ਹੋ ਵਿਊਅਰਸ ਆ ਜੇ ਤੁਸੀਂ ਟੀਵੀ ਐਡੀ ਫੋਨਾਂ ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁਕ ਰਾਈਂ ਜੁੜੇ ਹੋ ਤਾਂ ਸਾਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਟੋਕ ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ ਐਡੀ ਫੋਰ ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ ਐਡੀ ਫੋਰ ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਸੋ ਵੀਵਰਸ ਪੈਲੇਗਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੇ ਕਰੰਟ ਇਸ਼ੂ ਦੇ حوالے ਨਾਲ ਜਿਹੜੇ ਵੀਕੰਡ ਦੇ حوالے ਨਾਲ ਤੇ ਅੱਜ ਦੀ ਸਪਾਂਸਰਸ਼ਿਪ ਦੇ حوالے ਸੋ ਪਹਿਲਾਂ ਸ਼ੁਰੂਆਤ ਕਰਦੇ ਆ ਆਪਣੇ ਪ੍ਰੋਗਰਾਮ ਤੋਂ ਜਿਹੜੀ ਹੈ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚ-ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟ੍ਰਾਂਟੋ ਤੋਂ ਵੀਰ ਸੰਦੀਪ ਸਿੰਘ ਜਰਾਂ ਵੱਲੋਂ ਸੋ ਇਹਨਾਂ ਨੇ ਪੰਥਕ ਮੁੱਦਿਆਂ ਤੇ ਇੱਕ ਜੁਟ ਇੱਕ ਮੁੱਠ ਹੋਣ ਦੀ ਬੇਨਤੀ ਕੀਤੀ ਹੈ ਔਰ ਘਟੋ ਘਟ ਅਸੀਂ ਕੌਮੀ ਅੰਜੜਾ ਧਰਾਤਲ ਤੇ ਆਕੀ ਇੱਕ ਦੂਜੇ ਦਾ ਵਿਰੋਧ ਨਾ ਕਰੀਏ ਅਤੇ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਈਏ। ઓਰ ਡੋਨੇਟ ਕਰ ਸਕਦੇ ਆ ਤਾਂ ਡੋਨੇਟ ਕਰੀਏ, ਟਾਈਮ ਕੱਟ ਸਕਦੇ ਆ ਐਜ਼ ਏ ਵਲੰਟੀਅਰ ਤਾਂ ਉਹ ਕਰੀਏ। ਆਪਨੇ ਵਿੱਚ ਜਿਹੜੇ ਅਨੁਸਾਰ ਜਿਹੜੇ ਯੋਗਦਾਨ ਪਾਈਏ ਤੇ ਜਿਹੜੇ ਨਾਂ ਪੱਖੀ ਵਿਚਾਰਾਂ ਤੋਂ ਬਚੀਏ, ਇਹੀ ਵੱਡੀ ਗੱਲ ਹੋਵੇਗੀ। ਸੋ ਆਹਦੀ ਸਪਾਂਸਰਸ਼ਿਪ ਲਈ ਅਸੀਂ ਵੀ ਸੰਦੀਪ ਸਿੰਘ ਜਰਾਂ ਦਾ ਤੈਦਲ ਤੋਂ ਧੰਨਵਾਦ ਕਰਦੇ ਆ। ਔਰ ਤੋਂ ਨੌਵੀਂ ਅਪੀਲ ਤੇ ਬੇਨਤੀ ਕਰਦੇ ਆ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਤਵਾਦ ਸਪான்ਸਰ ਕਰੋ ਸਪான்ਸਰਸ਼ਿਪ ਲਈ ਤੁਸਾਂ ਕਾਰਕਾਸ਼ਰੇ ਸਾਡੇ ਫੋਨ ਨੰਬਰ ਤੇ 516619 +9184 ਤੁਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸਨ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਸੋ ਈਵਰਜ਼ ਪਲੇਸ ਸਾਹਮਣੇ ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਸੇਕਰਸਾਨੀ ਤੇ ਭਾਰਤੀ ਸਟੇਟ ਵੱਲੋਂ ਕੀਤੇ ਗਏ ਜ਼ੁਲਮਾਂ ਦੇ ਖਿਲਾਫ ਅਤੇ ਕੌਮੀ ਕਾਰਕਾਲਸਾਂ ਦੀ ਪ੍ਰਾਪਤੀ ਲਈ 64 ਜਸਟਿਸ ਵੱਲੋਂ ਦਿੱਤੀ ਗਈ ਪ੍ਰੋਟੈਸਟ ਕਾਲ ਅਤੇ ਕਾਰਿਆਲੀਆਂ ਡਾਇਸਪੋਰਾ ਵੱਲੋਂ ਪਰ ਮਾ ਜਿਹੜਾ ਹੰਗਾਰਾ ਮਿਲਿਆ ਔਰ ਖਾਲਸਾਨੀ ਝੰਡਿਆਂ ਨਾਲ ਕਾਰਿਆਲੀਆਂ ਜਿਹੜੀਆਂ ਹੋਈਆਂ ਨੇ ਅਤੇ ਭਾਰਤੀ ਕੌਂਸਲੇਟਾਂ ਤੇ ਹਾਈ ਕਮਿਸ਼ਨ ਦੇ ਬਾਰ ਜ਼ੋਰਦਾਰ ਪ੍ਰੋਟੈਸਟ ਵੀ ਹੋਏ ਨੇ ਸੋ ਆਸਟ੍ਰੇਲੀਆ ਦੇ 6 ਵੱਖ-ਵੱਖ ਸ਼ਹਿਰਾਂ ਵਿੱਚ ਰੈਲੀਆਂ ਤੇ ਪ੍ਰੋਟੈਸਟ ਹੋਏ ਨੇ ਔਰ ਖਾਲਸਾਨੀ ਮੂਵਮੈਂਟ ਇਸ ਵੇਲੇ ਇੱਕ ਗਲੋਬਲ ਮੂਵਮੈਂਟ ਪਹੁੰਚ ਚੁੱਕੀ ਹੈ ਸੋ ਕਿਸਾਨਾਂ ਦੀਆਂ ਸਮੱਸਿਆਵਾਂ ਹੀ ਗੁਲਾਮੀ ਦੀ ਬਿਮਾਰੀ ਦਾ ਮੌਕੇ ਲੱਛਨੇ ਸੋ ਇਸ ਬਾਰੇ ਅੱਪਾ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਦੋਸਤਾਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਤ ਸਾਹਿਬ ਕੀ ਵਿਚਾਰ ਹਨ ਅ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਵੀਵਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਵੀਕਐਂਡ ਦੇ ਮੌਕੇ ਜਿਹੜਾ ARY نیوز ਚੈਨਲ ਨਾਲ ਸਾਡਾ ਲਗਭਗ 25 ਮਿੰਟ ਦਾ ਇੱਕ ਸ਼ੋਅ ਸੀ ਐਕਸਕਲੂਸਿਵ ਕਿਸਾਨ ਮੁੱਦੇ ਦੇ ਉੱਤੇ ਫੋਕਸਡ ਸ਼ੱਕ ਸੰਡੇ ਲੇਟ ਆਵਰਸ ਚ ਉਹ ਅਪਲੋਡ ਹੋਇਆ ਜੀ ਲੇਕਨ ਉਸ ਨੂੰ ਕਾਫੀ ਪਰਵਾਹ ਹੰਗਾਰਾ ਮਿਲਿਆ ਬਹੁਤ ਸਾਰੇ ਮੈਸੇजेस ਨੇ ਨਾਈਸ ਕਿਉਂਕਿ ਬਹੁਤ ਵਾਰ ਕਿਸੇ ਇਸ਼ੂ ਦੀ ਚਰਚਾ ਤਾਂ ਚੱਲ ਰਹੀ ਹੁੰਦੀ ਹੈ ਪਰ ਉਹ ਇਸ਼ੂ ਹੈ ਕਿ ਹੂੰ ਉਸ ਦਾ ਪਿਛੋਕੜ ਕੀ ਹੈ ਤੇ ਅਲਟੀਮੇਟਲੀ ਇਹ ਸਾਰੇ ਜਿੰਨੇ ਬਿਮਾਰੀ ਦੇ ਲੱਛਣ ਨੇ ਅਸਲ ਬਿਮਾਰੀ ਕੀ ਹੈ ਆ ਇਸ ਸਾਰੇ ਨੂੰ ਕਨੈਕਟ ਕਰਨਾ ਜਿਹੜਾ ਇਹ ਜ਼ਰੂਰੀ ਹੁੰਦਾ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਸਾਡਾ ਫਰਜ਼ ਹੈ ਕਿ ਜਿੱਥੇ ਅਸੀਂ ਜੋ ਚੈਲੰਜਸ ਨੇ ਸਾਡੇ ਸਾਹਮਣੇ ਉਹਨਾਂ ਦੀ ਅਸੀਂ ਗੱਲ ਕਰਦੇ ਪਰ ਉੱਥੇ ਜਿਹੜਾ ਰੂਟ ਕੌਜ਼ ਹੈ ਜਿਹੜਾ ਸਲੇਵਰੀ ਹੈ ਗੁਲਾਮੀ ਹੈ ਜਿਹੜੀ ਜ਼ਹਿਨियत ਹੈ ਇਹਨਾਂ ਦੀ ਬਦ ਜ਼ਹਿਨियत ਜਿਸ ਤੋਂ ਸਿੱਖ ਵਿਰੋਧੀ ਨੀਤੀਆਂ ਇਹਨਾਂ ਦੀਆਂ ਨਿਕਲੀਆਂ ਨੇ ਪਿਛਲੇ 75 76 ਸਾਲ ਤੋਂ ਜਦੋਂ ਤੱਕ ਤੁਸੀਂ ਇਨ ਟੋਟੋ ਉਦੇ ਵੱਲ ਨਾ ਦੇਖੋਗੇ ਔਰ ਜਿਹੜੀ ਵਿਚਾਰਤਾਰਾ ਵਾਲਿਆਂ ਦੇ ਕੋਲ ਅੱਜ ਪੋਲਿਟিক্যাল ਪਾਵਰ ਹੈ 1925 ਦੇ ਵਿੱਚ ਆਰਐਸਐਸ ਦੀ ਵਿਚਾਰਤਾਰਾ ਜਿਸਦਾ ਆਧਾਰ 나ਜੀ ਜਰਮਨੀ ਦੀ 나ਜੀ ਵਿਚਾਰਤਾਰਾ ਔਰ ਇਟਲੀ ਦੇ ਡਿਕਟੇਟਰ ਉਸਵੇਡੇ ਦੇ ਮਸੋਲਨੀ ਉਸ ਦੀ ਫਾਸ਼ਿਸਟ ਵਿਚਾਰਤਾਰਾ ਦਾ ਕੰਬੀਨੇਸ਼ਨ ਹੈ ਔਰ ਜ਼ਾਹਰ ਹੈ ਕਿ ਨੀਤੀਆਂ ਬ੍ਰਾਹਮਣਵਾਦ ਦੀਆਂ ਜੋ ਸਾਮ-ਦਾਮ ਦੰਡਪੇੜ ਚਾਣਕਿਆ ਦੇ ਨਾਲ ਜਾ ਕੇ ਉਸ ਦੀ ਥਿਊਰੀ ਦੇ ਉੱਤੇ ਯਕੀਨ ਕਰਦਿਆਂ ਨੇ ਸੋ ਇਹ ਜਦੋਂ ਤੱਕ ਤੁਸੀਂ ਰੂਟ ਕੌਜ਼ ਜਾਂ ਜਿਸ ਨੂੰ ਜੜ੍ਹ ਅਸੀਂ ਕਹਿੰਦੇ ਜਦੋਂ ਇਵਨ ਅਸੀਂ ਲਫ਼ਜ਼ ਮੂਲ ਮੰਤਰ ਵੀ ਕਹਿੰਦੇ ਹੁਣ ਬਹੁਤ ਵਾਰੀ ਤਾਂ ਇਹ ਇੱਕ ਟਰਮ ਬਣ ਗਈ ਹੈ ਮੂਲ ਜੜ੍ਹ ਨੂੰ ਕਹਿੰਦੇ ਨੇ ਕਿ ਜੇ ਤੁਸੀਂ ਇਵਨ ਰੋਹਾਨੀਅਤ ਦੇ ਰਸਤੇ ਦੇ ਉੱਤੇ ਤੁਰਨੇ ਤੇ ਜਿਹੜੀ ਜੜ੍ਹ ਹੈ ਉਹ ਵਾਹਿਗੁਰੂ ਦੀ ਹੁੰਦਾ ਉਸ ਦੇ ਉੱਤੇ ਤੁਹਾਡਾ ਜਿਹੜੇ ਮੂਢਲੇ ਪ੍ਰਿੰਸੀਪਲ ਨੇ ਕਿ ਉਹ ਵਾਇਗ੍ਰੂ ਇੱਕ ਹੈ ਉਸ ਦਾ ਕੋਈ ਸ਼ਰੀਕ ਨਹੀਂ ਹੋ ਸਕਦਾ ਕੋਈ ਉਹਦੇ ਬਰਾਬਰ ਨਹੀਂ ਹੈ ਉਹਦਾ ਨਾਮ ਸੱਚਾ ਹੈ ਉਸ ਦੇ ਨਾਲ ਜਿਹੜਾ ਕੋਈ ਹੋਰ ਝੂਠ ਨਹੀਂ ਉਹਦੇ ਨਾਲ ਰੜਦਾ ਉਹ ਕਰਤਾ ਹੈ ਉਹ ਪੁਰਖ ਹੈ ਉਹ ਨਾ ਕਿਸੇ ਤੋਂ ਡਰਦਾ ਹੈ ਨਾ ਕਿਸੇ ਨਾਲ ਵੈਰ ਕਰਦਾ ਹੈ ਉਹ ਕਦੇ ਜਨਮ ਨਹੀਂ ਲੈਂਦਾ ਉਹ ਹਮੇਸ਼ਾ ਆਤਮ ਸੱਚ ਜੁਗਤ ਸੱਚ ਜਿਹੜਾ ਪਾਰਟ ਹੈ ਉਹ ਤਾਂ ਹੈ ਹੀ ਹੈ ਲੇਕਿਨ ਉਹ ਜਿਹੜਾ ਅਜੂਨੀ ਹੈ ਔਰ ਉਹ ਆਪਣੇ ਆਪ ਤੋਂ ਇਲੂਮਿਨਟ ਹੈ ਉਹਨੂੰ ਕੋਈ ਵੀ ਜਿਹੜਾ ਉਸਨੇ ਨਹੀਂ ਥਾਪਿਆ ਹੈ ਉਹ ਆਪੇ ਹੀ ਜਿਹੜਾ ਉਹ ਆਪਣੇ ਆਪ ਤੋਂ ਹੈ ਸੈਲਫ ਇਲੂਮਿਨੇਟਿਡ ਹੈ ਸਵਭੰਗ ਹੈ ਔਰ ਅਲਟੀਮੇਟਲੀ ਇਸ ਦਾ ਦਰਵਾਜ਼ਾ ਇਸ ਦਾ ਰਸਤਾ ਗੁਰੂ ਦੀ ਬਖਸ਼ਿਸ਼ ਤੇ ਨਾਲ ਰਹਿਮਤ ਦੇ ਨਾਲ ਖੁੱਲਦਾ ਉਹ ਪਹਿਲਾਂ ਵੀ ਸੀ ਅੱਜ ਵੀ ਹੈ ਫੇਰ ਵੀ ਹੁਣ ਇਹ ਜਦੋਂ ਅਸੀਂ ਬੇਸ਼ੱਕ ਇਸ ਨੂੰ ਅਸੀਂ ਜੜ ਦੇ ਤੌਰ ਤੇ ਦੇਖਦੇ ਹਾਂ ਬਾਕੀ ਸਾਰੇ ਇੰਟਰਪ੍ਰੀਟੇਸ਼ਨ ਇਸ ਜੜ੍ਹ ਦੀ ਹੁੰਦੀ ਹੈ ਤੇ ਜਦੋਂ ਅਸੀਂ ਜੀਵਨ ਦੇ ਮਨੋਰਥ ਨਾਲ ਵੀ ਜੜ੍ਹ ਨੂੰ ਲੱਭਣਾ ਕਹਿੰਦੇ ਤੇ ਜੜ੍ਹ ਨਾਲ ਜੁੜਨਾ ਹੀ ਅਸਲ ਦੇ ਵਿੱਚ ਜੀਵਨ ਦੀ ਖੁਸ਼ੀ ਦਾ ਮਰਨਾ ਹੈ ਜਦੋਂ ਤੱਕ ਅਸੀਂ ਜੜ੍ਹੇ ਨਾਲੋਂ ਟੁੱਟੇ ਆਂ ਮੂਲ ਨਾਲੋਂ ਟੁੱਟੇ ਆਂ ਉਹ ਹੀ ਜੜ੍ਹ ਜਿਹੜੀ ਹੈ ਉਸ ਚੋਂ ਫੇਰ ਤਣਾ ਬਣਦਾ ਉਸ ਚੋਂ ਟਾਹਣੀਆਂ ਨੇ ਪੱਤੇ ਨੇ ਫੁੱਲ ਨੇ ਫਲ ਨੇ ਪਰ ਅਲਟੀਮੇਟਲੀ ਜੇ ਤੁਸੀਂ ਮੂਲ ਨੂੰ ਫੜਿਆ ਹੋਇਆ ਜੜ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਫੇਰ ਕੋਈ ਚਖੜ ਤੂਫਾਨ ਵੀ ਆਏਗਾ ਕੋਈ ਪੱਤੇ ਉੱਡ ਜਾਣਗੇ ਦਰਖਤ ਡਿੱਗ ਪਏਗਾ ਦੂਜਾ ਉਹਦੀ ਜੜ ਜਿਹੜੀ ਹੈ ਉਹਨੂੰ ਵਾਪਸ ਜਿਹੜੀ ਹੈ ਉਹ ਪੁੰਗਰਾ ਦਿੰਦੀ ਸੋ ਇਸੇ ਤਰ੍ਹਾਂ ਜਵੇਂ ਰੋਹਾਨੀਅਤ ਦਾ ਮੂਲ ਹੈ ਜੇ ਅਸੀਂ ਆਪਣੀ 75 76 ਸਾਲ ਦੀ ਹਿੰਦੂਤਵੀਆਂ ਦੇ ਹੱਥ ਚ ਗੁਲਾਮੀ ਦੀ ਜੜ ਵੱਲ ਨਹੀਂ ਦੇਖਾਂਗੇ ਤਾਂ ਫੇਰ ਇਵੇਂ ਹੀ ਹੈ ਫਿਰ ਤੁਸੀਂ ਇੱਕ ਸਿੰਪਟਮ ਤੋਂ ਦੂਸਰੇ ਸਿੰਪਟਮ ਬਿਸ਼ੱਕ ਇਹ ਜਿਹੜੀ ਰੈਲੀ ਮਾਰਚ 2 ਨੂੰ ਜਸਤੀ ਕਾਲ ਸਿੱਖ ਫਾਰ ਜਸਟਿਸ ਨੇ ਦਿੱਤੀ 글로ਬਲੀ ਇਸ ਦਾ ਇੰਪੈਕਟ ਅਸੀਂ ਦੇਖ ਰਹੇ ਹਾਂ ਇਸ ਤੋਂ ਇਹ ਹੋਪ ਵੀ ਜਗਦੀ ਹੈ ਕਿ ਭਾਈ ਕਿਵੇਂ ਹੁਣ ਇਸ ਵੇਲੇ ਦੁਨੀਆ ਭਰ ਦੇ ਵਿੱਚ ਅਵੇਕਨਿੰਗ ਵੀ ਹੈ ਲਾਮਬੰਦੀ ਵੀ ਹੈ ਔਰ ਸਿੱਖ ਸੰਗਤਾਂ ਬਿਨਾ ਜਿਹੜੇ ਕਿਸੇ ਡਰ ਭੈ ਤੋਂ ਨਿਕਲ ਰਹੀਆਂ ਨੇ ਇਹਦੇ باوجود ਕਿ ਭਾਰਤੀ ਹਾਕਮਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਔਰ ਇਸ ਸਭ ਦੇ ਚਲਦੇ ਇਹ ਵੀ ਇੱਕ ਜ਼ਰੂਰੀ ਹੈ ਸਮਝਣਾ ਕਿ ਅਸੀਂ ਕਦੋਂ ਤੱਕ ਬਿਮਾਰੀ ਦੇ ਲੱਛਣਾਂ ਦੇ ਨਾਲ ਲੜਦੇ ਰਹਾਂਗੇ ਸਿੰਪਟਮਸ ਦੇ ਨਾਲ ਹੁਣ ਜਦੋਂ ਅਸੀਂ ਡਾਇਗਨੋਸਿਸ ਕਹਿੰਦੇ ਆ ਕਿ ਬਿਮਾਰੀ ਦਾ ਇਹ ਨਾਂ ਹੈ ਜਦੋਂ ਤੁਸੀਂ ਨਾਂ ਬਿਮਾਰੀ ਦਾ ਲੈਂਦੇ ਹੋ ਫਿਰ ਤੁਸੀਂ ਉਹਦਾ ਇਲਾਜ ਵੀ ਕਰੋਗੇ ਗੁਰਾਮੀ ਬਿਮਾਰੀ ਦਾ ਨਾਮ ਤਾਂ ਗੁਲਾਮੀ ਹੈ ਹੁਣ ਜਿਹੜੇ ਸਿੰਪਟਮਸ ਨੇ ਅਸੀਂ ਜਦੋਂ ਇਹ ਕਹਿੰਦੇ ਆ ਕਿ ਜੀ ਦੇਖੋ ਕਿਸਾਨਾਂ ਦਾ ਮੋਰਚਾ ਪਹਿਲਾਂ ਉਥੇ ਨਕੀਤੀ ਕਾਨੂੰਨ ਬਣਾਏ ਉਹ ਆਲਮੋਸਟ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ 7-800 ਕਿਸਾਨ ਮਰਵਾ ਕੇ ਵਾਪਸ ਹੋ ਤੈਨ ਕਾਨੂੰਨ ਵਾਪਸ ਹੋਏ ਪਰ ਜੋ ਉਹਨਾਂ ਨੇ ਐਮਐਸਪੀ ਔਰ ਐਫਆਈਆਰ ਵਾਪਸ ਲੈਣ ਜਾਂ ਜਿਹੜਾ ਬਾਕੀ ਮੰਗਾ ਜਿਹੜੀਆਂ ਪੈਨਸ਼ਨ ਸਕੀਮ ਔਰ ਦੂਸਰੀਆਂ ਮੰਨੀਆਂ ਸੀ ਉਹ 2 ਸਾਲ ਬਾਅਦ ਵੀ ਉਹਨਾਂ ਨੇ ਉਹਦੇ ਤੇ ਕੋਈ ਜਿਹੜੀ ਹੈ ਅਮਲ ਦਰਾਮਦ ਨਹੀਂ ਕੀਤਾ ਇਸ ਲਈ ਅਸੀਂ ਫੇਰ ਦਿੱਲੀ ਜਾਣੇ ਹੁਣ ਇਹ ਉਹ ਕਿਸਾਨ ਮੂਵਮੈਂਟ ਦਾ ਬੇਸ ਔਰ ਅਗਲਿਆਂ ਨੇ ਜਵੇਂ ਤੁਹਾਡੇ ਨਾਲ ਖਨੌਰੀ ਬਾਰਡਰ ਤੇ ਔਰ ਸ਼ੰਭੂ ਬਾਰਡਰ ਤੇ ਜਿਸ ਕਿਸਮ ਦਾ ਉਹਨਾਂ ਨੇ ਵਰਤਾਰਾ ਕੀਤਾ ਉਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਭਾਈ ਦੁਨੀਆ ਭਰ ਦੇ ਵਿੱਚ ਉਸ ਦੀ ਕੰਡਮਨੇਸ਼ਨ ਸਿਵਲਾਈਜ਼ ਸੋਸਾਇਟੀ ਵੱਲੋਂ ਵੀ ਹੋਈ ਬ੍ਰਿਟਿਸ਼ ਪਾਰਲੀਮੈਂਟ ਚ ਹੋਈ ਅਮਰੀਕਨ ਕਾਂਗਰਸਮੈਨਾਂ ਨੇ ਆਵਾਜ਼ ਚੁੱਕੀ ਔਰ ਮੈਂ ਦੇਖ ਰਿਹਾ ਸੀ ਵੀ ਅੱਜ ਹੀ ਮਿਸਟਰ ਟ੍ਰੈਂਟ ਜਿਹੜੇ ਕਾਂਗਰਸਮੈਨ ਟ੍ਰੈਂਟ ਫ੍ਰੈਂਕਸ ਇਹ ਸਾਬਕਾ ਕਾਂਗਰਸਮੈਨ ਰਹੇ ਨੇ ਹੁਣ ਇਸ ਵਾਰ ਫੇਰ ਉਹ ਰਨ ਕਰ ਰਹੇ ਨੇ ਅਰੀਜ਼ੋਨਾ ਤੋਂ ਉਹਨਾਂ ਦਾ ਟਵੀਟ ਵੀ ਆ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਯੂਜ਼ਿੰਗ ਟੀਅਰ ਗੈਸ ਬੰਬਸ ਪੈਲਟ ਗਨਸ ਐਂਡ ਗਨ ਫਾਇਰ ਅਗੇਂਸਟ देयर ਓਨ ਹੈਲਪਲੈਸ ਐਂਡ ਅਨਾਰਮਡ ਫਾਰਮਰਸ ਸਪੀਕਸ ਆਫ ਵੀਕਨੈਸ ਔਨ ਇੰਡੀਆ ਕਿ ਇਹ ਦੱਸਦਾ ਹੈ ਵੀ ਭਾਰਤ ਕਿੰਨਾ ਕਮਜ਼ੋਰ ਹੈ ਕਿ ਉਹ ਆਪਣੇ ਹੀ ਕਿਸਾਨਾਂ ਦੇ ਉੱਤੇ ਟੀਅਰ ਗੈਸ ਗੋਮਬ ਇਸਤੇਮਾਲ ਕਰ ਰਿਹਾ ਹੈ ਪੈਲਟ ਗਨਸ ਇਸਤੇਮਾਲ ਕਰ ਰਿਹਾ ਹੈ ਗਨ ਫਾਇਰ ਕਰ ਰਿਹਾ ਹੈ ਹੈਲਪਲੈਸ ਐਂਡ ਅਨਾਰਮਡ ਫਾਰਮਰਸ ਕਿ ਉਹ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਨੇ ਸੋ ਇਹ ਹੁਣ ਆਪਣੇ ਆਪ ਦੇ ਵਿੱਚ ਜਦੋਂ ਦੁਨੀਆ ਚ ਇਸ ਲੈਵਲ ਦੀ ਗੱਲ ਤਰੀ ਹੋਈ ਹੈ ਤੇ ਫਿਰ ਅਸੀਂ ਦੂਸਰੇ ਇਸ਼ੂ ਵੀ ਜਿਹੜੇ ਨੇ ਇਸ ਵੇਲੇ ਜਿੱਥੇ ਵੀ ਪ੍ਰੋਟੈਸਟ ਪੰਜਾਬ ਦੇ ਵਿੱਚ ਤਾਂ ਇਸ ਵੇਲੇ ਤਿੰਨ ਮੋਰਚੇ ਸਾਈਮਲਟੇਨੀਅਸਲੀ ਚੱਲ ਰਹੇ ਨੇ ਇੱਕ ਪਾਸੇ ਜਿਹੜਾ ਸਾਲ ਤੋਂ ਜ਼ਿਆਦਾ ਹੋ ਗਿਆ ਕੌਮੀ ਇਨਸਾਫ ਮੋਰਚਾ ਜਿਹੜਾ ਗੇਨ ਚੰਡੀਗੜ੍ਹ ਦੀਆਂ ਬਰੂਹਾਂ ਤੇ ਹੀ ਹੈ ਮੋਹਾਲੀ ਦੇ ਕਿ ਪਾਈ ਜਿੱਥੇ ਜਿਨ੍ਹਾਂ ਸੰਘਾ ਨੇ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰ ਲਈਆਂ 30 30 ਸਾਲ 32 32 ਸਾਲ 35 35 ਸਾਲ ਹੋ ਗਏ ਨੇ ਉਹਨਾਂ ਨੂੰ ਰਿਲੀਜ਼ ਕੀਤਾ ਜਾਏ ਔਰ ਤੀਸਰਾ ਅਸੀਂ ਦੇਖਦੇ ਹਾਂ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 10 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਕਿ ਭਾਈ ਅਮਰਤਪਾਲ ਸਿੰਘ ਔਰ ਉਹਨਾਂ ਦੇ 9 ਹੋਰ ਸਾਥੀ ਜਿਨ੍ਹਾਂ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਜੋ ਉਹਨਾਂ ਦੇ ਨਾਲ ਅਨਮਨੁੱਖੀ ਵਰਤਾਰਾ ਉਹਨਾਂ ਦੀ ਪ੍ਰਾਈਵੇਸੀ ਨੂੰ ਇਨਕਲੂਡ ਕਰਨ ਦੀ ਕੋਸ਼ਿਸ਼ ਔਰ ਝੂਠੇ ਕੇਸ ਪਾੜ ਲਈ ਉਹਨਾਂ ਦੇ ਉੱਤੇ ਸਪਾਈ ਕੈਮਰੇ ਔਰ ਦੂਸਰੇ ਪਾਣਾ ਔਰ ਉਹਨਾਂ ਦੇ ਇਵਨ ਖੁਰਾਕ ਦੇ ਵਿੱਚ ਮਿਲਾਵਟ ਇਹ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਜਿਹੜਾ ਪੂਰਾ ਇਸ ਦੇ ਉੱਤੇ ਮੋਰਚਾ ਲਾਇਆ ਹੋਇਆ ਹੈ ਭੁੱਖ ਹੜਤਾਲ ਤੇ ਨੇ ਔਰ ਉਹਨਾਂ ਦੀ ਸਪੋਰਟ ਦੇ ਵਿੱਚ ਫਿਰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਮਾਤਾ ਪਿਤਾ ਬਾਕੀਆਂ ਨੇ ਅਰਦਾਸਾਂ ਸੋਧ ਕੇ ਬਾਕੀ ਜਥੇਬੰਦੀਆਂ ਦੇ ਵੀ ਜਿਹੜੇ ਨੇ ਸੱਜਣ ਉਹਨਾਂ ਨਾਲ ਜੁਆਇਨ ਕੀਤਾ ਉਹ ਹੁਣ ਹੈਰੀਟੇਜ ਸਟਰੀਟ 'ਚ ਜਿਹੜਾ ਪਿਛਲੇ 10 ਦਿਨਾਂ ਤੋਂ ਜਿਹੜਾ ਉਹ ਮੋਰਚਾ ਚੱਲ ਰਿਹਾ ਹੈ ਜੀ ਔਰ ਉਸ ਬੇਸ਼ੱਕ ਆਮ ਸਿੱਖ ਸੰਗਤ ਔਰ ਦੂਸਰੀ ਵੀ ਜੁਆਇਨ ਕਰ ਰਹੀ ਹੈ ਅਕਾਲ ਤਖਤ ਦੇ ਜਥੇਦਾਰ ਨੇ ਵੀ ਇਸ ਤੇ ਲਾਈਨ ਲਈ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਵੀ ਗਵਰਨਰ ਨੂੰ ਜਾ ਕੇ ਮਿਲਿਆ ਉਹੀ ਮੰਗ ਪੱਤਰ ਜਿਵੇਂ ਤੁਸੀਂ ਇੱਕ ਕਮਜ਼ੋਰ ਬੰਦਾ ਜਿਹੜਾ ਉਹ ਉਵੇਂ ਹੀ ਹੈ ਜਿਵੇਂ ਉਹ ਮੈਂ ਅਕਸਰ ਜਦੋਂ ਇਹ ਕਹਿੰਦਾ ਵੀ ਕਿਸੇ ਨੂੰ ਕਿਸੇ ਨੇ ਪੁੱਛਿਆ ਕਿ ਵੀ ਜੇ ਤੂੰ ਜੰਗਲ 'ਚ ਜਾ ਰਿਹਾ ਹੋਏ ਤੇ ਤੈਨੂੰ ਸ਼ੇਰ ਮਿਲੇ ਤੇ ਤੂੰ ਕੀ ਕਰੇਗਾ ਉਹ ਕਹਿੰਦਾ ਜੀ ਫਿਰ ਮੈਂ ਕੀ ਕਰਨਾ ਜੋ ਕਰਨਗੇ ਸ਼ੇਰ ਜੀ ਕਰ ਲੈ ਹੁਣ ਹਾਲਤ ਇਸ ਵੇਲੇ ਬਿਲਕੁਲ ਇਹ ਹੋਈ ਹੋਈ ਹੈ ਕਿ ਭਾਈ ਤੁਸੀਂ ਉਹਨਾਂ ਦੇ ਆਪਣੇ ਕਾਨੂੰਨ ਦਾ ਸਹਾਰਾ ਲਾਇਆ ਕਿ ਪਟੀਸ਼ਨਾਂ ਕਰੀ ਜਾਓ ਕੋਰਟਾਂ ਚ ਅਦਾਲਤਾਂ ਬਿਲਕੁਲ ਹਿੰਦੂ ਤੋਂ ਵੀ ਰੰਗ ਦੇ ਚ ਨੇ ਮੀਡੀਆ ਜਿਹੜਾ ਖੰਭਾਂ ਦੀਆਂ ਡਾਰਾਂ ਬਣਾਉਣ ਦਾ ਮਾਰ ਹੈ ਉਹ ਤੁਹਾਡੇ ਜੈਨਿਊਨ ਕੇਸ ਨੂੰ ਵੀ ਕੋਈ ਦੋ ਕਾਲਮ ਦੀ ਖਬਰ ਦੇਣ ਨੂੰ ਤਿਆਰ ਨਹੀਂ ਹੈ ਫਿਰ ਜਿਹੜੀਆਂ ਸਟੇਟ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਆਪਣੇ ਫਿਰ ਧਾਰਮਿਕ ਘਾਰਿਆਂ ਵੱਲ ਦੇਖਦੇ ਹੋ ਅਕਾਲ ਤਖਤ ਹੈ ਸ਼੍ਰੋਮਣੀ ਕਮੇਟੀ ਹੈ ਉਹ ਆਲਰੇਡੀ ਬਾਦਲ ਟੱਬਰ ਤੇ ਕਾਲ ਡੀਕਦਾ ਹਮਿਤ ਸ਼ਾਹ ਦੀ ਜੀ ਕਿ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ-ਪਹਿਲਾਂ ਜਿਹੜਾ ਉਹ ਸਾਨੂੰ ਕਿੰਨੀਆਂ 2-3 ਸੀਟਾਂ ਪੰਜਾਬ ਚੋਂ ਛੱਡ ਦਿੰਦੇ ਨੇ ਔਰ ਬਾਕੀਆਂ ਤੇ ਕੀ ਹੁੰਦਾ ਹੈ ਕੀ ਇਹਨੇ ਅਸੀਂ ਉਹਨਾਂ ਨੂੰ ਇਸ ਲਈ ਤੁਸੀਂ ਦੇਖੋਗੇ ਕਿ ਉਹ ਅਕਾਲੀ ਪਾਰਟੀ ਜਿਹਦਾ ਆਧਾਰ ਪੰਜਾਬ ਦੇ ਵਿੱਚ ਅਕਾਲੀ ਦਾ ਮਤਲਬ ਹੀ ਮੋਰਚਾ ਸੀ ਹਮ ਔਰ ਇਹ ਅਕਸਰ ਮਸ਼ਹੂਰ ਸੀ ਕਿ ਵੀ ਜੋਈ ਕੋਈ ਮੋਰਚਾ ਫਤਾ ਹੁੰਦਾ ਸੀ ਵਾਪਸ ਮੋੜ ਰਿਆ ਹੁੰਦੇ ਸੀ ਤੇ ਉਹ ਜਦੋਂ ਵਾਪਸ ਆ ਕੇ 2-4 ਦਿਨ ਗੁਜ਼ਰਦੇ ਸੀ ਔਰ ਫਿਰ ਪੁੱਛਦਾ ਸੀ ਉਹਨਾਂ ਨੂੰ ਦੂਜੇ ਪਿੰਡ ਵਾਲੇ ਕਿ ਸਿੰਘ ਜੀ ਹੁਣ ਕਦੋਂ ਜਾਣਾ ਮੋਰਚੇ 'ਚ ਕਹਿੰਦੇ ਬਸ ਠੀਕ ਰਹੇ ਆ ਕਦੋਂ ਕਾਰ ਆਉਂਦੀ ਐ ਨਹੀਂ ਉਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਵੀ ਉਹ ਕਿਸ਼ਹਰਾ ਪਰਨਾ ਮੋਢੇ ਤੇ ਹੀ ਰੱਖਦੇ ਨੇ ਮੋਢੇ ਤੇ ਰੱਖਦੇ ਆ ਮਤਲਬ ਇਹ ਸੀ ਕਿ ਵੀ ਉਹ ਐਜੀਟੇਸ਼ਨਲ ਸਪਿਰਿਟ ਮੋਰਚਾ ਲਫ਼ਜ਼ ਹੀ ਅਦਰਵਾਈਜ਼ ਤਾਂ ਮੋਰਚਾ ਟ੍ਰੈਂਚ ਨੂੰ ਕਹਿੰਦੇ ਨੇ ਜੇ ਪੋਲੀਟੀਕਲ ਈਡੀਐਮ ਦੇ ਵਿੱਚ ਕਿਸੇ ਜਿਵੇਂ ਸ਼ਹੀਦ ਲਫ਼ਜ਼ ਬੇਸ਼ੱਕ ਅਰਬੀ ਦਾ ਹੈ ਬੇਸ਼ੱਕ ਉਹਦੀ ਜਿਹੜੀ ਬੇਸਿਕ ਕਨੋਟੇਸ਼ਨ ਸੀ ਉਹ ਇਸਲਾਮਿਕ ਸੀ ਪਰ ਜਿਵੇਂ ਸਿੱਖਾਂ ਨੇ ਸ਼ਹੀਦੀਆਂ ਦਾ ਜਿਹੜਾ ਉਹ ਉਮਬਾਰ ਲਾਇਆ ਜਾਂ ਸ਼ਹੀਦੀਆਂ ਦੇ ਰਾਹ ਤੇ ਉਹ ਕਿਵੇਂ ਚਾਹ ਦੇ ਨਾਲ ਤੁਰੇ ਇਹ ਉਹ ਲੱਗਦਾ ਵੀ ਸ਼ਹੀਦ ਲਫ਼ਜ਼ ਘੜਿਆਈ ਸਿੱਖਾਂ ਨੇ ਹੋਏ ਔਰ ਸਿੱਖੀ ਦੀਆਂ ਵੈਲਿਊਜ਼ ਦੇ ਲਈ ਉਹ ਸ਼ਹੀਦ ਲਫ਼ਜ਼ ਹੋਏ ਇਸੇ ਤਰ੍ਹਾਂ ਜੇ ਅਸੀਂ ਮੋਰਚਾ ਲਫ਼ਜ਼ ਕਹਿਣਾ ਹੋਏ ਭਾਵੇਂ ਉਹਨੂੰ ਟ੍ਰੈਂਚ ਕਹਿੰਦੇ ਪਰ ਪੋਲਿਟੀਕਲ ਈਡੀਅਮ ਦੇ ਵਿੱਚ ਮੋਰਚਾ ਲਫ਼ਜ਼ ਔਰ ਸਿੱਖ ਲਫ਼ਜ਼ ਸਿਨੋਨਿਮਸ ਸੀ ਔਰ ਜ਼ਾਰ ਹੈ ਅਕਾਲੀ ਪਾਰਟੀ ਜਿਹੜੀ 1920ਵਿਆਂ 'ਚ ਹੋਣ ਚਾਈ ਉਹਦੇ ਨਾਲ ਜੁੜਿਆ ਹੋਇਆ ਹੈ ਪਾਰਟੀ ਪਰ ਤੁਸੀਂ ਅੱਜ ਦੇਖੋ ਕਿ ਕਿਸ ਹੱਦ ਤੱਕ ਜਦੋਂ ਇੱਕ ਤਾਕਤ ਦੀ ਔਰ ਧਨ ਦੀ ਹਵਸ ਬੰਦੇ ਨੂੰ ਕਿਸ ਕਦਰ ਜਿਹੜੀ ਹੈ ਡੋਬ ਦਿੰਦੇ ਇਸ ਬਾਦਲ ਟੱਬਰ ਦਾ ਬੇੜਾ ਗਰਕ ਜਿਨ੍ਹਾਂ ਨੇ ਮਢਲੇ ਤੌਰ ਦੇ ਉੱਤੇ ਜਿਹੜਾ ਉਹ ਸਾਰੇ ਹੀ ਕਾਨਸੈਪਟ ਨੂੰ ਜਿੱਥੇ ਇਹਨਾਂ ਨੇ ਸਿੱਖਾਂ ਦੀ ਪਾਰਟੀ ਅਕਾਲੀ ਪਾਰਟੀ ਨੂੰ ਸੋ ਕਾਲਡ ਪੰਜਾਬੀ ਪਾਰਟੀ 1996-97 ਮੋਗੇ ਚ ਐਲਾਨ ਕੇ ਉਹ ਸਾਰੇ ਤੋਂ ਕਿਨਾਰਾ ਕੀਤਾ ਉੱਥੇ ਅਸੀਂ ਨਾਲ ਦੀ ਨਾਲ ਦੇਖਦੇ ਆ ਕਿ ਕਿਵੇਂ ਇਹਨਾਂ ਨੇ ਅੱਜ ਸੀਰੀਅਸ ਜੇ ਕਿਸਾਨ ਇਸ਼ੂ ਹੈ ਔਰ ਅਕਾਲੀ ਦਲ ਦਾ ਅੱਗੋਂ ਬੇਸ ਪਿੰਡਾਂ ਦੇ ਵਿੱਚ ਸੀ ਜਦੋਂ ਇਹਨਾਂ ਨੇ ਜਨ ਸੰਗ ਨਾਲ ਵੀ ਸਮਝੌਤਾ ਕੀਤਾ ਉਦੋਂ ਕਿਹਾ ਜਾਂਦਾ ਸੀ ਜੀ ਕਿਉਂਕਿ ਉਹਦੇ ਨਾਲ ਉਹਨਾਂ ਦੇ ਪੋਲਿਟਿਕਲ ਵੋਟ ਬੈਂਕ ਨੂੰ ਫਰਕ ਨਹੀਂ ਪੈਂਦਾ ਕਿ ਪਿੰਡੂ ਸਿੱਖ ਅਕਾਲੀ ਹੈ ਤੇ ਜਿਹੜਾ ਸ਼ਹਿਰੀ ਹਿੰਦੂ ਹੈ ਉਹ ਜਨਸੰਗੀ ਹੈ ਤਾਂ ਉਹਨਾਂ ਨੇ ਦੇਣਾ ਹੀ ਹੈ ਪਰ ਇਹਨਾਂ ਨੇ ਆਪਣਾ ਬਿਲਕੁਲ ਬੇਸ ਰੋਡ ਕੀਤਾ ਜ ਕਿਸਾਨਾਂ ਦੀ ਮੂਡ ਸਵਾਏ ਦੋ ਚਾਰ ਜ਼ੁਬਾਨੀ ਕਲਾਮੀ ਬਿਆਨਾਂ ਦੇ ਕੋਈ ਐਕਟੀਵਿਟੀ ਨਹੀਂ ਇਸੇ ਤਰ੍ਹਾਂ ਬੰਦੀ ਸਿੰਘਾਂ ਦਾ ਮੁੱਦਾ ਔਰ ਇਹਦੇ باوجود ਕਿ ਅਕਾਲ ਤਖਤ ਦੇ ਜਥੇਦਾਰ ਨੇ ਅਪੀਲ ਵੀ ਕੀਤੀ ਧਮਕੀ ਵੀ ਦਿੱਤੀ ਦੂਜਾ ਵਪਾਰਸੀ ਕੋਈ ਇਸ ਕਿਸਮ ਦਾ ਨਹੀਂ ਦੇਖ ਰਿਹਾ ਸਾਲ ਤੋਂ ਜ਼ਿਆਦਾ ਕੌਮ ਇਨਸਾਫ ਮੋਰਚੇ ਵਾਲਿਆਂ ਨੂੰ ਚੰਡੀਗੜ੍ਹ ਬੈਠਿਆਂ ਹੋ ਗਿਆ ਮੋਹਾਲੀ ਔਰ ਹੁਣ ਦੋ ਹਫਤੇ ਜਿਹੜੇ ਨੇ ਉਹ ਭਾਈ ਅਮਰਿਤਪਾਲ ਸਿੰਘ ਰਾਂ ਦਾ ਪਰਿਵਾਰ ਮਾਤਾਵਾਂ ਔਰ ਕਿਵੇਂ ਕਿਸ ਹਾਲ ਚੋ ਬੈਠੇ ਹੋਏ ਨੇ ਜੀ ਸੋ ਇਹ ਸਾਰੇ ਜਿਹੜੇ ਟ੍ਰੇਟ ਨੇ ਗੁਲਾਮੀ ਦੇ ਇਹਨਾਂ ਦੇ ਚਲਦੇ ਆ ਜਦੋਂ ਡਾਇਸਪੋਰਸ ਸਿੱਖ ਖਲੋਂਦੇ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਬੇਸ਼ੱਕ ਜਦੋਂ ਕਿਸਾਨਾਂ ਦੀ ਮੰਗ ਭਾਵੇਂ ਉਹ ਐਮਐਸਪੀ ਹੈ ਦੂਜੀ ਹੈ ਉਹਦੀ ਵੀ ਗੱਲ ਕਰਦੇ ਆ ਮੀਡੀਆ ਸਾਨੂੰ ਕਹਿਣਾ ਪੈਂਦਾ ਜੀ ਆਹ ਸਾਡੇ ਨਾਲ ਇਹ ਹੋਇਆ ਪਰ ਇਨ आवर ਹਾਰਟ ਆਫ ਹਾਰਟਸ ਸਾਨੂੰ ਪਤਾ ਹੈ ਵੀ ਇਹ ਤਾਂ ਇੱਕ ਬਿਮਾਰੀ ਦਾ ਲੱਛਣ ਹੈ ਔਰ ਇਸ ਲਈ ਜਦੋਂ ਡਾਇਸਪੋਰਾ ਸਿੱਖ ਨਿਕਲਦਾ ਬਾਹਰ ਔਰ ਉਹ ਨਿਕਲਿਆ ਹੈ ਦੋ ਵਾਰ ਚੋਂ ਉਹ ਖਾਲਸਤਾਨ ਦੇ ਝੰਡੇ ਨੇ ਮੈਸੇਜ ਬੜਾ ਕਲੀਅਰ ਹੈ ਕਿ ਭਾਈ ਕੌਮ ਕਿਸ ਪਾਸੇ ਵੱਲ ਜਾ ਰਹੀ ਹੈ ਔਰ ਜਿਵੇਂ ਸਾਡੇ ਵੀਰ ਸੰਦੀਪ ਸਿੰਘ ਟ੍ਰਾਂਟੋ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪான்ਸਰ ਕੀਤਾ ਉਹਨਾਂ ਦਾ ਮੈਸੇਜ ਵੀ ਇਹੀ ਹੈ ਕਲੀਅਰ ਕਿ ਭਾਈ ਅਲਟੀਮੇਟਲੀ ਫੋਕਸ ਕਰੀਏ ਬਾਕੀ ਆਪਣੀ એનર્ਜੀ ਕਿਸੇ ਹੋਰ ਪਾਸੇ ਨਾ ਲਾਈਏ ਹਮਮ ਔਰ ਆਪਣੇ ਫੋਕਸ ਦੇ ਉੱਤੇ ਜੋ ਸਾਡੀ ਅਲਟੀਮੇਟ ਸਾਡਾ ਨਿਸ਼ਾਨਾ ਹੈ ਉਸ ਦੇ ਲਈ ਜੋ ਜੋ ਵੀ ਕੋਈ ਕਰ ਸਕਦਾ ਹੈ ਕੋਈ ਵਕਤ ਦੇ ਸਕਦਾ ਹੈ ਕੋਈ ਫਾਈਨੈਂਸ਼ੀਅਲੀ ਸਪੋਰਟ ਕਰ ਸਕਦਾ ਹੈ ਜਿਵੇਂ ਮੈਂ ਕਹਿੰਦਾ ਵੀ ਉਹ ਵੀ ਜਿਵੇਂ ਜਿਹੜਾ ਦੋ ਵੇਲੇ ਅਰਦਾਸ ਕਰਦਾ ਹੈ ਉਹ ਵੀ ਸਾਡਾ ਇਸ ਰਸਤੇ ਦਾ ਪਾੰਦੀ ਹੈ ਔਰ ਇਹ ਬੜਾ ਕਾਮਯਾਬ 2 ਮਾਰਚ ਦਾ ਪਾਰਟ ਰਿਹਾ ਹਾਲਾਂ ਇਦੀ ਕੰਟੀਨਿਊਟੀ ਦੇ ਵਿੱਚ ਅਸੀਂ ਦੇਖਦੇ ਆ ਕਿ 9 ਮਾਰਚ ਦੀ ਕਾਲ ਵੀ ਜਿਵੇਂ ਈਸਟ ਕੋਸਟ ਸਿ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਮੁੱਚੇ ਗੁਰਦੁਆਰਿਆਂ ਦੇ ਸਹਿਯੋਗ ਨਾਲ ਹੋਣ ਦੇ ਸੈਚਰਡੇ ਨਿਊਯਾਰਕ ਚ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਰੈਲੀ ਹੈ ਇਸੇ ਤਰ੍ਹਾਂ ਮੈਂ ਕੈਲੀਫੋਰਨੀਆ ਦੀ ਵੀ ਦੇਖ ਰਿਹਾ ਕਿ ਸਟਾਕਟਨ ਜਿੱਥੇ ਸਾਰੇ ਗੁਰਦੁਆਰੇ ਸਭਾਂ ਇਕੱਠੇ ਹੋਏ ਉਹਨਾਂ ਨੇ ਵੀ 9 ਮਾਰਚ ਦੀ ਰੈਲੀ ਦਾ ਜਿਹੜਾ ਸਾਰੇ ਪਾਸਿਓ ਇਸ ਦੀ ਗੱਲ ਹੈ ਪਰ ਅਸੀਂ 2 ਮਾਰਚ ਦੀ ਰੈਲੀ ਦੀ ਗੱਲ ਕਰਦੇ ਹਾਂ ਜੀ ਕਾਰ ਰੈਲੀਆਂ ਹਰਥਾਂ ਹੋਈਆਂ ਸੈਨ ਫਰਾਂਸਿਸਕੋ ਔਰ ਜਦੋਂ ਅਮਰੀਕਾ ਚ ਤਾਂ ਹੈ ਹੀ ਹੈ ਵਾਸ਼ਿੰਗਟਨ ਡੀਸੀ ਜਿਸ ਦਾ ਬੀਤੇ ਸੈਚਰਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਰਾਂ ਔਰ ਉਸ ਦਿਨ ਆਫਿਰ ਜਿਹੜਾ ਇੰਡੀਅਨ ਐਮਬੈਸੀ ਦੇ ਬਾਹਰ ਆ ਕੇ ਗੈਦਰਿੰਗ ਦਰਸ਼ਕ ਨਾਲ ਦੀ ਨਾਲ ਉਹਨਾਂ ਪਿਕਚਰਜ਼ ਨੂੰ ਵੀ ਦੇਖ ਰਹੇ ਹੋਣਗੇ ਵੈਂਕੂਵਰ ਦੇ ਵਿੱਚ ਜਿਹੜਾ ਪਿਛਲੇ ਦਿਨ ਅਜਿੱਥੇ ਕਿ ਇੰਡੀਅਨ ਹਾਈ ਕਮਿਸ਼ਨਰ ਨੇ ਆ ਕੇ ਕਿਸੇ ਟ੍ਰੇਡ ਦੇ ਸਬੰਧੀ ਕੋਈ ਬਿਜ਼ਨਸ ਚੈਂਬਰ ਵਾਲਿਆਂ ਨਾਲ ਗੱਲ ਕਰਨੀ ਸੀ ਉੱਥੇ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਸਿੱਖ ਨੌਜਵਾਨ ਪਹੁੰਚੇ ਔਰ ਇਵਨ ਹਿੰਦੁਸਤਾਨ ਟਾਈਮਜ਼ ਦੀ ਨਿਊਜ਼ ਸੀ ਉਹਨੇ ਓਵਰ 500 ਕਿਹਾ ਸੋ ਮੈਂ ਸਮਝਦਾ ਹਾਂ ਕਿ ਉਸ ਸ਼ਹਿਰ ਜਾਂ ਉਸ ਖਿੱਤੇ ਜਿੱਥੇ ਇਹਨਾਂ ਨੇ ਪਾਈ ਹਰਦੀਪ ਸਿੰਘ ਨਿਜਰ ਦਾ ਮਰਡਰ ਕੀਤਾ ਇੱਕ ਖੌਫ ਪੈਦਾ ਕੀਤਾ ਇਸ ਲੈਵਲ ਦੀ ਰੈਜ਼ੀਲੀਐਂਸ ਔਰ ਸਾਰੇ ਦਰਵਾਜ਼ੇ ਜਿੱਥੋਂ ਦੇ ਉਹਨੇ ਜਾਣਾ ਸੀ ਉਹ ਬੰਦ ਸੀ ਹਾਈ ਕਮਿਸ਼ਨਰ ਦੇ ਉਹਨੂੰ ਪਤਾ ਨਹੀਂ ਕਿੱਥੋਂ ਦੀ ਲੈ ਕੇ ਆਏ ਔਰ ਉਹਦਾ ਬਿਲਕੁਲ ਜਿਹੜਾ ਉਹ ਸ਼ਕਰੋਦੀ ਦੇਖਣ ਵਾਲੀ ਸੀ ਸੋ ਕੁੱਲ ਮਿਲਾ ਕੇ ਜਿਹੜਾ ਜਿੱਥੇ ਜਿੱਥੇ ਵੀ ਔਰ ਯੂਰਪ ਦੇ ਹਰ ਮੁਲਕ ਦੇ ਵਿੱਚ ਇਹ ਰੈਲੀਆਂ ਬਹੁਤ ਸਾਰੀਆਂ ਪਿਕਚਰਸ ਸੋਸ਼ਲ ਮੀਡੀਆ ਤੇ ਆਲਰੇਡੀ ਨੇ ਔਰ ਅਸੀਂ ਉਹਨਾਂ ਸਾਰਿਆਂ ਨੂੰ ਵੀ ਮੁਬਾਰਕਬਾਦ ਦਿੰਦੇ ਆ ਕਿ ਭਾਈ ਉਹਨਾਂ ਨੇ ਇਸ ਕਾਲ ਨੂੰ ਸਰਾਇਆ ਔਰ ਇਸ ਦੇ ਉੱਤੇ ਅਮਲ ਦਰ آمد ਕੀਤਾ ਕਿਉਂਕਿ ਇਹ ਜਿਹੜੀ ਡਾਇਸਪੋਰੀ ਡਾਇਸਪੋਰਾ ਸਿੱਖਾਂ ਦੀ ਤਾਕਤ ਹੈ ਔਰ ਮੈਂ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਬਲਵਿੰਦਰਪਾਲ ਕੌਰ ਉਹਨਾਂ ਦਾ ਵੀ ਮੈਂ ਦੇਖ ਰਿਹਾ ਸੀ ਉਹਨਾਂ ਦੀ ਅਪੀਲ ਮੇਰੀਆਂ ਅੱਖਾਂ 'ਚੋਂ ਵੀ ਆਇਆ ਕਿ ਜਦੋਂ ਮਾਵਾਂ ਹੱਥ ਜੋੜ ਕੇ ਕਹਿ ਰਹੀਆਂ ਹੁਣ ਔਰ ਉਹ ਵੀ ਬਾਹਰਲੇ ਸਿੱਖਾਂ ਨੂੰ ਅਪੀਲ ਕਰ ਰਹੇ ਨੇ ਕਿ ਭਾਈ ਤੁਸੀਂ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਜਾਣੂਆਂ ਨੂੰ ਪਿੰਡਾਂ ਦੇ ਵਿੱਚ ਕਾਲ ਕਰਕੇ ਕਹੋ ਕਿ ਮੋਰਚੇ 'ਚ ਆਉਣ ਉਹਨਾਂ ਨੇ ਕਿਉਂ ਇਕੱਠ ਨਹੀਂ ਹੋ ਰਿਹਾ ਜਿੰਨਾ ਹੋਣਾ ਚਾਹੀਦਾ ਹੈ ਕਿਉਂਕਿ ਆਪਣੇ ਵੀ ਉੱਥੇ ਸਮਝਦੇ ਨੇ ਕਿ ਵੀ ਤਾਕਤ ਜਿਹੜੀ ਹੈ ਇਸ ਵੇਲੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ 5 ਮਿਲੀਅਨ ਸਿੱਖ ਡਾਇਸਪੋਰਾ ਗੇਮ ਚੇਂਜਰ ਹੈ ਦੁਸ਼ਮਨ ਵੀ ਇਹਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਇਸ ਲਈ ਜੇ ਉਹਨਾਂ ਨੇ ਟਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਥੱਲੇ ਜਿਹੜਾ ਉਹ ਕਿਲਿੰਗ ਸਪਰੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਸੀ ਕਿ ਬਾਹਰਲੀ ਆਵਾਜ਼ ਨੂੰ ਬੰਦ ਕਰਵਾ ਦਿਓ ਸੋ ਇਸ ਸਭ ਦੇ ਚੱਲਦੇ ਆ ਇਹ ਬਹੁਤ ਇੰਪੋਰਟੈਂਟ ਸੀ ਕਿ ਇਸ ਕਾਰ ਰੈਲੀ ਨੂੰ ਪਰਵਾ ਹੰਗਾਰਾ ਮਿਲਦਾ ਜਿਹੜਾ ਮਿਲਿਆ ਅਸੀਂ ਅਮਰੀਕਾ ਕੈਨੇਡਾ ਜਾਂ ਦੂਸਰੇ ਦੀ ਗੱਲ ਕਰਦੇ ਆਂ ਇਸ ਗੱਲ ਦੀ ਹੋਰ ਵੀ ਖੁਸ਼ੀ ਹੈ ਜੇ ਇਹ ਕਹਿਣਾ ਹੋਵੇ ਕਿ ਬਾਜ਼ੀ ਆਸਟ੍ਰੇਲੀਆ ਵਾਲੇ ਲੈ ਗਏ ਤਾਂ ਇਹ ਗੱਲ ਗਲਤ ਨਹੀਂ ਹੋਏਗੀ ਕਿਉਂਕਿ ਇੱਥੇ ਤਾਂ ਚਲੋ ਚੱਲਦਾ ਹੀ ਹੈ ਜਦੋਂ ਵੀ ਰੁਟੀਨ ਦੇ ਵਿੱਚ ਵੀ 26 ਜਨਵਰੀ 15 ਅਗਸਤ 10 ਦਸੰਬਰ ਹਿਊਮਨ ਰਾਈਟਸ ਡੇ ਪ੍ਰੋਟੈਸਟ ਹੁੰਦੇ ਨੇ ਕੋਈ ਆ ਜਾਏ ਮੌਕੇ ਦੇ ਉੱਤੇ ਕਾਬੂ ਉਹਦੇ ਤੇ ਵੀ ਹੁੰਦੇ ਨੇ ਪਰ ਜਿਵੇਂ ਆਸਟ੍ਰੇਲੀਆ ਦੇ ਵਿੱਚ ਸਟਰੋਂਗ ਖਾਲਸਤਾਨੀ ਬੇਸ ਬਣਿਆ ਹੈ ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਟੀਵੀ 84 ਨੇ ਵੀ ਉਸ ਦੇ ਵਿੱਚ ਇੱਕ ਨਮਾਣਾ ਜਿਹਾ ਰੋਲ ਅਦਾ ਕੀਤਾ ਹੈ ਔਰ ਸਾਡੇ ਜਿਹੜੀ ਵੀ ਐਕਟੀਵਿਟੀ ਉੱਥੇ ਹੁੰਦੀ ਹੈ ਬਹੁਤ ਸਾਰੇ ਵੀ ਰੀਚ ਆਊਟ ਕਰਦੇ ਨੇ ਉਹ ਸਮਝਦੇ ਨੇ ਕਿ ਟੀਵੀ 84 ਇੱਕ ਉਹ ਮਾਧਿਅਮ ਹੈ ਜਿਹਦੇ ਰਾਹੀਂ ਗੱਲ ਚਾਰ ਚਫੇਰੇ ਪਹੁੰਚਦੀ ਹੈ ਔਰ 6 ਵੱਡੇ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਰਾਜਧਾਨੀ ਕੈਨਬਰਾ ਵੀ ਹੈ ਉਸ ਦੇ ਵਿੱਚ ਰੈਲੀਆਂ ਵੀ ਹੋਈਆਂ ਪ੍ਰੋਟੈਸਟ ਔਰ ਫੇਅਰ ਗੇਦਰਿੰਗਸ ਵੀ ਹੋਈਆਂ ਜਦੋਂ ਤੁਸੀਂ ਖਾਰ ਰੈਲੀ ਤਾਂ ਮੂਵ ਮੂਵਮੈਂਟ ਹੁੰਦੀ ਹੈ ਕਿ ਤੁਸੀਂ ਮੂਵ ਕੀਤਾ ਔਰ ਜਿੱਥੇ ਤੁਸੀਂ ਫੇਰ ਰੈਲੀ ਹੋਏ ਇਕੱਠੇ ਹੋਏ ਐਡਰੈਸ ਕੀਤਾ ਸੋ ਉਹਨਾਂ ਛਿਆਂ ਦੇ ਵਿੱਚ ਤਿੰਨ ਤਾਂ ਪ੍ਰੋਮਿਨੈਂਟ ਹੋ ਹੀ ਜਿੱਥੇ ਕਿ ਪ੍ਰੋਮਿਨੈਂਟਲੀ ਜਿਹੜੀਆਂ ਨੇ ਖਾਲਸਤਾਨ ਰੈਫਰੰਡਮ ਦੀਆਂ ਵੋਟਾਂ ਵੀ ਉਹ ਜ਼ੋਰ ਸ਼ੋਰ ਦੇ ਨਾਲ ਉਹ ਮੈਲਬਰਨ ਸਿਡਨੀ ਬ੍ਰਿਸਬੇਨ ਪਰ ਇਸ ਵਾਰ ਅਸੀਂ ਦੇਖਦੇ ਹਾਂ ਕਿ ਐਡੀਲੇਡ ਸ਼ਹਿਰ ਜਿੱਥੇ ਸਾਡੇ ਵੀਰ ਅਜੀਤ ਸਿੰਘ ਜਿਹੜੇ ਪੁਰਾਣੇ ਜਦੋਂ ਫੈਡਰੇਸ਼ਨ ਦੀ ਅਸੀਂ ਗੱਲ ਕਰਦੇ ਆ ਉਸ ਦੇ ਥੰਮ ਨੇ ਉਸ ਸ਼ਹਿਰ ਚ ਰਹਿੰਦੇ ਨੇ ਔਰ ਪਰਥ ਜਿਹੜਾ ਇੱਕ ਸੈਂਟਰ ਦੇ ਤੌਰ ਤੇ ਉਭਰਿਆ ਔਰ ਇਸ ਦੇ ਨਾਲ ਨਾਲ ਜਿਹੜਾ ਬ੍ਰਿਸਬੇਨ ਦਾ ਮੈਂ ਜ਼ਿਕਰ ਕੀਤਾ ਮੈਲਬਰਨ ਸਿਡਨੀ ਕੈਨਬਰਾ ਔਰ ਬ੍ਰਿਸਬੇਨ ਐਡੀਲੇਡ ਔਰ ਪਰਥ ਸੋ ਇਹ 6 ਥਾਵਾਂ ਦੇ ਉੱਤੇ ਔਰ ਦਰਸ਼ਕ ਜਿਹੜੇ ਨੇ ਸਿਸਟਮੈਟਿਕਲੀ ਉਹਨਾਂ ਨੇ ਦੇਖਿਆ ਹੋਵੇਗਾ ਵੀ ਕਿੱਥੇ ਕਿੱਥੇ ਕਿਸੋ ਚਾਹ ਦੇ ਨਾਲ ਸਿੱਖ ਸੰਗਤਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਜੀ ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕਾਇਮ ਹੋਇਆ ਕਿਉਂਕਿ ਐਡੀਲੇਡ ਚ ਬੜੀ ਦੇਰ ਬਾਅਦ ਕੋਈ ਐਕਟੀਵਿਟੀ ਸੁਣਨ ਨੂੰ ਮਿਲੀ ਹੈ ਫੈਡਰੇਸ਼ਨ ਡੇਜ਼ ਦੇ ਵਿੱਚ ਕੁਆਇਟ ਸਾਡਾ ਉੱਥੇ ਸੀ ਐਕਟਿਵ ਬੇਸ ਹੁਣ ਫਿਰ ਉਹ ਪਰਥ ਹੋਏ ਐਡੀਲੇਡ ਹੋਏ ਬ੍ਰਿਸਬੇਨ ਹੋਏ ਮੈਲਬਰਨ ਹੋਏ ਕੈਨਬਰਾ ਹੋਏ ਸਿਡਨੀ ਹੋਏ ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ ਸਾਨੂੰ ਇਸ ਬਾਰੇ ਪ੍ਰੈਸ ਰਿਲੀਜ਼ ਵੀ ਭੇਜੀ ਹੈ ਕਿ ਭਾਈ ਕਿੱਥੇ ਕਿੱਥੇ ਇਹ ਸਾਰਾ ਹੋਇਆ ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜਾ ਸਿੱਖ ਕੌਮ ਦਾ ਆਸਟ੍ਰੇਲੀਆ ਚ ਸੋਲੀਡੈਰਿਟੀ ਦਾ ਵਿਖਾਵਾ ਸੀ ਜਿੱਥੇ ਕਿਸਾਨਾਂ ਦੇ ਨਾਲ ਜੀ ਉੱਥੇ ਇਹ ਮੈਸੇਜ ਬੜਾ ਕਲੀਅਰ ਸੀ ਕਿ ਵੀ ਡਿਮਾਂਡ ਦਾ ਲਿਬਰੇਸ਼ਨ ਆਫ आवर ਹੋਮਲੈਂਡ ਪੰਜਾਬ ਫ্রম ਦਾ ਆਪਰੈਸਿਵ ਗ੍ਰਿਪ ਆਫ ਦਾ ਇੰਡੀਅਨ ਸਟੇਟ ਕਿ ਅਸੀਂ ਆਪਣੇ ਹੋਮਲੈਂਡ ਪੰਜਾਬ ਨੂੰ ਫ੍ਰੀ ਕਰਨਾ ਚਾਹੁੰਦੇ ਆਂ ਭਾਰਤ ਦੇ ਉਸ ਖੂਨੀ ਜ਼ਾਲਮ ਪੰਜੇ ਤੋਂ ਜੀ ਔਰ ਇਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਵੀ ਜਿੱਥੇ ਮੋਸਾਦ ਦੀ ਤਰਜ਼ ਦੇ ਉੱਤੇ ਡਰੋਨਸ ਦਾ ਇਸਤੇਮਾਲ, ਮੈਟਲ ਪੈਨੇਟਸ, ਲਾਈਵ ਐਮਨਿਸ਼ਨ ਫਾਸ਼ਿਸਟ ਇੰਡੀਅਨ ਸਟੇਟ ਨੇ ਯੂਜ਼ ਕੀਤਾ ਹੈ, ਫੀਟਲ ਇੰਜਰੀਜ਼ ਕੀਤੀਆਂ ਨੇ ਔਰ ਇਹ ਜਿਹੜੀ ਹੈ ਪੋਸਟ ਬਰੂਟਲ ਇੰਟੈਰੋਗੇਸ਼ਨ ਜਿਵੇਂ ਜਿਹੜੇ ਸਿੰਘ ਨੂੰ ਪਤਪਾਲ ਸੇ ਉਹਨੂੰ ਚੁੱਕ ਕੇ ਲੈ ਗਏ ਕਿਵੇਂ ਉਸ ਦਾ ਟਾਰਚਰ ਕੀਤਾ ਹੈ ਇਸ ਸਾਰੇ ਦਾ ਜ਼ਿਕਰ ਹੈ ਔਰ ਇਸ ਜਿਹੜਾ ਜਦੋਂ ਅਸੀਂ ਪੋਲਿਟিক্যাল ਪਾਰਟਿਸਪੇਸ਼ਨ ਦੀ ਗੱਲ ਕਰਦੇ ਹਾਂ ਜਿਵੇਂ ਅਸੀਂ ਕਾਂਗਰਸਮੈਨ ਟ੍ਰੈਂਟ ਫ੍ਰੈਂਕ ਦੀ ਗੱਲ ਕੀਤੀ ਜਾਂ ਸਾਬਕਾ ਕਾਂਗਰਸਮੈਨ ਡੈਨ ਬਰਟਨ ਉਹਨਾਂ ਦੀ ਸਟੇਟਮੈਂਟ ਵੀ ਆਈ ਹੈ ਸਿਕ ਆਕਕਸ ਦੀ ਹੀਰਿੰਗ ਦੇ ਵਿੱਚ ਵੀ ਫਾਰਮਰਸ ਦਾ ਇਸ਼ੂ ਜਿਹੜਾ ਉਹ ਡਿਸਕਸ ਹੋਇਆ ਉੱਥੇ ਗ੍ਰੀਨ ਪਾਰਟੀ ਦੇ ਬੜੇ ਆਊਟ ਸਪੋਕਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਮਿਸਟਰ ਸ਼ੂ ਬ੍ਰਿਜ ਜੀ ਡੇਵਿਡ ਸ਼ੂ ਬ੍ਰਿਜ ਉਹਨਾਂ ਦਾ ਉਹਨਾਂ ਨੇ ਖੁਦ ਉਪਾਵੇਂ ਬਸਤੇ ਹੁੰਦੇ ਨੇ ਇਹ ਵੀ ਇੱਕ ਖੂਬਸੂਰਤੀ ਹੈ ਇਹਨਾਂ ਦੇ ਸਿਸਟਮ ਦੀ ਵੀ ਸਾਡੇ ਤਾਂ ਇੱਕ ਉੱਥੇ ਕ ਐਮ ਐਲ ਏ ਬਣ ਜਾਏ ਤੇ ਚਾਰ ਗੱਡੀਆਂ ਦੋ ਜਿਪਸੀਆਂ ਅੱਗੇ ਦੋ ਪਿੱਛੇ ਔਰ ਉਹਨਾਂ ਨੇ ਵਕਤ ਪਾਇਆ ਹੁੰਦਾ ਟ੍ਰੈਫਿਕ ਰੋਕ ਕੇ ਇੱਥੇ ਅਮਰੀਕਾ ਦੇ ਵਿੱਚ ਵੀ ਹੁਣ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਇੱਕ ਛੋਟੀ ਜਿਹੀ ਸਟੇਟ ਤੋਂ ਸੈਨੇਟਰ ਸੀ ਆਮ ਬਾਹਰ ਟ੍ਰੇਨ ਦੇ ਵਿੱਚ ਵਾਸ਼ਿੰਗਟਨ ਡੀਸੀ ਡੈਲਾਵੇਅਰ ਤੋਂ ਡੈਲਾਵੇਅਰ ਦਾ ਸੈਨੇਟਰ ਸੀ ਟ੍ਰੇਨ ਲੈ ਕੇ ਜਾਣਾ ਆਣਾ ਔਰ ਇਹ ਔਰ ਇਹ ਜਿਹੜੇ ਮੈਂਬਰ ਪਾਰਲੀਮੈਂਟ ਸ਼ੂ ਬ੍ਰਿਜ ਨੇ ਇਹ ਵੀ ਕੋਈ ਤਕल्लुफ ਜਾਂ ਕੋਈ ਮਹਿਮਾਨ ਨਵਾਜ਼ੀ ਨਹੀਂ ਲੈਂਦੇ ਆਮ ਬਸ ਦੇ ਵਿੱਚ ਸਫਰ ਕਰਕੇ ਪਹੁੰਚਦੇ ਨੇ ਆ ਕੇ ਉਹਨਾਂ ਨੇ ਐਡਰੈਸ ਵੀ ਕੀਤਾ ਕਰਾਊਡ ਨੂੰ ਔਰ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਦੀ स्पीच ਦਾ ਜਿਹੜਾ ਇੱਕ ਰੈਲਿੰਗ ਪੁਆਇੰਟ ਸੀ ਉਹਨਾਂ ਨੇ ਇਹ ਕਿਹਾ ਕਿ ਯੂਜ਼ ਆਫ ਡਰونز টিਅਰ ਗੈਸ ਐਂਡ ਬੁਲੇਟਸ ਹੈਵ ਕਿਲਡ ਸਿਕ ਫਾਰਮਰਸ ਦਾ ਨੈਸ਼ਨਲਿਸਟ ਰਾਈਟ ਵਿੰਗ ਐਕਸਟਰੀਮਿਸਟ ਬੀਜਪੀ ਗਵਰਨਮੈਂਟ ਹੈਜ਼ देन ਥ੍ਰੈਟਨਡ ਟੂ ਯੂਜ਼ ਸਰਵੇਲੈਂਸ ਸਟੇਟ ਟੂ ਕੈਨਸਲ ਪਾਸਪੋਰਟਸ ਐਂਡ ਸਿਟੀਜ਼ਨਸ਼ਿਪ ਆਫ ਪ੍ਰੋਟੈਸਟਿੰਗ ਫਾਰਮਰਸ ਹੂ ਹੈਵ ਸ਼ਟ ਡਾਊਨ ਦਿੱਲੀ ਉਹਨਾਂ ਨੇ ਕਿਹਾ ਜੀ ਇਹ ਤਾਂ ਉਹ ਡਰونز اور رشٹر کتنے ਨੇ लेकिन वो सर्वेलेंस कैमरे यूज करके और धमकियां दे रहे हैं फार्मर्स फार्मर भी थोड़े असी पासपोर्ट और वीजे कैंसल करा और उन्होंने फिर अपनी गवर्नमेंट उन्होंने कहा कि भाई देयर हैज बिन साइलेंस वांस अगेन फ्रॉम अवर ऑस्ट्रेलियन गवर्नमेंट नोबडी हैज़ कॉल्ड आउट बिकॉज दे थिंक देयर इज सम मनी इन इट फॉर देम और दे माइट थिंक दिस माइट बी सम हाउ ਜੀਓਪੋਲਿਟਿਕਲੀ ਯੂਸਫੁਲ ਟੂ ਥੈਮ ਉਹਨਾਂ ਨੇ ਕਿਹਾ ਵੀ ਜਾਂ ਤਾਂ ਵਪਾਰਕ ਹਿੱਤ ਨੇ ਪੈਸਾ ਨਜ਼ਰ ਆ ਜਾ ਉਹਨਾਂ ਨੂੰ ਲੱਗਦਾ ਹੈ ਕਿ ਜੀ ਇਹ ਜੀਓਪੋਲਿਟਿਕਲੀ ਉਹਨਾਂ ਦੇ ਲਈ ਸਟ੍ਰੈਟੇਜਿਕ ਇੰਟਰਸਟ ਹੈ ਇਸ ਲਈ ਉਹਨਾਂ ਨੇ ਮੂੰਹ ਬੰਦ ਰੱਖਿਆ ਹੋਇਆ ਹੈ ਅੱਛਾ ਹਿਊਮਨ ਰਾਈਟਸ ਵਾਚ ਇਸ ਕੰਟੀਨਿਊਸਲੀ ਕਾਲਿੰਗ ਆਊਟ ਇੰਡੀਅਨ ਗਵਰਨਮੈਂਟ ਟੂ ਰੀਸਟੋਰ ਸਿਵਲ ਲਿਬਰਟੀਜ਼ ਇਨ ਸੈਵਨ ਡਿਫਰੈਂਟ ਲੋਕੇਸ਼ਨਸ ਮਿਸਟਰ ਸ਼ੂਬ੍ਰਿਜ ਹੂ ਜੁਆਇੰਟ ਸਿਕ ਪ੍ਰੋਟੈਸਟਰਸ ਇਨ ਸਿਡਨੀ ਸੈਡ ਕਿਉਂਕਿ 7 ਥਾਵਾਂ ਦੇ ਉੱਤੇ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਤੇ ਬੈਨ ਸੀ ਉਸ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਫਿਰ ਇਸ ਪ੍ਰੈਸ ਰੀਲੀਜ਼ ਦੇ ਵਿੱਚ ਮਿਸਟਰ ਐਚ ਸਿੰਘ ਜਿਹੜਾ ਨੇ ਬਿਲਕੁਲ ਸਿੱਖ ਜ਼ਜ਼ਬਿਆਂ ਦੀ ਤਰਜਮਾਨੀ ਕੀਤੀ ਉਹਨਾਂ ਨੇ ਕਿਹਾ ਕਿ ਵੀ ਸਾਡੇ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਉਹਨਾਂ ਨੇ 18 ਸਾਲ ਖੇਤਾਂ ਦੇ ਵਿੱਚ ਆਪਣਾ ਖੂਨ ਪਸੀਨਾ ਵਹਾਇਆ ਕਰਤਾਰਪੁਰ ਸਾਹਿਬ ਦਾ ਜ਼ਿਕਰ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਦੀ ਅਗਵਾਈ ਚ ਪਹਿਲਾ ਸਿੱਖ ਰਾਜ ਕਾਇਮ ਹੋਇਆ ਉਹਨਾਂ ਨੇ ਪਹਿਲਾ ਹੱਕ ਦਿੱਤਾ ਸੀ ਜ਼ਮੀਨ ਵੋਣ ਵਾਲੇ ਨੂੰ ਕਿ ਉਹ ਜ਼ਿਮੀਦਾਰ ਹੋਏਗਾ ਜ਼ਮੀਨ ਵੋਣ ਵਾਲਾ ਜ਼ਮੀਨ ਦਾ ਮਾਲਕ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਪੰਜਾਬ ਦੇ ਬਹਾਦਰ ਸਿੱਖ ਕਿਸਾਨੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਔਰ ਇਸੇ ਤਰ੍ਹਾਂ ਮਿਸਟਰ ਜੀ ਸਿੰਘ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਸਾਡੀ ਸਟਰਗਲ ਹੈ ਸਿਰਫ ਕੋਈ ਪ੍ਰਾਈਵੇਟਾਈਜ਼ੇਸ਼ਨ ਜਾਂ ਕਾਰਪੋਰੇਟ ਸੈਕਟਰ ਦੇ ਖਿਲਾਫ ਤਾਂ ਕੀ ਸੀਮਤ ਨਹੀਂ ਹੈ ਇਹ ਸਾਡੀ ਹੋਂਦ ਦੀ ਲੜਾਈ ਹੈ ਜੀ ਔਰ ਅਸੀਂ ਇਸ ਦੇ ਲਈ ਆਪਣੀ ਧਰਤੀ ਔਰ ਆਪਣੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਮੁੜ ਸਥਾਪਿਤ ਕਰਨ ਦੇ ਲਈ ਅਖੀਰ ਤੱਕ ਸੰਘਰਸ਼ ਕਰਨ ਦੇ ਲਈ ਵਚਨਬੱਧ ਹੈ ਔਰ ਜ਼ਾਰ ਹੈ ਆਸਟ੍ਰੇਲੀਅਨ ਫੈਡਰਲ ਪੁਲਿਸ ਹੋਏ ਜਾਂ ਵੈਸਟਰਨ ਆਸਟ੍ਰੇਲੀਆ ਸਟੇਟ ਪੁਲਿਸ ਹੋਏ ਉਹਨਾਂ ਸਭ ਦਾ ਆਇਨਾ ਨੇ ਧੰਨਵਾਦ ਕੀਤਾ ਸੋ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਕਿ ਉਹਨਾਂ ਨੇ 2 ਮਾਰਚ ਦੇ ਪ੍ਰੋਗਰਾਮ ਨੂੰ ਸਫਲ ਬਣਾਇਆ ਔਰ ਖਾਸ ਤੌਰ ਤੇ ਅਸੀਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਔਰ ਸਿੱਖ ਨੌਜਵਾਨੀ ਬਿਲਕੁਲ ਇਸ ਦੇ ਵਿੱਚ ਬਹੁਤ ਸਾਰੇ ਯੰਗਸਟਰਸ ਸ਼ਾਮਲ ਨੇ ਉਨਾ ਦੇ ਵਿੱਚ ਉਹ ਵੀ ਜਿਹੜੇ ਕਿ ਪੜ੍ਹਾਈ ਦੇ ਲਈ ਕਰੀਅਰ ਦੇ ਲਈ ਬਾਹਰ ਨਿਕਲੇ ਪਰ ਬਾਹਰ ਨਿਕਲ ਕੇ ਫਿਰ ਇਸ ਗੱਲ ਦੀ ਸਮਝ ਆਂਦੀ ਹੈ ਕਿ ਗੁਲਾਮੀ ਕੀ ਹੈ ਅਸੀਂ ਸਮਝਦੇ ਹਾਂ ਕਿ ਵੀ ਇਹ ਲੜਾਈ ਇੱਕ ਜਥੇਬੰਦੀ ਦੀ ਨਹੀਂ ਹੈ ਕਿਸੇ ਇੱਕ ਇੰਡੀਵਿਜੂਅਲ ਦੀ ਨਹੀਂ ਹੈ ਇਹ ਸਮੁੱਚੀ ਕੌਮ ਦੀ ਲੜਾਈ ਹੈ ਸਾਡੀ ਹੋਂਦ ਦੀ ਲੜਾਈ ਹੈ ਔਰ ਇਸ ਤੇ ਲਈ ਸਾਨੂੰ ਛੋਟੇ-ਛੋਟੇ ਮਤਭੇਦ ਔਰ ਕਿਤੇ ਕੋਈ ਨਾ ਕੋਈ ਜਿਹੜੇ ਤਕਰਾਰ ਵੀ ਹੁੰਦੇ ਨੇ ਕਈ ਵਾਰੀ ਪਰਸਨੈਲਿਟੀ ਕਲੈਸ਼ ਵੀ ਹੁੰਦਾ ਹੈ ਹੂੰ ਕਈ ਵਾਰ ਵਿਚਾਰਾਂ ਨਾਲ ਅਸਹਿਮਤੀ ਵੀ ਹੋ ਸਕਦੀ ਹੈ ਕਿਸੇ ਦੇ ਨਾਲ ਸ਼ਖਸੀ ਇਖਤਲਾਫات ਵੀ ਹੋ ਸਕਦੇ ਨੇ ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ-ਮਤਾ ਸਾਹਿਬਕੌਰ ਵਾਸੀ ਅਨੰਦਪੁਰ ਦੇ ਤੇ ਫਿਰ ਅਸੀਂ ਸਮੁੱਚੀ ਕੌਮ ਇੱਕ ਪਰਿਵਾਰ ਹੈ ਦੋ ਅਰਸੇ ਹੀ ਖਾਲਸਾ ਪਰਿਵਾਰ ਦੀ ਚੜ੍ਹਦੀ ਕਲਾ ਅਸੀਂ ਅਕਾਲ ਪੁਰਖ ਤੋਂ ਮੰਗਦੇ ਆ ਉਸ ਦੀ ਸੁੱਖ ਮੰਗਦੇ ਆ ਉਸ ਦੀ ਖੈਰ ਮੰਗਦੇ ਆ ਇਹ ਲਫਜ਼ ਅਰਦਾਸ ਦੇ ਸਾਡੇ ਬਜ਼ੁਰਗਾਂ ਨੇ ਇਸੇ ਹੀ ਖਾਲਸਾ ਪਰਿਵਾਰ ਦੇ ਸਿਧਾਂਤ ਨੂੰ ਸਾਡੇ ਤੁਰੰਦਰ ਉਤਾਰਨ ਦੇ ਲਈ ਦੋ ਵੇੜੇ ਦੀ ਅਰਦਾਸ ਦੇ ਵਿੱਚ ਸ਼ਾਮਲ ਕੀਤੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਹਾਇਤ ਹੈ ਵਾਹਿਗੁਰੂ ਜਿੱਥੇ ਜਿੱਥੇ ਤੇਰਾ ਖਾਲਸਾ ਹੈ ਉਸ ਦੀ ਰੱਛਾ ਕਰਨੀ ਔਰ ਉਸ ਨੂੰ ਰਿਹਾਇਤ ਦੇਣ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਹਾਇਤ ਫੇਰ ਕੌਮ ਦੇ ਨਿਸ਼ਾਨੇ ਬਿਆਨੇ ਦੇਖ ਤੇ ਫਤਿਹ ਪੰਥਰ ਦੀ ਪੈਜ ਪੰਥ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਕਿ ਉਹ ਸਿਸਟਮ ਜਿੱਥੇ ਖਾਲਸੇ ਦਾ ਬੋਲ ਉੱਚਾ ਹੋਏ ਜੀ ਖਾਲਸੇ ਦੀ ਗੱਲ ਪੁੱਗੇ ਖਾਲਸੇ ਦੀ ਗੱਲ ਸੁਣੀ ਜਾਏ ਜਿਸ ਨੂੰ ਸਰਖਪੂਰ ਸਿੰਘ ਟਰਾਂਸਲੇਟ ਕਰਦੇ ਸੀ ਕਿ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਰਡ ਇਨ ਦਾ ਖਾਲਸਾ ਹੁਣ ਜਦੋਂ ਅਸੀਂ ਖਾਲਸਾ ਜੀ ਕੇ ਬੋਲ ਬਾਲੇ ਕਹਿੰਦੇ ਆ ਤੇ ਇਹੀ ਖਾਲਸਤਾਨ ਹੈ اور ਅੱਜ ਅਸੀਂ ਜਿਸ ਗੁਲਾਮ ਮੁਲਕ ਦੇ ਵਿੱਚ ਇੱਕ ਤੋਂ ਬਾਅਦ ਇੱਕ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੈ ਉਸ ਅਲਟੀਮੇਟ ਹੱਲ ਜਵਾਬ ਖਾਲਸਤਾਨ ਦੀ ਕਾਇਮੀ ਹੈ ਅਤੇ ਇਸ ਗੱਲ ਦੇ ਲਈ ਸਾਡੀ ਵਚਨਬੱਧਤਾ ਡਿਟਰਮੀਨੇਸ਼ਨ ਸਾਡੀ ਸਟਰੈਟਜੀ ਵਿਉਂਤਬੰਦੀ ਇਹ ਹੀ ਹੋਣੀ ਚਾਹੀਦੀ ਹੈ ਕਿ ਭਾਈ ਅਸੀਂ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ ਇਸ ਨੂੰ ਅਸੀਂ ਲਿਬ੍ਰੇਟ ਕਰਵਾਉਣਾ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸਥਿਲੇ ਨੇ ਬ੍ਰੇਕ اور ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀਏ ਈਵਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ ਰਿਪੋਰਟ ਇੱਕ ਪੰਥਕ ਚਾਣਨ ਹੈ ਔਰ ਟੀਵੀ ਰਿਫੋਰ ਦੀ ਚਰਦੀ ਕਲਾਲੀ ਵਾਤ ਤੋਂ ਅਡੋਟੇ ਡੋਨੇਟ ਕਰੋ ਤੁਸੀਂ ਡੋਨੇਟ ਕਰ ਲਈ ਸਾਡੇ ਵੈਬਸਾਈਟ ਟੀਵੀ ਰਿਪੋਰਟ ਦਾ ਟੀਵੀ ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ positive tv84 ਦੇ ਨਾਮ ਦੇ ਚੈਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ 36-0137th avenue longlands city new york 10101 usa ਜਾਂ ਫਿਰ ਤੁਸੀਂ ਸਾਨੂੰ ਫੋਨ ਰਮੀ ਸੰਪਰਕ ਕਰ 516-619-1984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਅੱਜ ਤੁਹਾਡੇ ਟੈਦਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋਥ FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ ਨਿਗਰਾਨੀ ਰੱਖਣੀ ਪਿੱਛਾ ਕਰਨਾ ਤੰਗ ਪ੍ਰੇਸ਼ਾਨ ਕਰਨਾ ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੋੜ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਤੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1800 call FBI ਜਾਂ 1-800-225-5324 ਤੇ ਸੰਪਰਕ ਕਰੋ ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ ਔਰ ਜਾਣਕਾਰੀ ਲਈ ਦੇਖੋ fbi.gov/tnr ਜੇਕਰ ਤੁਸੀਂ ਤੁਰੰਤ ਸਰੀਰ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ FBI ਬਨੋ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਜੋ ਨਹੀਂ ਕੀਤੀ ਜਾਵੇਗੀ FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸਬਦਾਨ ਨੂੰ ਕਾਇਮ ਰੱਖਣਾ ਹੈ ਪਿਓਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਆ ਕਿ ਭਾਰਤੀ ਜੁਰੂਸ਼ਰੀ ਕੇਮੇ ਹਿੰਦੂਤਵੀ ਰੰਗ ਵਿੱਚ ਰੰਗੀ ਜਾ ਚੁੱਕੀ ਹੈ ਇਸ ਦਾ ਸਿੱਕਲਾ ਸਬੂਤ ਪਾਰਟੀ ਸੁਪਰੀਮ ਕੋਰਟ ਵੱਲੋਂ ਕਿਸਾਨ ਸੰਘਰਸ਼ ਪੰਧੀ ਪਾਈ ਗਈ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰਨਾ ਹੈ ਕਿ ਇਹ ਇੱਕ ਪਬਲਿਸਿਟੀ ਸਟੰਟ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲੈਣ ਲਿਖਣ ਲੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਤ ਸਾਹਿਬ ਕੀ ਵਿਚਾਰਾਂ ਦੇ ਦੇਖੋ ਲੈ ਦੇ ਕਿ ਪਿਛਲੇ 12-13 ਸਾਲਾਂ ਤੋਂ ਜਦੋਂ ਵੀ ਅਸੀਂ ਗੱਲ ਕਰਦੇ ਤੇ ਅਸੀਂ ਇਹ ਦੇਖ ਰਹੇ ਹਾਂ ਕਿ ਹਰ ਚੜ੍ਹਦੇ ਸੂਰਜ ਭਾਰਤ ਦੇ ਵਿੱਚ ਹਿੰਦੂ ਫੈਨੇਟਿਸਿਜ਼ਮ ਹਿੰਦੂਤਵਾ ਦਾ ਰੰਗ ਉਹਨਾਂ ਦੇ ਹਰ ਆਧਾਰੇ ਦੇ ਉੱਤੇ ਚੜਿਆ ਤਾਂ ਪਹਿਲਾਂ ਤੋਂ ਹੀ ਸੀ ਪਹਿਲਾਂ ਸੈਕੂਲਰਿਜ਼ਮ ਦਾ ਸੀ ਫਿਰ ਹੋੜੀ-ਹੋੜੀ ਉਹਨਾਂ ਨੂੰ ਥੋੜਾ-ਬਹੁਤ ਦੁਨੀਆ ਦੇ ਸਾਹਮਣੇ ਆਪਣੀ ਹਿਪੋਕ੍ਰੇਸੀ ਰੱਖਦੇ ਆ ਉਹ ਸੈਕੂਲਰਿਜ਼ਮ ਦਾ ਆਬਾਦਾ ਲਬਾਦਾ ਉੜ ਕੇ ਰੱਖਣਾ ਪੈਂਦਾ ਸੀ ਫਿਰ ਹੌਲੀ ਹੌਲੀ ਉਹਨਾਂ ਨੇ ਉਹਨੂੰ ਡ੍ਰੌਪ ਕੀਤਾ 2014 ਜ ਤੱਕ ਹਿੰਦੂਤਵਾਦ ਦੇ ਨਾਂ ਥੱਲੇ ਮੋਦੀ ਹਕੂਮਤ ਪਾਵਰ ਚ ਆਈ ਫਿਰ ਵੀ ਜਿਹੜੀ ਪਹਿਲੀ ਟਰਮ ਸੀ ਉਹਦੇ ਵੇਲੇ ਥੋੜਾ ਬਹੁਤ ਹਾਲਾ ਐਬਸੋਲੂਟ ਮੈਜੋਰਟੀ ਉਹਨਾਂ ਕੋਲ ਸੀ ਲੇਕਿਨ ਉਹਨਾਂ ਨੇ ਸਲੋਲੀ ਮੂਵ ਕੀਤਾ ਹੁਣ ਜਦੋਂ ਸੈਕੰਡ ਅਮੈਂਡ ਹੋਣ ਤੇ ਆਈ ਹੈ ਔਰ ਆਲਮੋਸਟ 224 ਦੇ ਇਲੈਕਸ਼ਨਾਂ ਸਿਰ ਦੇ ਉੱਤੇ ਨੇ ਤੇ ਅਸੀਂ ਦੇਖ ਰਹੇ ਹਾਂ ਕਿ ਚਾਰ ਚਫੇਰਾ ਕੋਈ ਐਸੀ ਇੰਸਟੀਟਿਊਸ਼ਨ ਨਹੀਂ ਬਚੀ ਜਿਸ ਦੇ ਵੱਲ ਦੇਖ ਕੇ ਕਹਾ ਜਾ ਸਕੇ ਕਿ ਇਸ ਹਿੰਦੂਤਵਾਦ ਦੇ 나ਗ ਦੇ ਦਸੇ ਨੂੰ ਕੋਈ ਸੰਸਥਾ ਵਾਲੇ ਪਾਣੀ ਦਾ ਘੁੱਟ ਦੇ ਸਕਦੇ ਨੇ ਕਿਉਂਕਿ ਵੈਸੇ ਤਾਂ ਲੈਜਿਸਲੇਚਰ ਐਗਜ਼ੀਕਟਿਵ ਜੁਡੀਸ਼ਰੀ ਇਹ ਤਿੰਨ ਕਹੇ ਜਾਂਦੇ ਨੇ ਪਿੱਲਰ ਮੀਡੀਆ ਚੌਥਾ ਪਿੱਲਰ ਹੁੰਦਾ ਔਰ ਸਿਵਲ ਸੁਸਾਇਟੀ ਕਿਉਂਕਿ ਜਦੋਂ ਸਿਵਲ ਸੁਸਾਇਟੀ ਦਾ ਇੱਕ ਦਬਾਅ ਬਣਦਾ ਹੈ ਤੇ ਜੇ ਲੈਜਿਸਲੇਚਰ ਔਰ ਐਗਜ਼ੈਕਟਿਵ ਦੀ ਪਾਵਰ ਇਕੱਠੀ ਹੋ ਕੇ ਦੱਬਣੀ ਵੀ ਚਾਹੇ ਤੇ ਜੁਡੀਸ਼ਰੀ ਜਿਹੜੀ ਹੈ ਉਹਨੂੰ ਚੈਲੰਜ ਕਰ ਦਿੰਦੀ ਹੈ ਜੀ ਔਰ ਨਾਲ ਸਿਵਲ ਸੁਸਾਇਟੀ ਖਲੋ ਜਾਂਦੇ ਔਰ ਉਸ ਦਾ ਬੜਾ ਅੱਛਾ ਉਦਾਹਰਣ ਜਿਹੜਾ ਸਾਡੇ ਇਸ ਪੀਰੀਅਡ 'ਚ ਹੀ ਦੇਖਣ ਚ ਆਇਆ ਹੈ ਪ੍ਰੈਜ਼ੀਡੈਂਟ 트੍ਰੰਪ ਦੀ ਪਹਿਲੀ ਟਰਮ ਜੀ ਹਾਲਾਂ ਹੁਣ ਆਲਮੋਸਟ ਸਰਟਨ ਲੱਗਦਾ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਜਿਹੜਾ अगेन ਇਸ ਇਲੈਕਸ਼ਨ ਵੇਲੇ 트럼ਪ ਦਾ ਸਾਹਮਣਾ ਕਰਨਾ ਪੈਗਾ ਕਿਉਂਕਿ ਅੱਜ ਹੀ ਅਮਰੀਕਨ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆਇਆ ਕਿਉਂਕਿ ਸਟੇਟ ਆਫ ਕੋਲੋਰਾਡੋ ਨੇ ਔਰ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ ਫਿਰ ਸਟੇਟ ਆਫ ਮੇਨ ਔਰ ਇਲਿਨੋਏ ਉਹਨਾਂ ਨੇ 트럼ਪ ਨੂੰ ਪ੍ਰਾਈਮਰੀ ਬੈਲਟ ਦੇ ਉੱਤੇ ਲਿਆਉਣ ਤੋਂ ਨਾ ਕਰ ਦਿੱਤੀ ਸੀ ਕਿ ਭਾਈ ਇੱਥੇ ਨਹੀਂ ਕਰ ਸਕਦੇ ਲੇਕਿਨ ਅੱਜ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਔਰ ਮੈਜੋਰਟੀ ਨਾਲ ਕਿ ਭਈ ਇਹ ਹੱਕ ਕਿ ਕਿਹਨੂੰ ਬੈਲਟ ਤੇ ਲਾਣਾ ਹੈ ਤੇ ਕਾਂਗਰਸ ਕੋਲ ਹੈ ਸਟੇਟਾਂ ਦੇ ਕੋਲ ਨਹੀਂ ਹੈ ਸੋ ਜ਼ਾਹਰ ਹੈ ਵੀ ਨਿੱਕੀ ਹੇਲੀ ਕੋਈ ਇੱਕ ਸਟੇਟ ਜਿਹਦੇ ਚ ਉਹਨੇ ਟਰੰਪ ਨੂੰ ਡੀਫੀਟ ਕੀਤਾ ਜੋ ਵਾਸ਼ਿੰਗਟਨ ਡੀਸੀ ਹੈ ਪ੍ਰਾਈਮਰੀ ਚ ਅਦਰਵਾਈਜ਼ ਟਰੰਪ ਜਿਹੜਾ ਕਲੀਨ ਸਵੀਪ ਕਰ ਰਿਹਾ ਕੋਈ ਹੋਰ ਰਿਪਬਲਿਕਨ ਬਰਾਬਰ ਤੇ ਨਹੀਂ ਕਿਉਂਕਿ ਮੈਂ ਇਹ ਪਾਸ ਰੈਫਰੈਂਸ ਜ਼ਿਕਰ ਕਰ ਰਿਹਾ ਹਾਂ ਔਰ ਇਹ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਦੀ ਪਹਿਲੀ ਔਰ ਅਮਰੀਕਾ ਚ ਜੰਨੀਆਂ ਪਾਵਰਸ ਪ੍ਰੈਜ਼ੀਡੈਂਟ ਕੋਲ ਨੇ ਹੋਰ ਕਿਸੇ ਵੀ ਸਿਸਟਮ ਚ ਬਾਕੀ ਅਥਾਰਟੀਟੇਰੀਅਨ ਜਾਂ ਡਿਕਟੇਟਰ ਜਾਂ ਕਮਿਨਿਸਟਰ ਨਹੀਂਦਾ ਹੈ ਹੀ ਨਹੀਂ ਉਹ ਸ਼ੀ ਜ਼ਿੰਪਿੰਗ ਹੋਏ ਜਾਂ ਪੂਤਨ ਹੋਏ ਜਾਂ ਜ਼ਿੰਗ ਕੋਂਗ ਹੋਏ ਨਾਰਥ ਕੋਰੀਆ ਦਾ ਪਰ ਡੈਮੋਕ੍ਰੈਟਿਕ ਸਿਸਟਮ ਚ ਕਿਤੇ ਵੀ ਕਿਉਂਕਿ ਯੂਰਪ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਉਹੀ ਪਾਰਲੀਮੈਂਟਰੀ ਮਾਡਲ ਹੈ ਯੂਕੇ ਵਾਲਾ ਉਹਦੇ ਚ ਪਾਵਰ ਪ੍ਰਾਈਮ ਮਿਨਿਸਟਰ ਦੇ ਕੋਲ ਹੀ ਹੁੰਦੀ ਹੈ ਪ੍ਰੈਜ਼ੀਡੈਂਟ ਮੋਸਟਲੀ ਉੱਤੇ ਪ੍ਰਾਈਮ ਮਿਨਿਸਟਰ ਅਲਟੀਮੇਟਲੀ ਜਿਹੜਾ ਉਹ ਲੈਜਿਸਲੇਚਰ ਦੇ ਵਿੱਚ ਤੇ ਹੁੰਦਾ ਪਰ ਇੱਥੇ ਕਿਉਂਕਿ ਪ੍ਰੈਜ਼ੀਡੈਂਟ ਡਾਇਰੈਕਟਲੀ ਚੁਣਿਆ ਜਾਂਦਾ ਔਰ ਪ੍ਰੈਜ਼ੀਡੈਂਟ ਦੇ ਕੋਲ 파ਰਡਨ ਤੋਂ ਲੈ ਕੇ ਹਰ ਤਾਕਤ ਪ੍ਰੈਜ਼ੀਡੈਂਟ ਕੋਲ ਜਿਹੜੀ ਹੈ ਹੁੰਦੀ ਹੈ ਕਾਂਗਰਸ ਤੇ ਪਾਸ ਕੀਤੇ ਮਤਿਆਂ ਨੂੰ ਵੀ ਉਹ ਵੀਟੋ ਕਰਦਾ ਹਾਲਾਂ ਬੈਲੈਂਸ ਆਫ ਪਾਵਰ ਹੈ ਲੈਜਿਸਲੇਚਰ ਬਜਟ ਸੈਨੇਟ ਦਿੰਦਾ ਦੂਸਰਾ ਦਿੰਦਾ ਲੇਕਿਨ ਅਸੀਂ ਦੇਖਦੇ ਹਾਂ ਕਿ 트럼ਪ ਇਰਾਦੇ ਵਿੱਚ ਪਹਿਲੀ ਟਰਮ ਦੇ ਵੇਲੇ ਜਿਹੜੀਆਂ 트럼ਪ ਦੀਆਂ ਟੂ ਐਕਸਟ੍ਰੀਮ ਨੀਤੀਆਂ ਸੀ ਉਹ ਇਮੀਗ੍ਰੇਸ਼ਨ ਰਿਲੇਟਡ ਹੋਏ ਇਸਲਾਮੋਫੋਬੀਆ ਹੋਏ ਜਾਂ ਕੁਝ ਹੋਰ ਇਸ ਕਿਸਮ ਦੀ ਲਾਈਨ ਉਹਨੂੰ ਜਿੱਥੇ ਜੁਡੀਸ਼ਰੀ ਨੇ ਚੈੱਕ ਕੀਤਾ ਜੀ ਉੱਥੇ ਸਿਵਲ ਸੁਸਾਇਟੀ ਕਿਉਂਕਿ ਸਿਵਲ ਸੁਸਾਇਟੀ ਦੀ ਬੜੀ ਪਾਵਰਫੁਲ ਆਵਾਜ਼ ਹੁੰਦੀ ਜਦੋਂ ਲੋਕ ਨਿਕਲ ਆਉਂਦੇ ਨੇ ਜੇ 트럼ਪ ਨੇ ਕਿਹਾ ਵੀ ਆਹ 10 ਮੁਲਕ ਜਿਹੜੇ ਨੇ ਇੱਥੋਂ ਆਣ ਆੜਿਆਂ ਨੂੰ ਕੋਈ ਵੀਜ਼ਾ ਨਹੀਂ ਹੋਏਗਾ ਔਰ ਡਿਪੋਰਟ ਹੋਣਗੇ ਇਹਨਾਂ ਦੇ ਵਕੀਲਾਂ ਤੋਂ ਲੈ ਕੇ ਉਹਨਾਂ ਦੇ ਸਿਵਲ 에ਅਰਪੋਰਟਾਂ ਤੇ ਪਹੁੰਚ ਗਿਆ ਮਦਦ ਦੇ ਲਈ ਇਸੇ ਤਰ੍ਹਾਂ ਅਸੀਂ ਹੋਰ ਮੁੱਦਿਆਂ ਦੇ ਉੱਤੇ ਵੀ ਦੇਖਦੇ ਹਾਂ ਕਿਉਂਕਿ ਸਿਵਲ ਸੋਸਾਇਟੀ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਲੋਕ ਜਾਗਨ ਹੁੰਦੇ ਨੇ ਲੋਕ ਅਵੇਅਰ ਹੁੰਦੇ ਨੇ ਵੀ ਕੀ ਚੱਲ ਰਿਹਾ ਉਹ ਉਸ ਨੂੰ ਚੈਲੰਜ ਕਰਦੇ ਨੇ ਔਰ ਲੋਕਾਂ ਦੀ ਤਾਕਤ ਦੇ ਸਾਹਮਣੇ ਜਿਹੜਾ ਫੇਰ ਵੱਡੇ ਵੱਡੇ ਹਾਕਮ ਜਾਂ ਹੁਕਮਰਾਨ ਵੀ ਉਹ ਝੁਕਣ ਤੇ ਮਜਬੂਰ ਹੁੰਦੇ ਨੇ ਔਰ ਅਮਰੀਕਾ ਚ ਜੁਡੀਸ਼ਰੀ ਔਰ ਸਿਵਲ ਸੋਸਾਇਟੀ ਇਹ ਦੋਨਾਂ ਦੇ ਕਿਉਂਕਿ ਐਸਾ ਵੀ ਅਮਰੀਕਾ 'ਚ ਹੋਇਆ ਹੈ ਵੀ ਕਾਂਗਰਸ ਔਰ ਸੈਨੇਟਰ ਪ੍ਰੈਜ਼ੀਡੈਂਟ ਇਹ ਦੋਨੋਂ ਹੀ ਇੱਕੋ ਪਾਰਟੀ ਦੇ ਦੀ ਮੈਜੋਰਟੀ ਅਦਰਵਾਈਜ਼ ਤੁਸੀਂ ਅਮਰੀਕਾ 'ਚ ਦੇਖੋਗੇ ਜੇ ਪ੍ਰੈਜ਼ੀਡੈਂਟ ਰਿਪਬਲਿਕਨ ਹੈ ਤੇ ਹਾਊਸ ਦੇ ਵਿੱਚ ਡੈਮੋਕ੍ਰੇਟਾ ਦੀ ਮੈਜੋਰਿਟੀ ਹੋਏਗੀ ਜਾਂ ਸੈਨੇਟ ਦੇ ਵਿੱਚ ਹੋਏਗੀ ਲੇਕਿਨ ਐਸੇ ਵੀ ਮੌਕੇ ਆਏ ਕਿ ਜਿੱਥੇ ਦੋਨਾਂ ਦੇ ਵਿੱਚ ਇੱਕ ਪਾਰਟੀ ਜੇ ਰਿਪਬਲਿਕਨ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਵਾਈਟ ਹਾਊਸ ਬੈਠਾ ਹੈ ਹੂੰ ਕਾਂਗਰੈਸ ਔਰ ਸੈਨੇਟ ਦੇ ਵਿੱਚ ਵੀ ਮੇਜੋਰਿਟੀ ਹੈ ਔਰ ਇਸੇ ਤਰ੍ਹਾਂ ਡੈਮੋਕ੍ਰੇਟਾਂ ਦੇ ਵੀ ਸੋ ਉਦੋਂ ਇਹ ਜ਼ਿਆਦਾ ਖਤਰਾ ਹੁੰਦਾ ਹੈ ਕਿ ਜੀ ਪ੍ਰੈਜ਼ੀਡੈਂਟ ਨੇ ਜੋ ਕਹਿਣਾ ਉਹ ਵੀ ਲਾਅ ਆਫ ਦਾ ਲੈਂਡ ਹੈ ਤੇ ਦੂਜਾ ਉਦੋਂ ਫਿਰ ਤੁਹਾਡੀ ਜੁਡੀਸ਼ਰੀ ਜਿਹੜੀ ਕਨਸਟੀਟਿਊਸ਼ਨ ਨੂੰ ਇੰਟਰਪ੍ਰੀਟ ਕਰਦੀ ਹੈ ਔਰ ਸਿਵਲ ਸੋਸਾਇਟੀ ਔਰ ਜਿਹੜਾ ਇੱਕ ਅਮਰੀਕਾ ਦਾ ਦੂਸਰਾ ਖੂਬਸੂਰਤ ਪਾਰਟ ਹੈ ਕਿ ਕਾਂਗਰਸਮੈਨ 2 ਸਾਲ ਬਾਅਦ ਚੁਣਿਆ ਜਾਂਦਾ ਸੋ ਜੇ ਕਿਸੇ ਨੂੰ ਮੌਕਾ ਮਿਲ ਵੀ ਜਾਏ ਤੇ 2 ਸਾਲ ਬਾਅਦ ਉਸੇ ਕਾਂਗਰਸਮੈਨ ਨੇ ਲੋਕਾਂ ਦੇ ਕੋਲ ਫੇਰ ਫੇਸ ਕਰਨਾ ਹੁੰਦਾ ਔਰ ਉਹ ਫਿਰ ਬਦਲ ਦਿੰਦਾ ਰਹੇ ਜੇ ਇੱਕ ਪਾਰਟੀ ਦਾ ਸੀ ਪ੍ਰੈਜ਼ੀਡੈਂਟ ਤੇ ਉਹ ਦੂਸਰੀ ਪਾਰਟੀ ਨੂੰ ਮੈਜੋਰਟੀ ਦੇ ਦਿੰਦੇ ਨੇ ਅੱਛਾ ਭਾਰਤ ਨੇ ਬੇਸ਼ੱਕ 47 ਤੋਂ ਬਾਅਦ ਬ੍ਰਿਟਿਸ਼ ਪਾਰਲੀਮੈਂਟਰੀ ਮਾਡਲ ਫਾਲੋ ਕੀਤਾ ਲੇਕਿਨ ਪਹਿਲੇ ਦੌਰ ਦੇ ਵਿੱਚ ਅਸੀਂ ਦੇਖਦੇ ਆਂ ਭਾਵੇਂ ਉਹ ਨਹਿਰੂ ਜਾਂ ਦੂਜਾ ਉਹ ਆਪਣੇ ਕਿਸਮ ਦਾ ਆਟੋਗ੍ਰੈਡ ਸੀ ਲੇਕਿਨ ਇਸ ਲੈਵਲ ਤੱਕ ਜਾ ਕੇ ਹਰ ਇੰਸਟੀਟਿਊਸ਼ਨ ਹਾਲਾਂਕਿ ਇਹ ਡਿਕਲਾਈਨ ਇੰਦਰਾ ਗਾਂਧੀ ਦੇ ਵੇਲੇ ਸ਼ੁਰੂ ਹੋ ਗਿਆ ਸੀ ਜਿਵੇਂ ਉਹਨੇ ਐਮਰਜੈਂਸੀ ਲਾਈ ਜਾਂ ਦੂਜਾ ਲਾਇਆ ਫਿਰ ਵੀ ਜਿਹੜਾ ਇੱਕ ਕਿਤੇ ਨਾ ਕਿਤੇ ਉਹ ਜੁਡੀਸ਼ਰੀ ਹੋਏ ਮੀਡੀਆ ਦੇ ਵਿੱਚ ਵੀ ਉਹਨਾਂ ਨੂੰ ਤੁਸੀਂ ਸੈਂਸਰ ਲਾ ਕੇ ਚੁੱਪਤਾ ਕਰਾ ਸਕਦੇ ਸੀ ਲੇਕਿਨ ਮੀਡੀਆ ਦੇ ਵਿੱਚ ਵੀ ਵਾਇਸ ਆਫ ਡਾਈਸੈਂਟ ਸੀ ਹੁਣ ਅਸੀਂ ਜਦੋਂ ਦੇਖਦੇ ਆਂ ਵੀ ਜਿਹਨਾਂ ਮੁੱਦਿਆਂ ਦੇ ਉੱਤੇ ਸਿਵਲ ਸੁਸਾਇਟੀ ਨੂੰ ਖਲੋਣਾ ਚਾਹੀਦਾ ਹੈ ਜੁਡੀਸ਼ਰੀ ਨੂੰ ਜਿਹੜਾ ਆਣਾ ਚਾਹੀਦਾ ਉਹ ਤਾਂ ਬਿਲਕੁਲ ਕੰਪਰੋਮਾਈਜ਼ ਹੋ ਚੁੱਕਾ ਔਰ ਟੋਟਲ ਜਿਹੜਾ ਇਸ ਵੇਲੇ ਹਿੰਦੂਤਵਾਦ ਦਾ ਰੰਗ ਹੈ ਔਰ ਅਸੀਂ ਬਾਕੀ মিডিਆ ਦੀ ਵੀ ਗੱਲ ਕਰਦੇ ਆਂ ਔਰ ਦੂਸਰੇ ਦੀ ਕਰਦੇ ਆਂ ਲੇਕਿਨ ਜੇ ਅਸੀਂ ਹੁਣ ਕਿਸਾਨ ਮੋਰਚਾ ਟੂ ਜਿਹਨੂੰ ਕਿਹਾ ਜਾਂਦਾ ਹੈ ਹੁਣ ਜੋ ਜ਼ੁਲਮ ਹੋਇਆ ਖਨਾਰੀ ਬਾਰਡਰ ਤੇ ਔਰ ਦੂਸਰੇ ਜਿਸ ਕਿਸਮ ਦੀ ਉਹਨਾਂ ਨੇ ਦੁਸ਼ਮਣ ਦੇਸ਼ ਵਾਂਗ ਹੱਦਬੰਦੀ ਕੀਤੀ ਜਿਵੇਂ ਉਹਨਾਂ ਨੇ ਪੈਲੇਟ ਗਨਸ ਦਾ ਲਾਈਵ ਅਮੂਨੀਸ਼ਨ ਦਾ ਡਰੋਨਸ ਦਾ ਇਸਤੇਮਾਲ ਕੀਤਾ ਹੁਣ ਸਿਟੀਜ਼ਨਸ਼ਿਪ ਔਰ ਵੀਜ਼ਾ ਤੱਕ ਆਈਡੈਂਟੀਫਾਈ ਕਰਕੇ ਕੈਨਸਲ ਕਰਨ ਦਾ ਔਰ ਹਾਇਰ ਪੁਲਿਸ ਅਫੀਸ਼ਰ ਕਹਿ ਰਹੇ ਤੁਸੀਂ ਦੇਖੋਗੇ ਕਿ ਭਾਰਤ ਦੇ ਰੈਸਟ ਆਫ ਦ ਸਿਵਲ ਸੋਸਾਇਟੀ ਕਿੱਥੇ ਹੈ ਦੋ ਚਾਰ ਯੂਟਿਊਬਰਸ ਨੂੰ ਛੱਡ ਕੇ ਜਿਨ੍ਹਾਂ ਨੇ ਜਾ ਕੇ ਉੱਥੇ ਕਵਰ ਕੀਤਾ ਜਾਂ ਗੱਲ ਕੀਤੀ ਕਿਸੇ ਨੂੰ ਇਹ ਨਹੀਂ ਹੈ ਕਿ ਭਾਈ ਇਹ ਸਾਰੀਆਂ ਹੀ ਜਿਹੜੀਆਂ ਪਾਰਲੀਮੈਂਟਰੀ ਵੈਲਿਊਜ਼ ਨੇ ਉਹਨਾਂ ਦੀਆਂ ਝੰਡੀਆਂ ਉਡਾਈਆਂ ਜਾ ਰਹੀਆਂ ਨੇ ਫੇਰ ਉਹ ਜੁਡੀਸ਼ਰੀ ਜਿਹੜੀ ਕੁੱਤਾ ਮਰੇ ਦੇ ਉੱਤੇ ਸੂ ਮੋਟੋ ਨੋਟਿਸ ਲੈ ਲੈਂਦੇ ਨੇ ਹੂੰ ਉਹਨਾਂ ਤੱਕ ਚਾਹੀਦਾ ਤੇ ਇਹ ਸੀ ਕਿ ਜਦੋਂ ਇਹ ਹੱਦਬੰਦੀ ਦੇ ਨਾਂ ਥੱਲੇ ਜਾਂ ਰੋਕਣ ਦੇ ਨਾਂ ਥੱਲੇ ਉਹ ਮੋਰਚੇ ਜਿਹੜੇ ਨੇ ਉਹਨਾਂ ਨੇ ਕਿੱਲਾ ਲਾ ਰਏ ਸੀ 15 ਫੁੱਟ ਦੀ ਕੰਧ ਖੜੀ ਕਰ ਰਏ ਸੀ ਉੱਤੇ ਬੈਰੀਕੇਡ ਬਣਾ ਰਏ ਸੀ ਸੁਪਰੀਮ ਕੋਰਟ ਇਹ ਨੋਟਿਸ ਲੈਂਦਾ ਹੈ ਸੂ ਮੋਟੋ ਕਿ ਭਾਈ ਜਿਹੜਾ ਰਾਈਟ ਟੂ ਮੂਵ ਹੈ ਮੂਵਮੈਂਟ ਹੈ ਫ੍ਰੀ ਮੂਵਮੈਂਟ ਆਫ ਦਾ ਸਿਟੀਜ਼ਨਸ ਇਹ ਫੰਡਾਮੈਂਟਲ ਰਾਈਟ ਹੈ ਮੌਲਿਕ ਸਿਧਾਂਜ ਜਿਵੇਂ ਅਸੀਂ ਮੂਲ ਮੰਤਰ ਦੀ ਗੱਲ ਕੀਤੀ ਮੂਲ ਜੜ੍ਹ ਹੈ ਮੌਲਿਕ ਦਾ ਮਤਲਬ ਹੈ ਫੰਡਾਮੈਂਟਲ ਬੇਸਿਕ ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਤੇ ਤੁਸੀਂ ਜਦੋਂ ਪੱਕੀ ਕੰਧ ਲਾ ਰਹੇ ਹੋ ਉੱਥੇ ਔਰ ਕਿਲਾ ਘਾੜ ਰਹੇ ਹੋ ਔਰ ਜਿਹੜੇ ਨੇ ਉਹ ਰੈਪਿਡ ਫੋਰਸ ਲਾਈ ਹੋਈ ਹੈ ਫॉर ਵਾਟ ਸੁਪਰੀਮ ਕੋਰਟ ਕਹਿੰਦਾ ਬਈ ਇਹਨੂੰ ਹਟਾਓ ਹਾਂ ਤੁਸੀਂ ਆਪਣਾ ਤੁਹਾਡੀ ਰਾਇਟ ਗੀਅਰ ਪੁਲਿਸ ਔਰ ਦੂਸਰੀ ਜੇ ਕੋਈ ਵਾਇਲੈਂਸ ਹੁੰਦੇ ਉਹਨੂੰ ਰੋਕਣ ਲਈ ਹੈ ਪਰ ਤੁਸੀਂ ਉਹਨਾਂ ਦੇ ਮੁੱਢਲੇ ਹੱਕਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਫੰਡਾਮੈਂਟਲ ਰਾਈਟਸ ਦੇ ਨਾਲ ਹੂੰ ਉਹ ਗੱਲ ਤਾਂ ਕਿਨੇ ਲੈਣੀ ਸੀ ਪਾਣਾ ਵੀ ਵਰਤਾ ਦਿੰਦਾ ਹੈ ਬਿਲਕੁਲ ਉਹਦੇ ਤੋਂ ਬਾਅਦ ਸੁਪਰੀਮ ਕੋਰਟ ਸੂ ਮੋਟੋ ਨੋਟਿਸ ਲੈ ਸਕਦਾ ਸੀ ਕਿ ਬਈ ਤੁਸੀਂ 300 ਬੰਦਾ ਜ਼ਖਮੀ ਕੀਤਾ ਹੈ ਗਨਸ ਉਹ ਜਿਹੜੀਆਂ ਦੁਸ਼ਮਣ ਦੇ ਲਈ ਆ ਰਹੇ ਡਰੋਨਸ ਵਿਦਨ ਸਟੇਟ ਉਹ ਵੀ ਨੇ ਹੁਣ ਜੇ ਕਿਸੇ ਨੇ ਪੈਟੀਸ਼ਨ ਹਲਾਂ ਹੀ ਸਾਰੀ ਸਟੋਰੀ ਦੇ ਸਾਹਮਣੇ ਨਹੀਂ ਹੈ ਵੀ ਪੈਟੀਸ਼ਨ ਕਿਨੇ ਫਾਇਲ ਕੀਤੀ ਹੁਣ ਇਸ ਕਿਸਾਨ ਮੂਵਮੈਂਟ ਦੀ ਆੜ ਦੇ ਵਿੱਚ ਇਕੱਲਾ ਇਹ ਨਹੀਂ ਵੀ 300 ਜ਼ਖਮੀ ਕੀਤੇ ਪੰਜ ਦੀ ਮੌਤ ਹੋਈ ਹੈ ਸ਼ੁਭਕਰਮ ਸਿੰਘ ਵੈਸੇ ਜਿਹੜਾ ਉਹਦੇ ਹੈਡ ਸਿਰਚ ਗੋਲੀ ਲੱਗੀ ਜਿਹੜੀ ਪੋਸਟ ਮਾਰਟ ਨੇ ਰਿਪੋਰਟ ਦੱਸ ਰਹੀ ਹੈ ਪਰ ਇਸ ਸਾਰੇ ਦੌਰ ਚ ਸਿੱਖਾਂ ਨੂੰ ਬਦਨਾਮ ਕਰਨ ਦਾ ਜਿਹੜਾ ਮੀਡੀਆ ਉਹ ਵੀ ਆਪਣਾ ਕੰਮ ਪੂਰਾ ਕਰ ਰਿਹਾ ਹੈ ਔਰ ਕੋਈ ਈਵਨ ਐਫ ਆਈ ਆਰ ਤੱਕ ਰਜਿਸਟਰ ਕਰਕੇ ਕਿਸੇ ਨੂੰ ਜਵਾਬਦੇਹ ਨਹੀਂ ਬਣਾਇਆ ਜਾ ਰਿਹਾ ਜੇ ਇੱਕ ਪੁਲਿਸ ਆਫੀਸਰ ਇਹ ਕਹਿੰਦਾ ਵੀ ਅਸੀਂ ਸ਼ਨਾਖਤ ਕਰ ਰਹੇ ਹਾਂ ਔਰ ਅਸੀਂ ਪਾਸਪੋਰਟ ਆਫਿਸ ਨੂੰ ਲਿਖ ਰਹੇ ਹਾਂ ਪਾਸਪੋਰਟ ਕੈਨਸਲ ਕਰੋ ਤੇ ਕੋਰਟ ਦਾ ਕੋਈ ਜਿਹੜਾ ਉਹ ਇਸ ਦੇ ਉੱਤੇ ਗੱਲ ਨਹੀਂ ਕਰਦਾ ਹੈ ਹੁਣ ਇਸ ਦੇ ਉੱਤੇ ਖਬਰ ਇਸ਼ੂਜ਼ ਰਿਲੇਟਡ ਟੂ ਫਾਰਮਰਸ ਪ੍ਰੋਟੈਸਟ ਸੀਰੀਅਸ ਡੋਟ ਫਾਈਲ ਪਟੀਸ਼ਨਸ ਫਾਰ ਪਬਲਿਸਿਟੀ ਸੁਪਰੀਮ ਕੋਰਟ ਟਾਪ ਕੋਰਟ ਰਿਫਿਊਜ਼ਸ ਟੂ ਐਂਟਰਟੇਨ ਪੀ ਆਈ ਐਲ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਔਨ ਫਾਰਮਰਸ ਪ੍ਰੋਟੈਸਟ ਹੁਣ ਕਿਨੇ ਕੀਤੀ ਜ਼ਾਹਰ ਹੈ ਕੋਈ ਸਿੱਖ ਨੇ ਕੀਤੀ ਹੋਏਗੀ ਕਿ ਭਾਈ ਇਹ ਜਿਹੜਾ ਪੀ ਆਈ ਐਲ ਅਸੀਂ ਕਰ ਰਹੇ ਹਾਂ ਕਿ ਵੀ ਤੁਸੀਂ ਸੁਪਰੀਮ ਕੋਰਟ ਨੋਟਿਸ ਲੈ ਹੁਣ ਤੁਸੀਂ ਖਬਰ ਦਾ ਟ੍ਰੈਂਡ ਦੇਖੋ ਸੁਪਰੀਮ ਕੋਰਟ ਔਨ ਮੰਡੇ ਰਿਫਿਊਜ਼ ਟੂ ਐਂਟਰਟੇਨ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਸੀਕਿੰਗ ਡਾਇਰੈਕਸ਼ਨਸ ਹੁਣ ਉਹਦੇ ਵਿੱਚ PIL ਚ ਕੀ ਲਿਖਿਆ ਹੋਇਆ ਸੀ ਕੋਰਟ ਅਨਕੋਰਟ ਹੈ ਹਮ ਰੈਲੇਵੈਂਟ ਟੂ ਸੀਕ ਡਾਇਰੈਕਸ਼ਨਸ ਟੂ ਰੈਲੇਵੈਂਟ ਅਥਾਰਟिटीज ਟੂ ਟੇਕ ਇਮੀਡੀਏਟ ਐਕਸ਼ਨ ਅਗੇਂਸਟ ਦੋਜ਼ ਅਲੇਜਡਲੀ ਡੀਫੇਮਿੰਗ ਫਾਰਮਰਸ ਐਂਡ ਸਿੱਖਸ ਐਂਡ ਹਰਟਿੰਗ ਹਰਲਿੰਗ ਅਬਿਊਜ਼ਸ ਡੈਰੋਗੇਟਰੀ ਟਰਮਸ ਐਂਡ ਥ੍ਰੈਟਸ ਐਂਡ ਸ਼ੋਇੰਗ ਡਿਸੈਂਸ਼ਨ ਡਿਸਰਪਟਿੰਗ ਦਾ ਕਮਿਊਨਲ ਹਾਰਮਨੀ ਇਨ ਦਾ ਕੰਟਰੀ ਮਨਜ਼ਰ ਹੈ ਕਿ ਕਿਸੇ ਸਿੱਖ ਨੇ ਜਾਂ ਕਿਸੇ ਜੈਨੂਨ ਸ਼ਾਇਰੀ ਨੇ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਲਿਆਂਦੀ ਹੋਵੇਗੀ ਕਿ ਭਾਈ ਸੁਪਰੀਮ ਕੋਰਟ ਹਦਾਇਤਾਂ ਕਰੇ ਕਿ ਇਹਦੇ ਉੱਤੇ ਕਿ ਫਾਰਮਰਸ ਦੇ ਬਹਾਨੇ ਸਮੁੱਚੀ ਸਿੱਖ ਕੌਮ ਨੂੰ ਡੀਫੇਮ ਕੀਤਾ ਜਾ ਰਿਹਾ ਹੈ ਗਾਲਾਂ ਕੱਢੀਆਂ ਜਾ ਰਹੀਆਂ ਨੇ ਘਟਿਆਪਨ ਵਾਲੇ ਜਿਹੜੇ ਨੇ ਟਰਮਸ ਇਸਤੇਮਾਲ ਕੀਤੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਇਸ ਦੇ ਨਾਲ ਜਿਹੜੀ ਮੁਲਕ ਦੀ ਸਦ ਭਾਵਨਾ ਉਸ ਨੂੰ ਖਤਰਾ ਹੈ ਹੁਣ ਇਸ ਦੇ ਉੱਤੇ ਜਸਟਿਸ ਸੂਰਿਆਕਾਂਤ ਦਾ ਬੈਂਚ ਜਿਹੜਾ ਉਹ ਇਹ ਕਹਿੰਦਾ ਕਿ ਸੱਚ ਪੈਟੀਸ਼ਨਸ ਸ਼ੁੱਡ ਨਾਟ ਬੀ ਫਾਈਲਡ ਓਨਲੀ ਫॉर ਪਬਲਿਸਿਟੀ ਪਰਪਸਸਸ ਐਂਡ ਅਲਾਉਡ ਦਾ ਪੈਟੀਸ਼ਨਰ ਟੂ ਵਿਦਡਰਾ ਉਹ ਪਹਿੰਦੇ ਉਹਨੂੰ ਕਹਿੰਦਾ ਵੀ ਤੂੰ ਤਾਂ ਸਟੰਡ ਕਰ ਰਹਾ ਇਹ ਇਦਾਂ ਨਹੀਂ ਕੋਈ ਪੈਟੀਸ਼ਨ ਦੀ ਥਾਂ ਨਹੀਂ ਉਹਨੂੰ ਉਹਨੇ ਇਦਾਂ ਝਾੜਿਆ ਉਹਨੇ ਕਿਹਾ ਜੀ ਮੈਂ ਆਪਣੀ ਪੈਟੀਸ਼ਨ ਵਾਪਸ ਲੈਣਾ ਕਿ ਵੀ ਉਹਨੂੰ ਫੋਰਸ ਕੀਤਾ ਵਿਦਡਰਾ ਕਰਨ ਦਾ ਫੇਰ ਉਹ ਕਹਿ ਰਿਹਾ ਵੀ ਭਾਵੇਂ ਸੀਰੀਅਸ ਨੇ ਇਸ਼ੂ ਫਾਰਮਰਸ ਦੇ ਮੁੱਦੇ ਦੇ ਉੱਤੇ ਹਮ ਪਰ ਇਹਦੇ ਨਾਲ ਸਿਰਫ ਨਿਊਜ਼ਪੇਪਰ ਰਿਪੋਰਟਸ ਦੇ ਲਈ ਪਬਲਿਸਿਟੀ ਲਈ ਫਾਈਲ ਨਾ ਕਰੋ ਡੂ ਨਾਟ ਫਾਈਲ ਸੱਚ ਪਟੀਸ਼ਨਸ ਫॉर ਪਬਲਿਸਿਟੀ ਓਨਲੀ ਬੇਸਡ ਔਨ ਨਿਊਜ਼ਪੇਪਰ ਰਿਪੋਰਟਸ ਇਹਦਾ ਮਤਲਬ ਇਹ ਹੈ ਵੀ ਇਹ ਕੋਈ ਸੱਚੀ ਗੱਲ ਨਹੀਂ ਜੋ ਤੁਸੀਂ ਫਾਰਮਰਸ ਬਾਰੇ ਕਹਿ ਰਹੇ ਹੋ ਇਹ ਅਖਬਾਰਾਂ ਨਹੀਂ ਰਿਪੋਰਟਾਂ ਨੇ ਔਰ ਇਹਦੇ ਤੇ ਆਧਾਰਿਤ ਤੁਸੀਂ ਮਤ ਕਰੋ ਦਾ ਹਾਈ ਕੋਰਟ ਇਸ ਔਲਰੇਡੀ ਸੀਜ਼ਡ ਆਫ ਇਟ ਬੀ ਕੇਅਰਫੁਲ ਵੀ ਆਰ ਨਾਟ ਟੇਕਿੰਗ ਅ ਸਟੈਂਡ ਕੋ ਐਨੀਥਿੰਗ ਸਾਡਾ ਕਿਸੇ ਮੁੱਦੇ ਤੇ ਕੋਈ ਸਾਡਾ ਸਟੈਂਡ ਨਹੀਂ ਹੈ ਡੂ ਯੋਰ ਓਨ ਰਿਸਰਚ ਆਲਸੋ ਥੀਸ ਆਰ ਕੰਪਲੈਕਸ ਇਸ਼ੂਸ ਹੁਣ ਇਹ ਉਹਨੂੰ ਕਹਿ ਰਿਹਾ ਹੈ ਇਹ ਬਹੁਤ ਕੰਪਲੈਕਸ ਇਸ਼ੂ ਨੇ ਆਪਣਾ ਜਾ ਕੇ ਪਹਿਲਾਂ ਆਪਣੀ ਰਿਸਰਚ ਕਰ ਔਰ ਇਸ ਦੇ ਨਾਲ ਫਿਰ ਕਿਉਂਕਿ ਜਿਹੜਾ ਸੀ ਪਟੀਸ਼ਨ ਉਹਦੇ ਸੀ ਅਲੇਜਿੰਗ ਵਾਇਓਲੇਸ਼ਨਸ ਆਫ ਫਾਰਮਰਸ ਰਾਈਟਸ ਬਾਈ ਸੈਂਟਰ ਫੋਰ ਸਟੇਟਸ the PIL also demands adequate compensation to victim farmers and their families hmm. petition je bhi <laughs> si ke bhai uno roko jo tusi is de bahane sikhan de khilaf prachar ho reha hai jehde suffering farmer ne ohna nu compensation deo aur unhan ne it also sought direction to the central and states for free movement of protesting farmers across delhi borders hmm. ke bhai tusi kisanan nu char statean do rokya hoya hai ohna nu delhi border ch aan deo aur उन्होंने एम एस पी और दूसरे तो नहीं से जिक्र किया और उन्होंने कहा भी दटीशनर इज सीकिंग ए रिट ऑफ मेंडामस इन द इंटरेस्ट ऑफ फार्मर्स हु आर फेसिंग अनफेयर ट्रीटमेंट इन देयर पीसफुल प्रोटेस्ट और ए पटिशनर फाइल्ड बाय एग्नोस्टो थियोस मैनेजिंग डायरेक्टर ऑफ सिक्स चैम्बर ऑफ कॉमर्स हाँ ਇਹ ਜਿਹੜੀ ਪੈਟੀਸ਼ਨ ਸੀ ਸਿਕਸ ਚੈਂਬਰ ਆਫ ਕਮਰਸ ਨੇ ਫਾਈਲ ਕੀਤੀ ਉਹ ਕਹ ਰਿਹਾ ਵਾਪਸ ਉਹਨਾਂ ਨੇ ਕਿਹਾ ਜੀ ਆਹ ਹੋ ਰਿਹਾ ਫ੍ਰੀ ਮੂਵਮੈਂਟ ਨੂੰ ਰੈਸਟ੍ਰਿਕਟ ਕੀਤਾ ਹੈ ਨਫਰਤ ਫਰਾਈ ਜਾ ਰਹੀ ਹੈ ਕਿਸਾਨ ਉਹ ਕਹ ਰਿਹਾ ਤੁਸੀਂ ਨਿਊਜ਼ਪੇਪਰ ਰਿਪੋਰਟਾਂ ਦੇ ਉੱਤੇ ਮਤਲਬ ਗੱਲ ਕਰੋ ਹੁਣ ਗੱਲਾ ਇਹੀ ਨਹੀਂ ਕਿ ਬਈ ਉਹਨਾਂ ਨੇ ਸੁਪਰੀਮ ਕੋਰਟ ਨੇ ਕੀਤਾ ਹੁਣ ਅਸੀਂ ਦੇਖਦੇ ਆਂ ਕਿ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਾਂ ਕਿਸਾਨ ਮੋਰਚੇ ਦੀਆਂ ਮੰਗਾਂ ਨੇ ਉਹਨਾਂ ਚ ਇੱਕ ਉਹ ਜਿਹਨੇ ਲਖੀਮਪੁਰ ਖੀਰੀ ਦੇ ਵਿੱਚ ਅਜੀਤ ਮਿਸ਼ਰਾ ਟੈਣੀ ਜਿਹਦੇ ਮੁੰਡੇ ਨੇ ਜਿਹੜੇ ਨੇ ਉਹ ਦਰਦ ਦਿੱਤੇ ਪੰਜ ਕਿਸਾਨ ਇੱਕ ਹਿੰਦੂ ਪੱਤਰਕਾਰ ਔਰ ਉਹਨੂੰ ਹੋਮ ਮਿਨਿਸਟਰ ਡਿਪਟੀ ਮਿਨਿਸਟਰ ਆਫ ਸਟੇਟ ਬਣਾਇਆ ਹੋਇਆ ਹੁਣ ਜਿਹੜੀ ਪਹਿਲੀ ਲਿਸਟ ਭਾਜਪੀ ਨੇ ਜਾਰੀ ਕੀਤੀ ਹੈ ਉਮੀਦਵਾਰਾਂ ਦੀ ਉਹਦੇ ਚ ਅਜੀਤ ਮਿਸ਼ਰਾ ਟੈਣੀ ਨੂੰ ਅਗੇਨ ਐਮਪੀ ਦੀ ਟਿਕਟ ਉਸੇ ਹੀ ਲਖੀਮਪੁਰ ਖੀਰੀ ਤੋਂ ਦਿੱਤੇ ਹਾਲਾਂ ਜਿਹੜੀਆਂ ਮੰਗਾਂ ਦਾ ਚਾਰਟਰ ਹੈ ਉਹਦੇ ਚ ਇਹ ਹੈ ਕਿ ਭਾਈ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ ਇਨੂੰ ਕੱਢਿਆ ਜਾਏ ਔਰ ਇਹਦੇ ਇਹਦੀ ਭੇਲ ਕੈਨਸਲ ਕੀਤੀ ਜਾਏ ਇਹਦੇ ਮੁੰਡੇ ਦੇ ਵੀ ਜਿਹੜੀ ਸੁਪਰੀਮ ਕੋਰਟ ਨੇ ਦਿੱਤੀ ਹੋਈ ਹੈ ਪਰ ਇਹ ਉਹਨੂੰ ਦੁਬਾਰਾ ਟਿਕਟ ਦੇਣਾ ਇਹ ਦੱਸਦਾ ਹੈ ਕਿ ਭਾਈ ਇਹ ਕੀ ਜਿਹੜਾ ਇਹਨਾਂ ਦੀ ਅਸਲੀ ਨੀਤੀ ਕੀ ਹੈ ਹਨਾ ਕਿਸਾਨ ਯੂਨੀਅਨਾਂ ਨੇ ਕੋਈ ਇਹਨਾਂ ਦਾ ਆਪਸੀ ਕੋਈ ਗੱਲਬਾਤ ਹੈ ਜੇ ਕਿਸੇ ਸਿਰੇ ਕੰਡੇ ਲੱਗੀ ਨਹੀਂ ਲੱਗਦੀ ਹੁਣ ਉਹਨਾਂ ਨੇ ਇਹ ਕਾਲ ਦਿੱਤੀ ਹੈ ਫਾਰਮਰਸ ਟੂ ਇੰਟੈਂਸੀਫਾਈ ਐਜੀਟੇਸ਼ਨ ਪਲਾਨ ਟੂ ਸਟਾਪ ਟ੍ਰੇਨਸ ਔਰ ਮਾਰਚ 10 farmers from across the country except punjab and haryana will head for delhi by buses trains etc instead of tractor trolley on march 6th 6 march di jehdi hai ohna ne delhi de vich jehdi hai call ditti hai utthe protest di par punjab to nahi jaan gaye ke ji kyunki tractor trolley is allowed nahi ne ohna kehya ji busan dooje teejhe te jao koi mainu hala us din sade ek do viewers ne kehya ji tusi thoda ja ਖਾਰਸ਼ ਹੋਏ ਕਿਸਾਨ ਲੀਡਰਸ਼ਿਪ ਦੇ ਉੱਤੇ ਜਿਹਦੇ ਵਿੱਚ ਮੈਂ ਕਿਹਾ ਇਸ ਵੀ ਕਲੂਲੈਸ ਨੇ ਡਾਇਰੈਕਸ਼ਨਲੈਸ ਨੇ ਦੇਖੋ ਸਾਡਾ ਦਿਲ ਉਹਨਾਂ ਦੇ ਨਾਲ ਧੜਕਦਾ ਹੈ ਪਲ ਵੀ ਐਸਾ ਨਹੀਂ ਹੈ ਜਿਹੜਾ ਸਾਨੂੰ ਚੈਨ ਨਾਲ ਬਹਿਣ ਦਿੰਦਾ ਪਰ ਜਦੋਂ ਤੁਹਾਨੂੰ ਨਜ਼ਰ ਆ ਰਹੀਆਂ ਹੁੰਦੀਆਂ ਨੇ ਕੁਝ ਚੀਜ਼ਾਂ ਫਿਰ ਇਹ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿਹੜਾ ਉਹ ਇਸ ਦੇ ਉੱਤੇ ਗੱਲ ਕਰੀਏ ਹੁਣ ਇੱਕ ਪਾਸੇ ਸੁਪਰੀਮ ਕੋਰਟ ਨੂੰ ਜਿਸ ਸਿੱਖਾਂ ਦਾ ਜਾਂ ਕਿਸਾਨਾਂ ਦਾ ਮੁੱਦਾ ਹੈ ਤੇ ਇੱਥੇ ਤਾਂ ਇਹੀ ਨਜ਼ਰ ਆ ਰਿਹਾ ਕਿ ਜੀ ਥਰੋਅ ਆਊਟ ਕਰੋ ਇਹਨੂੰ ਪਬਲਿਕ ਇੰਟਰਸਟ ਡਿਲੀਗੇਸ਼ਨ ਕੋਈ ਨਹੀਂ ਹੈ ਪਰ ਦੂਜੇ ਪਾਸੇ ਸੁਪਰੀਮ ਕੋਰਟ ਨੂੰ ਮੀਡੀਆ ਕਹਿ ਰਿਹਾ ਦੇਖੋ ਜੀ ਉਹਨਾਂ ਨੇ ਲਾਅ ਕਰਤਾ ਕਿ ਜੀ ਜਿਹੜੇ ਜਿਹੜੇ ਐਮ ਐਲ ਏ ਨੇ ਜਾਂ ਐਮ ਪੀ ਨੇ ਉਹਨਾਂ ਦੇ ਉੱਤੇ ਜੇ ਉਹ ਪੈਸੇ ਲੈਂਦੇ ਨੇ ਕਰਪਟ ਨੇ ਤਾਂ ਕੇਸ ਚੱਲ ਸਕਦਾ ਲਾ ਮੇਕਰਸ ਆਰ ਨਾਟ ਇਮਿਊਨ ਟੂ ਪ੍ਰੋਸੀਕਿਊਸ਼ਨ ਫॉर ਟੇਕਿੰਗ ਬ੍ਰਾਈਬਸ ਟੂ ਵੋਟ অর మేక్ स्पीਚੇਸ ਇਨ ਹਾਊਸ ਇਹ 1996 ਦਾ ਜਿਹੜਾ ਉਹਨਾਂ ਦਾ 1998 ਦਾ ਹੂੰ ਆਪਣਾ ਹੀ ਫੈਸਲਾ ਸੀ ਸੁਪਰੀਮ ਕੋਰਟ ਦਾ ਨਰਸਿਮਾ ਰਾਓ ਦੀ ਕਰਪਸ਼ਨ ਸਾਹਮਣੇ ਆਈ ਸੀ ਕਿ ਉਹਨੇ ਮੈਜੋਰਟੀ ਕਾਇਮ ਰੱਖਣ ਲਈ ਕਿਵੇਂ ਝਾਰਖੰਡ ਮੁਕਤੀ ਮੋਰਚੇ ਦੇ ਐਮਪੀਆ ਨੂੰ ਔਰ ਦੂਸਰਿਆਂ ਨੂੰ ਪੈਸੇ ਦਿੱਤੇ ਸੀ ਔਰ ਉਹਦੇ ਚੋਂ ਇਹ ਸੀ ਕਿ ਜੀ ਉਹ ਉਹਨਾਂ ਦੇ ਉੱਤੇ ਜਿਹੜੇ ਐਮਪੀ ਨੇ ਜਾਂ ਐਮਐਲਏ ਨੇ ਮੁਕੱਦਮਾ ਨਹੀਂ ਚੱਲ ਸਕਦਾ ਜਿੰਦੀ ਦੇ ਤੱਕ ਕੋ ਸਿਟਿੰਗ ਨਹੀਂ ਔਰ ਹੁਣ ਸੁਪਰੀਮ ਕੋਰਟ ਨੇ 25 ਸਾਲ ਬਾਅਦ ਉਹ ਫੈਸਲਾ ਬਦਲ ਕੇ ਕਿਹਾ ਨਹੀਂ 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 ਜੀ ਉਹਨਾਂ ਤੇ ਵੀ ਚੱਲ ਸਕਦਾ ਫਿਰ ਇਸੇ ਤਰ੍ਹਾਂ ਜੇ ਇਲੈਕਟਰਲ ਬਾਂਡਸ ਦਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਹੈ ਤੇ ਹੁਣ ਜਿਹੜਾ ਸਟੇਟ ਬੈਂਕ ਆਫ ਇੰਡੀਆ ਹੈ ਉਹਨੇ ਕਿਹਾ ਕਿ ਜੀ ਸਾਨੂੰ ਤੁਸੀਂ 30 ਜੂਨ ਤੱਕ ਟਾਈਮ ਦਿਓ ਕਿਉਂਕਿ ਉਹਨਾਂ ਨੇ ਕਿਹਾ ਵੀ ਦੱਸੋ ਕਿਡੀਆਂ ਪਾਰਟੀਆਂ ਨੂੰ ਕਿਨੇ ਕਿਨੇ ਇਲੈਕਟਰਲ ਬਾਂਡ ਦਿੱਤੇ ਨੇ ਉਹਨੇ ਕਿਹਾ ਜੀ 30 ਜੂਨ ਤੱਕ ਮਤਲਬ ਇਹ ਹੈ ਕਿ ਵੀ ਆ ਸਾਰਾ ਵਕਤ ਲੰਘਾ ਲਓ ਇਲیکشن ਆ ਹੋ ਜਾਣਗੇ ਫਿਰ ਉਹ ਵਾਪਸ ਮੋਦੀ ਦੀ ਸਰਕਾਰ ਬਣਾ ਦੇਣਗੇ ਜੀ ਵੀ ਐਮ ਰਾਹੀਂ ਬਣਾਣ ਜਾਂ ਧੱਕੇ ਨਾਲ ਬਣਾਣ ਜਾਂ ਸਿੱਖਾਂ ਮੁਸਲਮਾਨਾਂ ਦਾ ਜਨੋਸਾਈਡ ਕਰਕੇ ਬਣਾਣ ਹਉਮਤ ਨੂੰ ਦੂਸਰੀ ਤਰਫੋਂ ਲੱਗੇਗਾ ਵੀ ਦੇਖੋ ਸੁਪਰੀਮ ਕੋਰਟ ਕਿਨੇ ਮਜ਼ਬੂਤ ਡਿਸੀਜਨ ਲੈ ਰਿਹਾ ਉਹਨੇ ਕਿਹਾ ਨਹੀਂ 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 ਪ੍ਰੋਸੀਕਿਊਟ ਕਰੋ ਪਰ ਜੇ ਸਿੱਖ ਕਿਸਾਨਾਂ ਦਾ ਮੁੱਦਾ ਜਿਹੜੇ ਇਹਨਾਂ ਦੇ ਢਿੱਡ ਪਰਦੇ ਨੇ ਆਉਂਦਾ ਤੇ ਉਹਨੂੰ ਪੀਆਈਐਲ ਨੂੰ ਬਾਹਰ ਸੁੱਟਦਾ ਕਿ ਤੁਸੀਂ ਪਬਲਿਸਿਟੀ ਸਟੰਟ ਕਰ ਰਹੇ ਹੋ ਇਹ ਗੁਲਾਮਾਂ ਦੀ ਹਾਲਤ ਹੂ ਬਿਲਕੁਲ ਜੀ ਰਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣਾ ਬ੍ਰੇਕ ਈਵਰਸ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟ੍ਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸਹੂਲਤ ਮੌਜੂਦ ਹੈਵੀ ਡਿਊਟੀ ਰਿਪੇਅਰ ਔਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ ਡੀਪੀਐਫ ਕਲੀਨਿੰਗ ਬ੍ਰੇਕ ਸਰਵਿਸ ਜਰ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ਬ੍ਰੇਕਫਾਸਟ ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡ라이ਵਰ ਅਤੇ ট্রাক ਆਪਰੇਟਰ ਵੀ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ট্রাক ਸਰਵਿਸ 58 ਟ੍ਰਾਇੰਗਲ ਡਰਾਈਵ ਵੇਅਰਸਕਿਪ ਵਰਜੀਨੀਆ 24486 ਕੀ ਤੁਸੀਂ ਰੋਜ਼ਾਨੀ ਵਿਊਅਰਸ ਵੈਲਕਮ ਬੈਕ ਟੂ ਆਰ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਹਿੰਦੀ ਬੈਲਟ ਨਾਲ ਸੰਬੰਧਿਤ ਸਾਡੇ ਕੋਲ ਇੱਕ ਵੀਰ ਵੱਲੋਂ ਪੁੱਛਿਆ ਗਿਆ ਹੈ ਕਿ ਹਿੰਦੀ ਬੈਲਟ ਦੇ ਲੋਕਾਂ ਨੂੰ ਖਾਲਸਾਨ ਦੇ ਹੱਕ ਵਿੱਚ ਕਰਨ ਲਈ ਕੀ ਦਲੀਲਾਂ ਹਨ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਦੇਖੋ ਇਸ ਪਲੇਟਫਾਰਮ ਤੋਂ ਅਸੀਂ ਵਿਚਾਰ ਚਰਚਾ ਨੂੰ ਇਨਕਰੇਜ ਕਰਦੇ ਹਾਂ ਉਸ ਦੀ ਹੌਸਲਾ ਫਸਾਈ ਕਰਦੇ ਹਾਂ ਕਿਉਂਕਿ ਸਾਡੇ ਲਈ ਵੀ ਇਹ ਸਿੱਖਣ ਵਾਲਾ ਹੁੰਦਾ ਹੈ ਹਾਂਜੀ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਾ 12 ਸਾਲਾਂ ਦੇ ਵਿੱਚ ਅਸੀਂ ਆਪਣੇ ਵਿਊਅਰਸ ਦੀ ਸਾਂਝੀ ਵਿਜ਼ਡਮ ਚੋਂ ਵੀ ਔਰ ਜਿਹੜੇ ਇੰਡੀਵਿਜੂਅਲਸ ਨੇ ਇਸ ਦੇ ਲਈ ਰੋਲ ਅਦਾ ਕੀਤਾ ਹੈ ਔਰ ਕਰ ਰਹੇ ਨੇ ਅਸੀਂ ਬਹੁਤ ਕੁਝ ਸਿੱਖਿਆ ਔਰ ਜਿੱਥੇ ਤੱਕ ਸਿੱਖੀ ਵੈਲਿਊਜ਼ ਦਾ ਤਾਲੁਕ ਹੈ ਜਦੋਂ ਅਸੀਂ ਪਹਿਲੀ ਕਿਸਾਨ ਮੂਵਮੈਂਟ ਜਿਹੜੀ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਰਹੀ ਔਰ ਸਕਸੈਸ ਦੇ ਨਾਲ ਤਿੰਨ ਖੇਤੀ ਕਾਨੂੰਨ ਵਾਪਸ ਮੜਵਾ ਕੇ ਮੁੜੇ ਹਾਂ ਆਲਾ ਵੱਖਰੀ ਗੱਲ ਹੈ ਕਿ ਦੀਪ ਸਿੱਧੂ ਨੇ ਸੁਜੈਸਟ ਕੀਤਾ ਸੀ ਅਜੇ ਕੁਝ ਹਫ਼ਤੇ ਬੈਠੇ ਰਹੋ ਹੋਰ ਐਮਐਸਪੀ ਔਰ ਬਾਕੀ ਮੰਗਾ ਵੀ ਮਨਵਾ ਕੇ ਮੁੜੋ ਲੇਕਨ ਉਹ ਤਾਂ ਹੁਣ ਜਿਹੜੀਆਂ ਚੋਣਾਂ ਹੋਣ ਵਾਲੀਆਂ ਸੀ ਅਸੈਂਬਲੀ ਦੀਆਂ ਉਸ ਦੇ ਲਈ ਕਾਮ ਰੈਡੀ ਲੀਡਰਸ਼ਿਪ ਜਿਹੜੀ ਹੈ ਵਿੱਚ ਵੜੀ ਹੋਈ ਉਹ ਤਰਲੋ ਮੱਛੀ ਹੋ ਰਹੀ ਸੀ ਵੀ ਅਸੀਂ ਕਿਵੇਂ ਪਾਵਰ ਸਥਿਾਈ ਹੈ ਤੋ ਉਹ ਇੱਕ ਵੱਖਰੀ ਕਹਾਣੀ ਹੈ ਕਿ ਇਹ ਸਾਰੇ ਕਿਵੇਂ ਹੋਇਆ ਲੇਕਿਨ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਪੋਜ਼ਿਟਿਵ ਹੋਈਆਂ ਹਾਲਾਂ ਉਸ ਤੋਂ ਪਹਿਲਾਂ ਹੀ ਜਾਟ ਬੈਲਟ ਦੇ ਵਿੱਚ ਇੱਕ ਅਵੇਅਰਨੈਸ ਖਾਸ ਤੌਰ ਤੇ ਜਾਟ ਰਿਜ਼ਰਵੇਸ਼ਨ ਤੋਂ ਬਾਅਦ ਸਾਡੇ ਵੀਰ ਜਿਵੇਂ ਮਨੋਜ ਸਿੰਘ ਦੂਹਨ ਉਹਨਾਂ ਨੇ ਸਿੱਖੀ ਜਿਹੜਾ ਉਹ ਜੀਵਨ ਦੇ ਵਿੱਚ ਆਏ ਗੁਰੂ ਦਾ ਅੰਮ੍ਰਿਤ ਲਿਆ ਔਰ ਉਹ ਇੱਕ ਬੜੇ ਯੂਨੀਕ ਅੰਦਾਜ਼ ਦੇ ਵਿੱਚ ਸਿੱਖੀ ਪ੍ਰਚਾਰ ਕਰ ਰਹੇ ਨੇ ਲਾਈਬ੍ਰੇਰੀਜ਼ ਦੇ ਲਈ اور ਦੂਸਰੇ ਲਈ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਦੇ ਸੈੱਟ ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਬ੍ਰਾਊਡਰ ਜਿੱਥੇ ਉਹ ਆਪਣੇ जाट ਭਾਈਚਾਰੇ ਦੇ ਵਿੱਚ ਅਵੇਅਰਨੈਸ ਪੈਦਾ ਕਰ ਰਹੇ ਨੇ ਉੱਥੇ ਨਾਲ ਦੀ ਨਾਲ ਉਹਨਾਂ ਦਾ ਈਵਨ ਦਲਿਤ ਭਾਈਚਾਰੇ ਦੇ ਨਾਲ ਵੀ ਜਿੱਥੇ ਡਾਕਟਰ ਬੀ ਆਰ ਅੰਬੇਦਕਰ ਔਰ ਉਹਨਾਂ ਨਾਲ ਸੰਬੰਧਿਤ ਕੋਈ ਵਿਚਾਰ ਗੋਸ਼ਟੀ ਹੁੰਦੀ ਹੈ ਉਹਦੇ 'ਚ ਵੀ ਉਹਨਾਂ ਨੂੰ ਖਾਸ ਸੱਦੇ ਦੇ ਉੱਤੇ ਸੱਦਿਆ ਜਾਂਦਾ ਹੈ ਔਰ ਉਹ ਅਸਲ ਦੇ ਵਿੱਚ ਇੱਕ ਉਹਨਾਂ ਦਾ ਅੰਦਾਜ਼ੇ ਬਿਆ ਹੈ ਜਿਹੜਾ ਬੜਾ ਯੂਨੀਕ ਵੀ ਹੈ ਔਰ ਹਿਸਟੋਰਿਕਲੀ ਕਿਉਂਕਿ ਜਿਵੇਂ ਮੈਂ ਅੱਗੇ ਵੀ ਕਹਿਇਆ ਸੀ ਕਿ ਐਨਾਲਿਟিক্যাল ਮਾਈਂਡ ਹੈ ਤੱਥਾਂ ਨਾਲ ਗੱਲ ਕਰਦੇ ਨੇ ਔਰ ਉਹਨਾਂ ਦਾ ਆਰਗੂਮੈਂਟ ਜਿਹੜਾ ਹੈ ਇਹ ਬੜਾ ਮਜ਼ਬੂਤ ਹੁੰਦਾ ਹੈ ਕਿ ਭਾਈ ਜਦੋਂ Karl Marx ਨੇ ਆਪਣੀ ਥਿਉਰੀ ਦਿੱਤੀ ਜਾਂ ਬਾਅਦ ਵਿੱਚ ਉਸ ਨੂੰ Mao Zedong ਨੇ ਆਪਣੇ ਅੰਦਾਜ਼ ਦੇ ਵਿੱਚ ਉਹਦਾ ਚਾਈਨੀਜ਼ ਫਾਰਮ ਬਣਾਇਆ ਤੇ ਉਹ ਜਿਹੜੀ ਸਟਰਗਲ ਸੀ ਉਹ ਹੈਵ অর ਹੈਵ ਨਾਟ ਦੇ ਵਿਚਾਰੇ ਸੀ ਕਿ ਇੱਕ ਪਾਸੇ ਵੈਲਥ ਹੈ ਜੀ ਇੱਕ ਪਾਸੇ ਉਹਨੇ ਜਿਨ੍ਹਾਂ ਕੋਲ ਨਹੀਂ ਹੈ ਸੋ ਉਹ ਜਿਹਨੂੰ ਕਲਾਸ ਸਟਰਗਲ ਕਹਿੰਦੇ ਨੇ ਇਹ ਹੈ ਲੇਕਿਨ ਉਹਨਾਂ ਨੇ ਇਹ ਬਿਲਕੁਲ ਠੀਕ ਕਿਹਾ ਕਿ ਜਦੋਂ ਅਸੀਂ ਆਪਣੇ ਇਸ ਖਿੱਤੇ 'ਚ ਗੱਲ ਕਰਦੇ ਆ ਸਾਊਥ ਏਸ਼ੀਆ ਦੇ ਵਿੱਚ ਇਨ ਜਨਰਲ ਜਾਂ ਅੱਜ ਦੇ ਭਾਰਤ ਦੇ ਵਿੱਚ ਕਿ ਇੱਥੇ ਸਟਰਗਲ ਜਿਹੜੀ ਹੈ ਉਹ ਕਲਾਸ ਸਟਰਗਲ ਨਹੀਂ ਇੱਥੇ ਜਿਹੜੀ ਸਟਰਗਲ ਹੈ ਉਹ ਬ੍ਰਾਹਮਣਵਾਦ ਦੇ ਖਿਲਾਫ ਹੈ ਕਿਉਂਕਿ ਬ੍ਰਾਹਮਣਵਾਦ ਨੇ ਉਹ ਵਰਣ ਦੇ ਨਾਂ ਥੱਲੇ ਉਹ ਕ੍ਰੀਏਟ ਕੀਤਾ ਜਿਹਦੇ ਵਿੱਚ ਬਾਕੀ ਜਿਹੜੇ ਵਰਣ ਨੇ ਉਹਦੇ ਸਬਸਰਵੀਐਂਟ ਨੇ ਹਮ ਔਰ ਇੱਕ ਜ਼ਿਆਦਾ ਕੰਪਲੈਕਸ ਹੈ ਕਲਾਸ ਤੁਹਾਨੂੰ ਸਮਝ ਆਉਂਦਾ ਨਾ ਵੀ ਇੱਕ ਗਰੀਬ ਝੁੱਗੀ 'ਚ ਰਹਿ ਰਿਹਾ ਹੈ ਇੱਕ ਮਹਿਲ 'ਚ ਰਹਿ ਰਿਹਾ ਤੁਹਾਨੂੰ ਇਹ ਹੈ ਕਿ ਬਈ ਮਹਿਲ 'ਚ ਰਹਿਣ ਵਾਲਾ ਜਾਂ ਵੱਡਾ ਫਿਊਡਲ ਜ਼ਮੀਂਦਾਰ ਹੈ ਜਾਂ ਉਹ ਕਿਸੇ ਕਾਰਖਾਨੇ ਦਾ ਮਾਲਕ ਹੈ ਉਹਨੇ ਗਰੀਬਾਂ ਦਾ ਖੂਨ ਲੁੱਟਿਆ ਗਰੀਬਾਂ ਨੂੰ ਉਹਨੇ ਕੱਚਾ ਇੰਦਰ ਬਣਾਇਆ ਰਾ ਮਟੀਰੀਅਲ ਬਣਾਇਆ ਰੋ ਕਰ ਰਹੇ ਉਹਦੇ ਚ ਛੁੱਗੀਆਂ ਚੋਂਪੜੀਆਂ ਵਾਲੇ ਇਕੱਠੇ ਹੋ ਜਾਣਗੇ ਮਹਿਲਾਂ ਨੂੰ ਢਾ ਦੇਣਗੇ ਉਹਨੂੰ ਬਾਹਰ ਕੱਢ ਕੇ ਜਿਹੜਾ ਉਹਦਾ ਕੰਮ ਕਰ ਦੇਣਗੇ ਰੈਵਲੂਸ਼ਨ ਹੋ ਗਿਆ ਕੰਪਲੀਟ ਹੋ ਗਿਆ ਰਸ਼ੀਆ ਚ ਇੰਡਸਟਰੀਅਲ ਵਰਕਰਸ ਨੇ ਇਹੀ ਕੰਮ ਕੀਤਾ ਚੀਨ ਦੇ ਵਿੱਚ ਜਿਹੜਾ ਖੇਤੀਬਾੜੀ ਆਧਾਰਿਤ ਮਜ਼ਦੂਰ ਸੀ ਉਹਨਾਂ ਨੇ ਇਹ ਕੰਮ ਕੀਤਾ ਸੋ ਦੋਨੋਂ ਹੀ ਜਿਹੜੇ ਰੈਵਲੂਸ਼ਨ ਨੇ ਜਾਂ ਤਬਦੀਲੀਆਂ ਨੇ ਰਸ਼ੀਆ ਔਰ ਚਾਈਨਾ ਦੀਆਂ ਇੱਕ ਫੈਕਟਰੀ ਵਰਕਰਸ ਔਰ ਦੂਸਰਿਆਂ ਦੇ ਕਿਉਂਕਿ ਹੈਵिली ਇੰਡਸਟਰੀਅਲਾਈਜ਼ੇਸ਼ਨ ਨੇ ਰਸ਼ੀਆ ਨੂੰ ਇਹ ਰੀਅਲਾਈਜ਼ ਕਰਵਾ ਦਿੱਤਾ ਕਿ ਭਾਈ ਉੱਥੇ ਕੀ ਹੈ ਬਾਕੀ ਉਹਨਾਂ ਦਾ ਇੱਕ ਵੱਖਰਾ ਇਤਿਹਾਸ ਹੈ ਕਿ ਭਾਈ ਕਿਵੇਂ ਉਹ ਅਵੇਅਰਨੈਸ ਪੈਦਾ ਹੁੰਦੀ ਹੈ ਲੇਕਿਨ ਜੇ ਤੁਸੀਂ ਇੱਕ ਲੇਮੈਨ ਦੇ ਐਂਗਲ ਤੋਂ ਸਮਝਣ ਦਾ ਹੋਏ ਤਾਂ ਉਹ ਹੈਵ ਔਰ ਹੈਵ ਨਾਟ ਦੇ ਵਿਚਾਰੇ ਆ ਇੱਕ ਔਰ ਉੱਥੇ ਉਹ ਖੇਤੀ ਕਾਮਿਆਂ ਨੇ ਜੀ ਉੱਥੇ ਕਾਰਖਾਨੇ ਦੇ ਵਰਕਰਾਂ ਨੇ ਲੇਕਿਨ ਜਦੋਂ ਤੁਸੀਂ ਭਾਰਤ ਦੇ ਵਿੱਚ ਔਰ ਕਈ ਵਾਰੀ ਸਾਡੇ ਆਪਣੇ ਵੀ ਜਿਹੜੇ ਲੋਕ ਚੰਗੇ ਪਰ ਰਹਿੰਦੇ ਉਹ ਕਹਿੰਦੇ ਨੇ ਔਰ ਮੇਰੇ ਇੱਕ ਬੜੇ ਪਿਆਰੇ ਸੱਜਣ ਉਹਨਾਂ ਨੇ ਮੈਨੂੰ ਕਹਿਣਾ ਕਿ ਜੀ ਤੁਸੀਂ ਜਦੋਂ ਇਹ ਬ੍ਰਾਹਮਣਵਾਦ ਲਫ਼ਜ਼ ਕਹਿੰਦੇ ਹੋ ਤੇ ਤੁਸੀਂ ਇਹ ਵੀ ਕਹਿੰਦੇ ਹੋ ਵੀ ਇਹ ਵੀ ਜਿਹੜੇ ਆਪਣੇ ਪੁਰਜੇ ਨੇ ਬਾਦਲ ਤਲਵੰਡੀ ਟੋੜੇ ਕਾਫੀ ਪੁਰਾਣੀ ਗੱਲ ਹੈ ਹੂੰ ਇਹ ਸਾਰੇ ਵੀ ਬ੍ਰਾਹਮਣਵਾਦ ਦੇ ਪੁਰਜੇ ਨੇ ਮੈਂ ਉਹ ਕਹਿੰਦਾ ਵੀ ਕੀ ਇਹਨਾਂ ਦਾ ਕੋਈ ਬੰਦਾ ਕੋਈ ਬੈਠੇ ਹੋਏ ਨੇ ਬਨਾਰਸ ਦੇ ਵਿੱਚ ਜਾਂ ਨਾਗਪੁਰ ਦੇ ਵਿੱਚ ਜਿਹੜੇ ਨੀਤੀਆਂ ਬਣਾਉਂਦੇ ਨੇ ਉਹ ਫਿਰ ਇਹਨਾਂ ਨੂੰ ਕਰਦੇ ਨੇ ਮੈਂ ਕਿਹਾ ਨਹੀਂ ਇਹ ਇੱਕ ਜਦੋਂ ਤੁਸੀਂ ਇੱਕ ਵਰਗ ਨੂੰ ਸਾਈਕੋਲੋਜੀਕਲ ਕੈਜੂਐਲਟੀ ਬਣਾ ਦਿੰਦੇ ਹੋ ਉਹਦੀ ਮਾਨਸਿਕਤਾ ਚੋਂ ਉਸ ਥਾਟ ਖੋ ਲੈਂਦੇ ਹੂੰ ਉਹ ਠੀਕ ਤੇ ਗਲਤ ਦਾ ਫੈਸਲਾ ਹੀ ਨਹੀਂ ਕਰ ਸਕਦਾ ਉਹ ਜਿਹਨੂੰ ਅੱਜ ਦੀ ਲੈਂਗੁਏਜ ਪ੍ਰੋਗਰਾਮਿੰਗ ਕਹਿੰਦੇ ਨੇ ਉਹ ਉਵੇਂ ਹੀ ਸਬਸਰਵੀਐਂਟ ਹੋ ਜਾਂਦੇ ਨੇ ਤੇ ਦੂਸਰਾ ਤਬਕ ਜਿਹਨੇ এডਿਕੇਸ਼ਨ ਆਪਣੇ ਕੋਲ ਰੱਖੀ ਹੋਈ ਹੈ 3-4 ਹਜ਼ਾਰ ਸਾਲ ਤੋਂ ਕਿਸੇ ਨੂੰ ਪੜ੍ਹਨੇ ਨਹੀਂ ਦਿੱਤਾ ਗਿਆ ਔਰ ਕੱਲੀ ਉਹ এডਿਕੇਸ਼ਨ ਅਖਰਾਂ ਤੱਕ ਨਹੀਂ ਹੈ ਬਹੁਤ ਸਾਰੇ ਸਮਝਦੇ ਨੇ ਹੁਣ ਤੁਸੀਂ इवन ਜਿਹੜਾ ਕਸ਼ਤਰੀਆ ਕਲਨ ਹੈ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਹਥਿਆਰ ਚੁੱਕਣੇ ਨੇ ਡਿਫੈਂਡ ਕਰਨਾ ਹੈ ਜੀ ਪਰ ਜਿਹੜੇ ਉਹਨਾਂ ਦੇ ਹਥਿਆਰਬੰਦ ਟ੍ਰੇਨਿੰਗ ਦੇਣ ਵਾਲੇ ਗੁਰੂ ਸੀ ਉਹ ਕਸ਼ਤਰੀ ਨਹੀਂ ਸੀ ਉਹ ਬ੍ਰਾਹਮਣ ਸੀ ਹੁਣ ਪਰਸ਼ੂਰਾਮ ਕੌਣ ਹੈ ਜਾਂ ਦਰੋਣਾਚਾਰੀਆ ਕੌਣ ਹੈ ਜੇ ਤੁਸੀਂ ਇਹਨਾਂ ਦੇ ਟੈਕਸਟ ਨੂੰ ਹੀ ਕੋਟ ਕਰੋ ਬਿਲਕੁਲ ਇਵਨ ਹਥਿਆਰਬੰਦ ਸੰਘਰਸ਼ ਦੇ ਜਾਂ ਜਿਹੜੀ ਉਹਦੀ ਟ੍ਰੇਨਿੰਗ ਹੈ ਹਥਿਆਰਾਂ ਦੀ ਉਹਦਾ ਗੁਰੂ ਵੀ ਬ੍ਰਾਹਮਣ ਹੈ ਜਿਹੜੀ ਅਦਰਵਾਇਜ਼ ਐਜੂਕੇਸ਼ਨ ਹੈ ਉਹਦਾ ਵੀ ਹੈ ਮੰਦਿਰ ਦੇ ਵਿੱਚ ਤਾਂ ਉਹਦੇ ਕੋਲ ਹੈ ਹੀ ਹੈ ਰਾਜੇ ਦੇ ਦਰਬਾਰ 'ਚ ਵੀ ਉਹ ਕੁੱਲਪ੍ਰੋਤ ਬਣ ਕੇ ਬੈਠਾ ਹੈ ਰਾਜਯੋਗੀ ਬਣਿਆ ਹੋਇਆ ਉਹਦੀ ਮਰਜ਼ੀ ਤੋਂ ਬਿਨਾ ਕੋਈ ਫੈਸਲਾ ਹੋ ਹੀ ਨਹੀਂ ਸਕਦਾ ਸੋ ਉਹਨੇ ਹਰ ਜਿਹੜਾ ਤੁਹਾਡਾ ਸਮਾਜ ਦਾ ਸੁਸਾਇਟੀ ਦਾ ਹਰ ਸ਼ੋਭ ਹੈ ਉਸ ਦੇ ਉੱਤੇ ਉਹਨੇ ਕੰਟਰੋਲ ਕੀਤਾ ਔਰ ਇਨਾ ਪੱਕਾ ਕੰਟਰੋਲ ਕੀਤਾ ਕਿ ਉਹ ਜਨਮजात ਬਣਾ ਦੁੱਤਾ ਔਰ 3-4 ਹਜ਼ਾਰ ਸਾਲ ਤੋਂ ਜਦੋਂ ਤੁਹਾਡੀ ਔਰ ਹੁੰਦਾ ਇਹ ਹੈ ਵੀ ਤੁਸੀਂ ਸੰਗਲ ਦੇ ਨਾਲ ਬੰਨਦੇ ਹੋ ਮੱਝ ਨੂੰ ਬੰਨਦੇ ਹੋ ਜਾਂ ਗਾਂ ਨੂੰ ਬੰਨਦੇ ਹੋ ਇੱਕ ਸਟੇਜ ਆਂਦੀ ਹੈ ਵੀ ਸੰਗਲ ਨਾ ਵੀ ਹੋਏ ਜੇ ਤੁਹਾਨੂੰ ਤੁਸੀਂ ਉਹਦੀਆਂ ਲੱਤਾਂ ਨੂੰ ਹੱਥ ਲਾਦੇ ਹੋ ਤੇ ਉੱਥੇ ਹੀ ਖੜੀ ਰਹਿੰਦੇ ਉਹਨੂੰ ਉਹਦੀ ਟ੍ਰੇਨਿੰਗ ਹੋ ਜਾਂਦੀ ਹੈ ਕਿ ਵੀ ਮੈਂ ਇਹ ਮੇਰਾ ਕਿੱਲਾ ਹੈ ਕਿ ਵੀ ਮੈਂ ਇੱਥੋਂ ਕਿਤੇ ਨਹੀਂ ਜਾਣਾ ਇਹ ਕਿੱਲਾ ਘਰੇਲੂ ਡੋਮੈਸਟਿਕ ਐਨੀਮਲਸ ਲਈ ਨਹੀਂ ਹੁੰਦਾ ਸਰਕਸ ਦੇ ਵਿੱਚ ਉਹਨੂੰ ਉਹੀ ਸ਼ੇਰ ਉਹੀ ਜਿਹੜੇ ਖਤਰਨਾਕ ਜਾਨਵਰ ਜਿਹੜੇ ਅਦਰਵਾਈਜ਼ ਕਿਸੇ ਨੂੰ ਨੇੜੇ ਨਹੀਂ ਲੱਗਣ ਦੇ ਹੁੰਦੇ ਤੇ ਉੱਥੇ ਉਹਨਾਂ ਦੀ ਟ੍ਰੇਨਿੰਗ ਉਹਦਾ ਜਿਹੜਾ ਰਿੰਗ ਮਾਸਟਰ ਹੈ ਉਹਦੇ ਇਸ਼ਾਰੇ ਦੇ ਨਾਲ ਕੀ ਕੀ ਨਹੀਂ ਉਹ ਕਰਦੇ ਹਮ ਕਿਉਂਕਿ ਇਹਨੂੰ ਅਸੀਂ ਟ੍ਰੇਨਿੰਗ ਪ੍ਰੋਗਰਾਮਿੰਗ ਇਹ ਸਾਰਾ ਕਹਿੰਦੇ ਸੋ ਇਸ ਅੰਦਾਜ਼ ਦੇ ਵਿੱਚ ਲੋਕਾਂ ਦਾ ਉਹ ਬਣਾ ਦਿੱਤਾ ਜਾਂਦਾ ਹੈ ਕਿ ਉਸ ਤੋਂ ਬਿਯੋਂਡ ਉਹ ਜਾ ਹੀ ਨਹੀਂ ਸਕਦੇ ਔਰ ਕੱਲੀ ਇਹੀ ਨਹੀਂ ਹੁੰਦਾ ਫਿਰ ਤੁਹਾਨੂੰ ਡਿਪਰਾਈਵ ਕਰ ਦਿੱਤਾ ਜਾਂਦਾ ਰਿਸੋਰਸਸ ਮੈਂ ਮਾਰਟਨ ਰੁਥਰ ਕਿੰਗ ਦੀ ਇੱਕ ਪੁਰਾਣੀ ਸਪੀਚ ਸੁਣ ਰਿਹਾ ਸੀ ਉਹਦੇ ਚ ਉਹਨਾਂ ਨੇ ਕਿਹਾ ਵੀ ਇਹ ਠੀਕ ਹੈ 18 1863 ਤੇ ਵਿੱਚ ਸਿਵਲ ਵਾਰ ਖਤਮ ਹੋਈ ਹੈ ਮਾਨਸਿਪੇਸ਼ਨ ਹੋਈ ਜਿਹਨੂੰ ਕਿਹਾ ਜਾਂਦਾ ਹੈ ਕਿ ਜੀ ਆਰਡੀਨੈਂਸ ਅਬਰਾਹਮ ਲਿੰਕਨ ਨੇ ਕਰਤਾ ਹੈ ਕਿ ਸਾਰੇ ਫਰੀ ਨੇ ਕਾੜੇ ਉਹਨਾਂ ਨੇ ਕਿਹਾ ਵੀ ਪਰ फ्री था एस इफ यू लेफ्ट देम टू डाई टू स्टारफ विद हंगर बिल्कुल ਵੀ ਨਾ ਤੁਸੀਂ ਉਹਨਾਂ ਨੂੰ ਕੋਈ ਜ਼ਮੀਨ ਦਿੱਤੀ ਨਾ ਉਹਨਾਂ ਨੂੰ ਕੋਈ ਇਖਤਿਆਰ ਦਿੱਤਾ ਨਾ ਉਹਨਾਂ ਦੀ ਰੀਸੈਟਲਮੈਂਟ ਕੀਤੀ ਵੀ ਇਹਦੇ ਉਲਟ ਤੁਸੀਂ ਜਿਹੜੇ ਯੂਰਪ ਤੋਂ ਜਾਂ ਦੂਸਰੇ ਆਂਦੇ ਰਹੇ ਉਸੇ ਸੈਂਚਰੀ 'ਚ ਉਹਨਾਂ ਨੂੰ ਤੁਸੀਂ ਹਜ਼ਾਰਾਂ ਏਕੜ ਜ਼ਮੀਨ ਦਿੱਤੀ ਰਹਿਣ ਲਈ ਦੂਜੇ ਸੋ ਮਤਲਬ ਇਹ ਹੈ ਵੀ ਤੁਸੀਂ ਉਹਨਾਂ ਨੂੰ ਇਹ ਕਹਿ ਕੇ ਕਿ ਜਾਓ ਤੁਸੀਂ ਉਹਨਾਂ ਫ੍ਰੀ ਹੋ ਗਏ ਹੋ ਉਰੇ ਹੀ ਕਾਰਨ ਸੀ ਕਿ ਉਹਨਾਂ ਜੋ ਇੱਕ ਤਬਕਾ ਵਾਪਸ ਆਪਣੇ ਮਾਲਕ ਕਰਨ ਕੀ ਹੋ ਹੁਣ ਇਹੀ ਪਾਰਟ ਹੈ ਵੀ ਜਦੋਂ ਤੁਸੀਂ ਇੱਕ ਸੁਸਾਇਟੀ ਨੂੰ ਇਸ ਕਦਰ ਉਹਨਾਂ ਨੂੰ ਗੁਲਾਮ ਬਣਾ ਦਿੱਤਾ ਹੈ ਜ਼ਹਿਨੀ ਤੌਰ ਤੇ ਵੀ ਉਹਨਾਂ ਦੇ ਸਾਧਨ ਵੀ ਖੋਲੇ ਨੇ ਹੁਣ ਇੱਥੇ ਸਾਡੇ ਕਈ ਕਹਿਣਗੇ ਸਾਨੂੰ ਵੀ ਸੁਝਾਅ ਦਿੱਤਾ ਹੈ ਜੀ ਕਿਸਾਨਾਂ ਨੂੰ ਕਹੋ ਜੀ 10 ਸਾਲ ਉਹ ਜਿਹੜਾ ਉਹ ਕੁਸ਼ ਵੀ ਨਾ ਬੀਜਣ ਉਹਨਾਂ ਕੀ ਬੀਜਣ ਜਿਹੜਾ ਆਪਣੇ ਖਾਣ ਲਈ ਜ਼ਰੂਰੀ ਹੈ ਮੈਂ ਕਿਹਾ ਜੀ ਬੈਂਕਾਂ ਨੇ ਆ ਕੇ ਉਹ ਸਭ ਕੁਝ ਲਿਖਵਾਏ ਹੋਏ ਨੇ ਅੰਗੂਠੇ ਲਵਾਏ ਨੇ ਉਹ ਵੀ ਲੈ ਜਾਣੇ ਬੀਜ ਕਿੱਥੋਂ ਲਿਆਉਣੇ ਨੇ ਖਾਦ ਕਿੱਥੋਂ ਲਿਆਉਣੇ ਹੈ ਅਗਲਾ ਕਿ ਸੋ ਉਸ ਸਰਕਲ ਦੇ ਵਿੱਚ ਤੁਹਾਨੂੰ ਉਹਨਾਂ ਨੇ ਬੰਨ ਲਿਆ ਹੋਇਆ ਹੈ ਕਿ ਤੁਸੀਂ ਉਸ ਚੋਂ ਨਿਕਲ ਹੀ ਨਹੀਂ ਸਕਦੇ ਹੁਣ ਇਹ ਹੈ ਸੋਚ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਭਾਰਤ ਦਾ ਇੱਕ ਤਬਕਾ ਜਿਹੜਾ ਉਨੂੰ ਇਹ ਬ੍ਰਾਹਮਣਵਾਦ ਦੇ ਦਾਇਤ ਦੀ ਸਮਝ ਆਣੀ ਸ਼ੁਰੂ ਹੋਈ ਹੈ ਕਿ ਇਹ ਕੋਈ ਨਫ਼ਰਤ ਦਾ ਨਾਂ ਨਹੀਂ ਹੈ ਕਿ ਤੁਸੀਂ ਕਿਸੇ ਵਰਗ ਦਾ ਜਾਂ ਕੋਈ ਬ੍ਰਾਹਮਣਾਂ ਦੇ ਘਰ ਪੈਦਾ ਹੋਇਆ ਤੇ ਤੁਸੀਂ ਕਹੋ ਜੀ ਇਸ ਲਈ ਉਸ ਨਾਲ ਨਫ਼ਰਤ ਹੈ ਤੇ ਕੋਈ ਬਾਦਲ ਵਰਗਾ ਜਾਂ ਦੂਜਾ ਕਿਸੇ ਹੋਰ ਪੈਦਾ ਹੋਇਆ ਤੇ ਉਹ ਬ੍ਰਾਹਮਣਵਾਦੀ ਨਹੀਂ ਹੈ ਅਲਟੀਮੇਟਲੀ ਇਹ ਵੀ ਜਿਹੜਾ ਉਹਨਾਂ ਦੇ ਸਿਸਟਮ ਦੇ ਅੱਗੇ ਸਬਸਰਵੀਐਂਟ ਹੈ ਉਹਨਾਂ ਦੀ ਖੇਡ ਨੂੰ ਖੇਡ ਰਿਹਾ ਹੈ ਹੂੰ ਤੇ ਇੱਕ ਉਹਨਾਂ ਜੋ ਵੀ ਉਹ ਹੋ ਸਕਦੇ ਨੇ ਜਿਹੜੇ ਚੈਲੰਜ ਕਰਦੇ ਨੇ ਸਿਸਟਮ ਨੂੰ ਜਿਹਨਾਂ ਨੇ ਜਿਹੜਾ ਉਹ ਸਮਝਿਆ ਹੋਇਆ ਵੀ ਇਹ ਕੀ ਹੈਗਾ ਔਰ ਇਹਨਾਂ ਨੂੰ ਕਿਵੇਂ ਲੇਕਿਨ ਜਿਹੜਾ ਸਾਡੇ ਤੱਕ ਇਹ ਪਹੁੰਚਿਆ ਵੀ ਕਿ ਇਸ ਵੇਲੇ ਜਿੱਥੇ ਜਾਟ ਬੈਲਟ ਦੇ ਵਿੱਚ ਉਹ ਹਰਿਆਣਾ ਹੋਏ ਵੈਸਟਰਨ ਯੂਪੀ ਹੋਏ ਸਿੱਖੀ ਦੇ ਵੱਲ ਝੁਕਾ ਹੈ ਔਰ ਜਿਹੜੇ ਉਹਨਾਂ ਦੇ ਵਿੱਚ ਐਕਟੀਵਿਸਟ ਨੇ ਉਹ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਭਾਈ ਇਸ ਬੈਲਟ ਵਾਲਿਆਂ ਨੂੰ ਜਿਹੜੀ ਹਿੰਦੀ ਬੈਲਟ ਨੂੰ ਅਸੀਂ ਜਨਰਲ ਕਹਾਂਗੇ ਹਾਲਾਂ ਉਹਨਾਂ ਦੀ ਆਪਣੀ ਹਰਿਆਣਵੀ ਹੈ ਜਿਹੜੀ ਹਿੰਦੀ ਤੋਂ ਬਾਅਦ ਚ ਇਹਨਾਂ ਨੇ 19th ਸੈਂਚਰੀ ਐਂਡ ਚ ਉਹਨੂੰ ਸੰਸਕ੍ਰਿਤ ਵਰਣਮਾਲਾ ਦੇ ਨਾਲ ਜੋੜ ਦਿੱਤਾ ਅਦਰਵਾਈਜ਼ ਸਾਰੇ ਡਾਇਲੈਕਟ ਨੇ ਹਰਿਆਣਵੀ ਆਪਣੀ ਖੂਬਸੂਰਤ ਜ਼ੁਬਾਨ ਹੈ ਉਹਨਾਂ ਦਾ ਆਪਣਾ ਡਾਇਲੈਕਟ ਹੈ ਪੋਜਪੂਰੀ ਹੈ ਅਬਦੀ ਹੈ ਬ੍ਰਿਜ ਭਾਸ਼ਾ ਹੈ ਜੀ ਲੇਕਿਨ ਅਸੀਂ ਜੇ ਉਹਨੂੰ ਟੋਟਲ ਜਿਹੜਾ ਉਹ ਹਿੰਦੀ 벨ਟ ਵੀ ਕਹਿ ਦਈਏ ਕਿਉਂਕਿ ਮੋਰ ਹੁਣ ਪਪੂਲਰ ਕਰ ਦਿੱਤਾ ਹੈ ਕਿ ਭਈ ਉਨਾ ਚਿਰ ਗਾਰਸਤਾਨ ਦਾ ਆਰਗੂਮੈਂਟ ਦੇਣ ਦੇ ਲਈ ਅਸੀਂ ਕੀ ਕਹੀਏ ਹੂੰ ਦੇਖੋ ਪਹਿਲੀ ਗੱਲ ਤਾਂ ਮੈਂ ਸਮਝਦਾ ਐ ਵੀ ਇਸ ਵੇੜੇ ਪਹਿਲੀ ਗੱਲ ਤਾਂ ਇਹ ਜ਼ਰੂਰੀ ਹੈ ਕਿ ਫੋਕਸ ਇਸ ਗੱਲ ਦੇ ਉੱਤੇ ਹੋਏ ਕਿ ਜੋ ਜਿਵੇਂ ਵੀਰ ਮਨੋਜ ਸਿੰਘ ਦੂਹਾਨ ਔਰ ਦੂਸਰੇ ਹੋਰ ਐਕਟਿਵਿਸਟ ਵੀ ਆਪਣੇ ਤੌਰ ਤੇ ਕਰ ਰਹੇ ਨੇ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ ਹੈ ਇਹ ਕਾਨਸੈਪਟ ਨੂੰ ਤੋਂ ਤੱਕ ਪਹੁੰਚਾਣਾ ਵਿਦ ਕਨਵਿਕਸ਼ਨ ਲੋਕਾਂ ਦਾ ਇਹ ਹੋਏ ਕਿ ਭਾਈ ਇਹ ਜਿਹੜੀ ਆਈਡੀਓਲੋਜੀ ਹੈ ਇਹ ਇਨਸਾਨ ਮਾਰੂ ਹੈ ਜਦੋਂ ਤੱਕ ਇਹ ਆਈਡੀਓਲੋਜੀ ਔਰ ਇਸ ਦੇ ਗ੍ਰੰਥ ਜਿਉਂਦੇ ਨੇ ਜੋ ਗੱਲ ਡਾਕਟਰ ਅੰਬੇਦਕਰ ਨੇ ਵੀ ਕਹੀ ਸੀ ਉਦੋਂ ਤੱਕ ਨਾ ਇਨਸਾਨੀ ਕਲਿਆਣ ਹੋ ਸਕਦਾ ਹੈ ਨਾ ਇਨਸਾਨੀਅਤ ਦਾ ਮੈਸੇਜ ਆ ਸਕਦਾ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਬੇਸਿਕ ਇਨਹੇਰੈਂਟ ਪਾਰਟ ਹੈ ਔਰ ਡਿਸਕ੍ਰਿਮੀਨੇਸ਼ਨ ਹੈ ਔਰ ਮੈਂ ਅਕਸਰ ਜਦੋਂ ਕਿਸੇ ਅਮਰੀਕਨ ਨੂੰ ਸਮਝਾਣਾ ਹੁੰਦਾ ਮੈਂ ਕਹਿੰਦਾ ਜੀ ਤੁਹਾਡੀ ਡੈਮੋਕ੍ਰੇਸੀ ਤੇ ਹੈ ਕਿ 올 men are born equal ਤੇ ਜਿੱਥੋਂ ਅਸੀਂ ਆਏ ਜਾਂ ਜਿਨ੍ਹਾਂ ਨਾਲ ਸਾਡੀ ਲੜਾਈ ਆ ਉਹਨਾਂ ਦਾ ਸਿਧਾਂਤ ਹੈ 올 men are born on equal ਸੋ ਇਹ ਜਿਹੜੀ ਪ੍ਰੈਕਟੀਕਲੀ ਜ਼ੈਨੀਅਤ ਚ ਹੈ ਭਾਵੇਂ ਸੰਵਿਧਾਨ ਕੀ ਕਹਿੰਦਾ ਕੀ ਨਹੀਂ ਅਸੀਂ ਦੇਖ ਹੀ ਰਹੇ ਹਾਂ ਫੈਸਲੇ ਜੀ ਹੁਣ ਫਾਰਮਰਸ ਦੀ ਪਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ ਨੂੰ ਨਜ਼ਰ ਆਉਂਦਾ ਜੀ ਇਹ ਪਬਲਿਕ ਅਸਿਟੀ ਸਟੰਟ ਹੈ ਇਹਨੂੰ ਬਾਹਰ ਸੁੱਟੋ ਕਿਉਂ ਕੌਸ ਦਾ ਅੰਦਰ ਥੱਲੇ 65 70% ਉਹੀ ਬੈਠੇ ਹੋਏ ਨੇ ਬ੍ਰਾਹਮਣਵਾਦੀ ਜਿਹੜੇ ਨਹੀਂ ਵੀ ਨੇ ਜੇ ਕੋਈ ਦੋ ਚਾਰ ਪੱਗਾਂ ਵਾਲੇ ਜਾਂ ਦੋ ਚਾਰ ਇਸਲਾਮ ਵਾਲੇ ਵੀ ਆਏ ਹੋ ਇਸੇ ਡਰ ਚ ਰਹਿੰਦੇ ਨੇ ਵੀ ਸਾਨੂੰ ਕੋਈ ਫਿਰਕਾ ਪ੍ਰਸਨਾ ਕਹਿ ਦੇ ਉਹ ਆਪਣੇ ਆਪ ਨੂੰ ਸੈਕੂਲਰ ਸਾਬਤ ਕਰਨ ਤੇ ਲੱਗੇ ਹੁੰਦੇ ਨੇ ਸੋ ਮੈਂ ਸਮਝਦਾ ਵੀ ਪਹਿਲਾ ਪਾਰਟ ਜੇ ਹਿੰਦੀ 벨ਟ ਵਾਲਿਆਂ ਨੂੰ ਖਾਲਿਸਤਾਨ ਲਈ ਜਾਂ ਉਹ ਐਕਟਿਵਿਜ਼ਮ ਤੱਕ ਪਹੁੰਚਦੇ ਆ ਤਾਂ ਵਕਤ ਲੱਗੇਗਾ ਪਹਿਲਾ ਪਾਰਟ ਤਾਂ ਉਹਨਾਂ ਨੂੰ ਸਿੱਖੀ ਦਾਇਰਾਕਾਰ ਚ ਜਦੋਂ ਬ੍ਰਾਹਮਣਵਾਦ ਦੀ ਸਮਝ ਆਏਗੀ ਫਿਰ ਉਹਨਾਂ ਨੂੰ ਇਹ ਸਮਝ ਆਏਗਾ ਕਿ ਉਸ ਖਿੱਤੇ ਦੇ ਵਿੱਚ ਉਹਨਾਂ ਦੀ ਰੋਹਾਨੀ ਕਲਿਆਣ ਲਈ ਵੀ ਜੀ ਸਮਾਜਿਕ ਜਸਟਿਸ ਆਰਥਿਕ ਔਰ ਫਿਰ ਸਿਆਸੀ ਕਿਉਂਕਿ ਜਦੋਂ ਅਸੀਂ ਖਾਲਸਾਣ ਦੀ ਗੱਲ ਕਰਦੇ ਆਂ ਇਹ ਅਲਟੀਮੇਟਲੀ ਸਿੱਖ ਬੈਲਟ ਨੂੰ ਤਾਂ ਕਲੀਅਰ ਹੈ ਕਿ ਭਈ ਅਸੀਂ ਤਾਂ ਪਹਿਲਾਂ ਵੀ ਜਿਹੜਾ ਉਹ ਸੋਵਰਨ ਸੀ ਹਾਂ ਜਦੋਂ ਤੁਸੀਂ ਨਵੇਂ ਨੂੰ ਲਿਆਣਾ ਉਹਨਾਂ ਨੂੰ ਮੈਂ ਸਮਝਦਾ ਵੀ ਪਹਿਲਾਂ ਸਿਧਾਂਤਕ ਕਲੈਰਿਟੀ ਜਿਹੜੀ ਹੈ ਉਹ ਹੋਣੀ ਜ਼ਰੂਰੀ ਹੈ ਔਰ ਜਦੋਂ ਇਹ ਸਮਝ ਆਏਗੀ ਫਿਰ ਸਾਡੇ ਕੋਲ ਕੱਲਾ ਇਹ ਹੀ ਨਹੀਂ ਕਿ जाट ਜਾਂ ਕਿਸਾਨੀ ਜਾਂ ਦੂਜੇ ਵਰਗਾਂ ਤੱਕ ਜਾਂ ਜਿਨ੍ਹਾਂ ਨੂੰ ਦਲਤ ਕਹਿ ਕੇ ਛੁਟਾਇਆ ਗਿਆ ਫਿਰ ਸਾਡੇ ਕੋਲ ਉਹ கான்ਸੈਪਟ ਖਾਲਸਤਾਨ ਦਾ ਜਿਹੜਾ ਭਗਤ ਰਵਦਾਸ ਜੀ ਨੇ ਦਿੱਤਾ ਹੈ ਇਸ ਤੋਂ ਖੂਬਸੂਰਤ ਅਸੀਂ ਗੁਰਬਾਣੀ ਚੋਂ ਖੜੀ ਇੰਟਰਪ੍ਰੀਟੇਸ਼ਨ ਕਰ ਸਕਦੇ ਆਂ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੈਠਾਓ ਨਾ ਤਸ਼ਵੀਸ਼ ਖਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾਲ ਅਬ ਮੋਏ ਖੂਬ ਵਤਨ ਗਹਿ ਭਾਈ ਉਹਾਂ ਖੈਰ ਸਦਾ ਮੇਰੇ ਭਾਈ ਜੀ ਕਾਇਮ ਦائم ਸਦਾ ਪਾਤਸ਼ਾਹੀ ਦੋਮ ਨਾ ਸੇਮ 100 ਆ ਜਿੱਥੇ ਸੈਕੰਡ ਕਲਾਸ ਥਰਡ ਕਲਾਸ ਸਿਟੀਜ਼ਨ ਨਹੀਂ ਨੇ ਉਥੇ ਅਵਲ ਹੈ ਜੀ ਉਥੇ ਇੱਕ ਹੈ ਬਰਾਬਰੀ ਹੈ ਔਰ ਜਿਹੜਾ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਇਹ ਜੀ ਨਾ ਹਮ ਉੱਤਮ ਨੀਚ ਨ ਮੱਦਮ ਹਰ ਸ਼ਰਣਾਗਤ ਹਰ ਕੇ ਲੋਕ ਕਿ ਅਸੀਂ ਰੱਬ ਦੇ ਬੰਦੇ ਆ ਅਸੀਂ ਨਾ ਉੱਤਮ ਐ ਨਾ ਨੀਚ ਐ ਨਾ ਮੱਦਮ ਐ ਇੱਕੋ ਜਿਹੇ ਆ ਸੋ ਇਹ ਰੂਹਾਨੀਅਤ ਦੀ ਸਾਂਝ ਫਿਰ ਸਮਾਜਿਕ ਸੰਗਤ ਔਰ ਪੰਗਤ ਔਰ ਇੱਕ ਉਹਨਾਂ ਦੇ ਗੈਰ ਸਿੱਖ ਇੰਟੈਲੈਕਚੁਅਲ ਕਹਿ ਰਿਆ ਸੀ ਕਹਿੰਦੇ ਕਦੇ ਤੁਸੀਂ ਦੇਖਿਆ ਕਿਸੇ ਨੂੰ ਵੀ ਕੋਈ ਸੰਗਤ ਚੋਂ ਬਾਹੋਂ ਫੜ ਕੇ ਉਠਾ ਦੇ ਜਾਂ ਕਿਸੇ ਨੂੰ ਪੰਗਤ ਚ ਬੈਠਿਆ ਨੂੰ ਇੱਕ ਨੂੰ ਕਹੇ ਦੋ ਪ੍ਰਸ਼ਾਦ ਦੇ ਇੱਕ ਨੂੰ ਇੱਕ ਦੇ ਕਹਨਾਂ ਵੀ ਇਹ ਨੀਡੀਆਂ ਇੰਸਟੀਚੂਨਸ ਗੁਰੂ ਨੇ ਪੈਦਾ ਕੀਤੀਆਂ ਸਿੱਖੀ ਦੀਆਂ ਜਿਹੜੀਆਂ ਬ੍ਰਾਹਮਣ ਨੂੰ ਬਹੁਤ ਤਕਲੀਫ ਦਿੰਦੀਆਂ ਪਰ ਥਰਡਲੀ ਜੇ ਤੁਸੀਂ ਵਿਦਨ ਕਨਸਟੀਚਨ ਗੱਲ ਕਰਦੇ ਹੋ ਔਰ ਮੈਂ ਸਮਝਦਾ ਹਾਂ ਵੀ ਇਸ ਬੈਲ ਚ ਰਹਿੰਦੇ ਆ ਜੇ ਸਾਨੂੰ ਲੱਗਦਾ ਹੈ ਕਿ ਬਈ ਇਹ ਉਹ ਨੇ ਜਿਨ੍ਹਾਂ ਦੀ ਅਲਟੀਮੇਟ ਥਾਂ ਸਿੱਖੀ ਚ ਹੈ ਤੇ ਦੁਸ਼ਮਣ ਆਰਐਸਐਸ ਜਿਨ੍ਹਾਂ ਨੇ ਜਾ ਕੇ ਨਾਰਥ ਈਸਟ 크ਰਿਸਚੀਅਨ ਜਥੇਬੰਦੀਆਂ ਦਾ ਕੀ ਹਾਲ ਕੀਤਾ ਜਾਂ ਦੂਜਾ ਇੱਥੇ ਵੀ ਉਹ ਇਸ ਕਿਸਮ ਦਾ ਮਾਹੌਲ ਸਿਰਜਣਗੇ ਇਸ ਲਈ ਫਿਰ ਪੀਸਫੁਲੀ ਜਦੋਂ ਤੁਸੀਂ ਗੱਲ ਕਰਦੇ ਹੋ ਉਹ ਤਾਂ ਭਾਰਤ ਦਾ ਸੰਵਿਧਾਨ ਵੀ ਹੱਕ ਦਿੰਦਾ ਹੈ ਵੀ ਤੁਸੀਂ ਖਾਲਸਤਾਨ ਦੀ ਗੱਲ ਕਰ ਸਕਦੇ ਹੋ ਸੋ ਉਹ ਖਾਲਸਤਾਨ ਦਾ ਤਸਵਰ ਉਹਨਾਂ ਦੇ ਲਈ ਜਿਨ੍ਹਾਂ ਦੀਆਂ ਅਜੇ ਸਿੱਖੀ ਦੇ ਵਿੱਚ ਰੂਟਸ ਡੂੰਘੀਆਂ ਨਹੀਂ ਨੇ ਇਹੀ ਹੈ ਕਿ ਜਿੱਥੇ ਤੁਸੀਂ ਔਰ ਮੇਰੀ ਅਕਸਰ ਸਟੇਟਮੈਂਟ ਇਸ ਦੇ ਉੱਤੇ ਹੁੰਦੀ ਹੈ ਸਿਕਸ ਆਫ ਦਾ ਦਲਿਤ ਬਾਈ ਦਾ ਦਲਿਤ ਫੋਰ ਦਾ ਦਲਿਤ ਔਰ ਇਹ ਜਿਹੜੀ ਕਾਨਸੈਪਟ ਜੇ ਸਿੱਖੀ ਦੇ ਹਵਾਲੇ ਨਾਲ ਵੀ ਦੇਖਣਾ ਹੋਇਆ ਔਰ ਇੱਕ ਜਿਹੜੀ ਸਿੱਖੀ ਔਰ ਹਰਿਆਣਵੀ जाट ਲੀਡਰ ਸਰ ਛੋਟੂ RAM ਹੂੰ ਉਹ ਸਾਂਝ ਹੈ ਉਹ ਆਪਣੇ ਆਪ ਦੇ ਵਿੱਚ ਮੁਸਲਮਾਨਾਂ ਨੇ ਵੀ ਹਿੰਦੂਆਂ ਨੂੰ ਵੀ ਸਿੱਖਾਂ ਨੂੰ ਵੀ ਕਿਸਾਨੀ ਨੂੰ ਇੱਕ ਝੰਡੇ ਥੱਲੇ ਲਿਆਂਦੀ ਹੈ ਇਧਰ ਬਾਬਾ ਬੰਦਾ ਸਿੰਘ ਬਹਾਦਰ ਹੈ 1710 ਚੰਾਂ ਦੀ ਪਹਿਲੀ ਪ੍ਰੋਕਲੇਮੇਸ਼ਨ ਹੁੰਦੀ ਹੈ ਜ਼ਮੀਨ ਵੋਣ ਵਾਲਾ ਜ਼ਮੀਨ ਦਾ ਮਾਲਕ ਹੈ ਹੂੰ ਔਰ ਸਰ ਛੋਟੂ RAM ਜਦੋਂ ਯੂਨੀਨਿਸਟ ਪਾਰਟੀ ਦੇ ਵਿੱਚ ਵਜ਼ੀਰ ਬਣਦੇ ਨੇ ਤੇ ਇੱਕ ਲੀਕ ਦੇ ਨਾਲ ਤੁਹਾਡਾ ਸਾਰਾ ਕਰਜ਼ਾ ਮਾਫ਼ ਜੋ ਕਿਸਾਨਾਂ ਦੇ ਸਿਰ ਤੇ ਚੱਕਰਵਰਤੀ ਚੱਕਰ ਵਿਧੀ ਵਿਆਜ ਬਣਾ ਕੇ ਥੋਪਿਆ ਹੋਇਆ ਸੀ ਸੈਕੰਡਲੀ ਕਿ ਭਾਈ ਜਿਹੜਾ ਕੋਈ ਵੀ ਜਿਹੜਾ ਬਾਣੀਆ ਸ਼ੌਕਰ ਹੈ ਗੈਰ ਕਾਸ਼ਤਕਾਰ ਹੈ ਉਹ ਕਾਸ਼ਤਕਾਰ ਦੀ ਜ਼ਮੀਨ ਨਹੀਂ ਖਰੀਦ ਸਕਦਾ ਸੋ ਇਹ ਸਾਂਝਾ ਨੇ ਔਰ ਬਾਕੀ ਜਵੇਂ ਅਗਲੀਆਂ ਰਿਸਰਚਸ ਸਰਚਸ ਇਸ ਪੋਸੀਬਲ ਪੁਆਇੰਟ ਆਊਟ ਕਰਦੀ ਹੈ ਕਿ ਇਹ 벨ਟ ਕਿਵੇਂ ਜਿਹੜੀ ਹੈ ਉਹ ਅਲਟੀਮੇਟਲੀ ਇਮਾਨਦਾਰ ਕਿਰਤੀ ਲੋਕਾਂ ਦੀ ਬੈਲਟ ਹੈ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਗੁਜਰਾਤ ਦਾ ਜੰਮਿਆ ਜੰਮਿਆ ਸਵਾਮੀ ਧਿਆਨ ਆਨੰਦ 19th ਸੈਂਚਰੀ ਦੇ ਦੂਸਰੇ ਹਿੱਸੇ 'ਚ ਜਦੋਂ ਇਸ ਬੈਲਟ 'ਚ ਆਉਂਦਾ ਹੈ ਤੇ ਕਿਵੇਂ ਉਹ ਜ਼ਹਿਰ ਫੈਲਾਉਂਦਾ ਹੈ ਔਰ ਜਿਹੜਾ ਜਾਟ ਵਰਗ ਹੈ ਉਹਨਾਂ ਦਾ ਵੱਡਾ ਤਬਕਾ ਆਰੀਆ ਸਮਾਜ ਦੀ ਜਿਹੜਾ ਹੈ ਉਹ ਸ਼ਰਨ 'ਚ ਚਲੇ ਜਾਂਦਾ ਹੈ ਔਰ ਉਹ ਆਰੀਆ ਸਮਾਜ ਔਰ ਧਿਆਨ ਆਨੰਦ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ ਹੈ ਪਰ ਹੁਣ ਹੌਲੀ ਹੌਲੀ ਉਹ ਪਰਜਿੰਗ ਆਫ ਦਾ ਪੋਇਜ਼ਨ ਹੋ ਰਿਹਾ ਹੈ ਉਹ ਵੈਸਟਰਨ ਯੂਪੀ ਹੋਏ ਹਰਿਆਣਾ ਹੋਏ ਔਰ ਅਲਟੀਮੇਟਲੀ ਮੈਂ ਸਮਝਦਾ ਹੈ ਜੇ ਜਦੋਂ ਅਸੀਂ ਦਲਿਤ ਸਮਾਜ ਦੀ ਗੱਲ ਕਰਦੇ ਆਂ ਭਾਰਤ ਭਾਰ ਦੇ ਵਿੱਚ ਉਸ ਖਿੱਤੇ ਦੇ ਇਹ ਸਾਰੇ ਗੁਰੂ ਨਾਨਕ ਦੇ ਬੱਚੇ ਬੱਚੀਆਂ ਨੇ ਸੋ ਅਸੀਂ ਆਪਣੇ ਵੀਰਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਆਂ ਜਿਹੜੇ ਟਫ ਸਰਕਮਸਟੈਂਸ ਜੁਥੇ ਕੰਮ ਕਰ ਰਹੇ ਨੇ ਬਹੁਤ ਸਾਰਿਆਂ ਦੀ ਆਈਡੈਂਟੀਟੀ ਅਸੀਂ ਉਹਨਾਂ ਦੀ ਸੇਫਟੀ ਦੀ ਖਾਤਰ ਉਹ ਕ੍ਰੈਡਿਟ ਉਹਨਾਂ ਨੂੰ ਨਹੀਂ ਦੇ ਰਹੇ ਜੋ ਉਹਨਾਂ ਦਾ ਬਣਦਾ ਪਰ ਅਲਟੀਮੇਟਲੀ ਇਹੀ ਸਾਡੇ ਸਾਹਮਣੇ ਰਸਤਾ ਹੈ ਔਰ ਖਾਲਸੇ ਦੀ ਵਿਚਾਰਧਾਰਾ ਖਾਲਸਤਾਨ ਦਾ கான்ਸੈਪਟ ਜਿਹੜਾ ਬੇਗੰਪੁਰਾ ਨਾਲ ਵੀ ਜੁੜਿਆ ਹੋਇਆ ਔਰ ਉਸ ਸਿਸਟਮ ਦੇ ਨਾਲ ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਬਿਆਨਿਆ ਕਿ ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਈ ਨਾ ਕਿਸੈ ਰੰਜਨ ਦਾ ਸਭ ਸੁਖਾਲੀ ਵੁਠੀਆ ਇਹ ਹੁਆ ਹਬੇ ਨੀਰਾਜ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ ਔਰ ਉਸਦੀ ਅਸੀਂ ਜੇ ਰੋਲ ਮਾਡਲ ਦੇ ਤੌਰ ਤੇ ਭਾਵੇਂ ਵਕਤੀ ਸੀ ਹਮ ਟੋਟਲ ਵੈਲਿਊਜ਼ ਸਿੱਖੀ ਦੀਆਂ ਦੇ ਉੱਤੇ ਆਧਾਰਿਤ ਨਹੀਂ ਵੀ ਸੀ ਲੇਕਿਨ ਆਲਮੋਸਟ 40 50 ਸਾਲ ਦਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ 40 ਸਾਲ ਦਾ ਰੂਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਾਰਟ ਲਿਵਡ 5 6 ਸਾਲ ਦਾ ਪੀਰੀਅਡ ਔਰ ਈਵਨ ਸਿੱਖ ਮਿਸਲਾਂ ਦੇ ਦੌਰ ਚ ਵੀ ਜਿੱਥੇ ਇੱਕ ਬਰਾਬਰੀ ਦੀ ਗੱਲ ਸੀ ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਵੀਰਾਂ ਦਾ ਜੀ ਡਾਰਸਾਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਸੋਥਲੇ ਨੇ ਬ੍ਰੇਕ ਈਵਰਜ਼ ਤੁਸੀਂ ਜਿਤਨੇ ਬੜੇ ਨਾ ਮਿਲਦੇ ਆਫਟਰ ਦਿਸ ਸ਼ਾਰਟ ਫ੍ਰੈਗ ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਾ ਤੋਂ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਇਹ ਤੁਹਾਨੂੰ ਤੀ ਚਾਲੀ ਜਾਂ 50 ਦਿਨ ਵੇਟ ਕਰਨੇ ਪੈ ਰਹੀਏ ਤੁਹਾਡੇ ਚੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸ ਹੋ ਜਾਏਗਾ ਇਹਦਾ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ ਬਾਬ ਟੇਲ ਤੁਹਾਡੀਆਂ ਇਨਵੋਇਸਸ ਸੇਮ ਡੇ ਫੰਡ ਕਰ ਸਕਦੇ ਹਨ ਫਾਰ ਅ ਸਮਾਲ ਫੀ ਨੋ ਕੰਟਰੈਕਟ ਨੋ ਰਿਜ਼ਰਵ ਐਂਡ ਨੋ ਹਿਡਨ ਫੀਸ ਅੱਜ ਹੀ ਕਾਲ ਕਰੋ ਬਾਬ ਟੇਲ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 B 84 ਅਗੇਨ 410 204 B 84 ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਆ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਆ ਕਿ ਮੁਕੇਸ਼ ਅੰਬਾਨੀ ਨੇ ਛੋਟੇ ਪੁੱਤਰ ਅਨੰਤ ਅਬਾਨੀ ਦੇ ਪ੍ਰੀ ਵੈਡਿੰਗ ਸ਼ੋਅ ਵਿੱਚ ਧੰਨ ਦਾ ਅੰਨਾ ਵਿਖਾਵਾ ਕੀਤਾ ਗਿਆ ਅਤੇ ਕਿਸਾਨੀ ਕੇ ਸੰਘਰਸ਼ ਦੇ ਸਮਰਥਕ ਦੋ ਕਲਾਕਾਰਾਂ ਨੂੰ ਵੀ ਖੂਬ ਨਚਾਇਆ ਗਿਆ ਔਰ ਜਾਮਨਗਰ ਡੋਮੈਸਟਿਕ 에어ਪੋਰਟ ਨੂੰ ਦਸ ਦਿਨਾਂ ਲਈ ਮੋਦੀ ਹਕੂਮਤ ਨੇ ਇੰਟਰਨੈਸ਼ਨਲ 에어ਪੋਰਟ ਵਿੱਚ ਬਦਲਿਆ ਔਰ ਵਿਊਅਰਸ ਇਉਂ ਚਾਹਦਾ ਹੈ ਕਿ ਸਾਰੀ ਭਾਰਤ ਸਰਕਾਰ ਅਬਾਨੀ ਦੀ ਖidmat ਕਰਨ ਵਿੱਚ ਲੱਗੀ ਹੋਈ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬੜੇ ਨਾ ਦੇਖਣ ਸੁਣਨੇ ਲਿਖਣੇ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਮੇਰਾ ਤਾਂ ਇਸ ਵਿਸ਼ੇ ਤੇ ਕੋਈ ਬਹੁਤਾ ਗੱਲ ਕਰਨ ਨੂੰ ਮਨ ਨਹੀਂ ਕਰਦਾ ਹਾਲਾਂ ਅਸੀਂ ਫਰਾਈਡੇ ਦੇ ਸ਼ੋ ਚ ਇਸ ਨੂੰ ਟੱਚ ਬੇਸ ਕਰ ਲਿਆ ਸੀ ਕਿ ਭਾਈ ਕਿਵੇਂ ਜਦੋਂ ਇਹ ਹੁੰਦਾ ਹੈ ਕਿ ਵੀ ਦੁਨੀਆ ਭਾਰਤ ਦੇ 1.4 ਬਿਲੀਅਨ ਲੋਕ ਕਿਵੇਂ ਮੋਦੀ ਨੇ ਇਹਨਾਂ ਕੈਪਟਲਿਸਟ ਅੰਬਾਨੀਆਂ ਅਡਾਨੀਆਂ ਇੱਕ ਫੀਨੋਮੈਨਾ ਹੀ ਬਣ ਗਏ ਜਿਵੇਂ ਅਸੀਂ ਕੋਈ ਇੰਡੀਵਿਜੂਅਲ ਨਹੀਂ ਹੈ ਵੀ ਇਸ ਤੋਂ ਬਿਨਾ ਕੋਈ ਹੋਰ ਨਹੀਂ ਨੇ ਉਹ ਸਾਰੀ ਲਾਈਨ ਹੀ ਹੈ ਮਾਰਵਾੜੀਆਂ ਦੀ ਸਿੰਧੀਆਂ ਦੀ ਗੁਜਰਾਤੀਆਂ ਦੀ ਉਹ ਅੰਬਾਨੀ ਅਡਾਨੀ ਦੇ ਅੱਥਰਲੇ ਆ ਜਾਂਦੇ ਆ ਜਦੋਂ ਅਸੀਂ ਅੰਬਾਨੀਆਂ ਅਡਾਨੀਆਂ ਕਹਿੰਦੇ ਆ ਤੇ ਇਹ ਪਲੂਰਲ ਹੀ ਆ ਉਹਨਾਂ ਸਾਰਿਆਂ ਦਾ ਕਿ ਕਿਵੇਂ ਜਿਹੜੀ ਟੈਕਸਪੇਅਰ ਮਨੀ ਐ ਮੁਲਕ ਦੀ ਦੌਲਤ ਦੋ ਦੋ ਹੱਥਾਂ ਨਾਲ ਲुटਾਈ ਜਾ ਰਹੀ ਐ ਉਸ ਤੋਂ ਪਹਿਲਾਂ ਵੀ ਉਹ ਲਲਤ ਮੋਦੀ ਹੋਏ ਵਿਜੇ ਮਲਾਇਆ ਹੋਏ ਕਿਸ ਲੈਵਲ ਦੇ ਲੋਕ ਜਿਹੜੇ ਨੇ ਔਰ ਕੱਲਾ ਇਹ ਨਹੀਂ ਹੈ ਤੁਸੀਂ ਜੇ ਦੇਖੋਗੇ ਉਹਨਾਂ ਦੀਆਂ ਕਿੰਨੀਆਂ ਪਰਤਾਂ ਖੋਲੋਗੇ ਹੁਣ ਸੁਸ਼ਮਾ ਸਵਰਾਜ ਇਹਨਾਂ ਦੀ ਫੋਰਨ ਮਨਿਸਟਰ ਸੀ ਔਰ ਮਰ ਗਈ ਹੁਣ ਉਹਦੀ ਕੁੜੀ ਜਿਹੜੀ ਕਿ ਵਕੀਲ ਐ ਸੁਪਰੀਮ ਕੋਰਟ ਦੀ ਉਹਨੂੰ ਜਿਹੜੀ ਆ ਉਹਨਾਂ ਨੇ ਜਿੱਥੋਂ ਮਿਨਾਕਸ਼ੀ ਲੇਖਾ ਮਿਨਾਕਸ਼ੀ ਕੇ ਕੀ ਨਾਮ ਸੀ ਉਦੀ ਥਾਂ ਤੇ ਟਿਕਟ ਦਿੱਤੀ ਐ ਐਮਪੀ ਦੀ ਹੁਣ ਵਿਦਨ ਵੀ ਇਹ ਹੋਇਆ ਕਿ ਵੀ ਇਹ ਤਾਂ ਜਿਹੜਾ ਉਹ ਲਲਿਤ ਮੋਦੀ ਲੈ ਕੇ ਦੌੜਿਆ ਹੋਇਆ ਪੈਸੇ ਕਿੰਨੇ 100 ਕਿੰਨੇ 100 ਮਿਲੀਅਨ ਭਾਰਤ ਦੇ ਇਹ ਉਹਦੀ ਵਕੀਲ ਐ ਹੁਣ ਉਹ ਵੀ ਇਹਨਾਂ ਦਾ ਸੀ ਪੈਸਾ ਵੀ ਲੈ ਕੇ ਦੌੜਿਆ ਉਹਨੂੰ ਡਿਫੈਂਡ ਕਰਨ ਵਾਲੇ ਵੀ ਉਹ ਉਹਨੂੰ ਹੁਣ ਉਹ ਐਮਪੀ ਦੀ ਟਿਕਟ ਵੀ ਦਿੱਤੀ ਇਵੇਂ ਹੀ ਉਹਨਾਂ ਨੇ ਕਿਹਾ ਕਿ ਜੀ ਆ ਜਿਹੜੇ ਬਾਕੀ ਕੇਸ ਵੀ ਨੇ ਜਦੋਂ ਦੋ ਮਨੀਪੁਰ ਦੇ ਵਿੱਚ ਬੀਬੀਆਂ ਨੂੰ ਨਿਰਵਸਤਰ ਕਰਕੇ ਉਹਨਾਂ ਦਾ ਪੈਰੇਡ ਕੀਤਾ ਗਿਆ ਜਾਂ ਦੂਜਾ ਔਰ ਗਵਰਨਮੈਂਟ ਆਨ ਦਾ ਬੈਕਫੁੱਟ ਗਈ ਕਿਉਂਕਿ ਸੁਪਰੀਮ ਕੋਰਟ ਦੂਜੇ ਨੇ ਲੈ ਸਰਕਾਰ ਦੀ ਵਕੀਲ ਉਹਦੇ ਵੀ ਹਾਫਤੇ ਵੀ ਉਹੀ ਹੈ ਸੁਸ਼ਮਨ ਸਵਰਾਜ ਦੀ ਤੀਸੋਂ ਜਦੋਂ ਤੁਸੀਂ ਇਹ ਸਾਰਾ ਸਰਕਲ ਦੇਖੋਗੇ ਕਿ ਵੀ ਉਹ ਟੈਕਸਪੇਅਰ ਮੰਨੀ ਹੋਏ ਉਹ ਇਹਨਾਂ ਦੀਆਂ ਸਾਰੇ ਅਹੁਦੇ ਹੋਣ ਔਰ ਉਹ ਬ੍ਰਿਜ ਪੁਸ਼ਣ ਜਿਹਨੇ ਜਿਸ ਲੈਵਲ ਦੇ ਉੱਤੇ ਜਾ ਕੇ ਉਹਨਾਂ ਵਿਚਾਰੀਆਂ ਜਿਹੜੀਆਂ ਪਹਿਲਵਾਨ ਬੱਚੀਆਂ ਨੇ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਜਿਨ੍ਹਾਂ ਨੂੰ ਜਦੋਂ ਮੈਡਲ ਜਿੱਤ ਕੇ ਆਈਆਂ ਤਾਂ મોદી ਨੇ ਸੱਦ ਕੇ ਜਿਹੜਾ ਉਹ ਕਿ ਬੇਟੀਆਂ ਤੇ ਫਲਾਣਾ ਉਹਨਾਂ ਵਿਚਾਰੀਆਂ ਨੂੰ ਜੰਤਰ ਮੰਤਰ ਰੋਡ ਤੇ ਉਹਨਾਂ ਦਾ ਕੀ ਹਾਲ ਕੀਤਾ ਤੇ ਆਲਟੀਮੇਟਲੀ ਉਹਨਾਂ ਚੋਂ 1-2 ਤਾਂ ਮੇਲ ਵੀ ਉੱਥੇ ਰਟਾਇਰ ਹੀ ਹੋ ਗਏ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਜਾਣਾ ਹੈ ਲੇਕਿਨ ਉਹ ਫੇਰ ਉਹੀ ਦੰਦਨ ਆ ਰਿਹਾ ਹੈ ਬ੍ਰਿਜ ਪੂਸ਼ਨ ਉਹੀ ਟਿਕਟ ਉਹੀ ਦੂਜਾ ਪਾਰ ਸੋ ਤੁਹਾਨੂੰ ਹਰ ਤੁਸੀਂ ਕਿਸੇ ਵੀ ਪੂਲ ਵੱਲ ਨਜ਼ਰ ਮਾਰੋਗੇ ਤੇ ਤੁਹਾਨੂੰ ਇਹਨਾਂ ਦਾ ਕਰਪਟ ਗੰਦਾ ਚਿਹਰਾ ਨਜ਼ਰ ਆਏਗਾ ਪ੍ਰਚਾਰ ਬਿਲਕੁਲ ਉਲਟ ਹੋਣਾ ਜਿਹੜੀ ਖਬਰ ਵੀਕਐਂਡ ਤੇ ਹਾਵੀ ਰਹੀ ਕਿ ਇੱਕ ਬ੍ਰਾਜ਼ੀਲੀਅਨ ਕਪਲ ਜਿਹੜਾ ਭਾਰਤ ਦੀ ਯਾਤਰਾ ਤੇ ਨਿਕਲੇ ਮੋਟਰਸਾਈਕਲ ਤੇ ਚਾਰਖੰਡ ਦੇ ਵਿੱਚ ਕਿਵੇਂ ਉਸ ਸਪੈਨਿਸ਼ ਬੀਬੀ ਦੇ ਨਾਲ 6-7 ਦਰਿੰਦਿਆਂ ਨੇ ਜ਼ਬਰਜਨਾਹ ਕੀਤਾ ਇਹ 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 ਭਾਰਤ ਦੀ ਅਸਲੀ ਤਸਵੀਰ ਹੈ ਤੁਸੀਂ ਕਹੀ ਜਾਓ ਜੀ ਅਸੀਂ ਤਾਂ ਦੇਵੀਆਂ ਦੇ ਪੁਜਾਰੀ ਆਂ ਦੇਖੋ ਸਾਡੀ ਦੁਰਗਾ ਦੇਵੀ ਸਾਡੀ ਵੈਸ਼ਨੂ ਦੇਵੀ ਸਾਡੀ ਕਾਲਕਾ ਦੇਵੀ ਅਸੀਂ ਤਾਂ ਔਮਨ ਨੂੰ ਜਿਹੜਾ ਉਹ ਦੇਵੀ ਬਣਾਇਆ ਗੋਡੈਸ ਬਣਾਇਆ ਕਿਸੇ ਹੋਰ ਮਜ਼ਹਬ ਔਰਤ ਦੀ ਪੂਜਾ ਅਸੀਂ ਤਾਂ ਔਰਤ ਹੀ ਪੂਜਾ ਕਰਦੇ ਹੁਣ ਜਦੋਂ ਤੁਸੀਂ ਝੂਠੀ ਨੈਰੇਟਿਵ ਉਹ ਸਾਰਾ ਬਣਾਣਾ ਹੈ ਔਰ ਜਿਵੇਂ ਖੁੱਲੇ ਆਮ ਸ਼ਰੇ ਆਮ ਮੰਦੀਆਂ ਡਾਨੀਆਂ ਨੂੰ ਜਿਹੜਾ ਇਹਨੇ ਸਾਰੀ ਦੌਲਤ ਇਸ ਕਲਾਸ ਦੇ ਹਵਾਲੇ ਕੀਤੀ ਪੋਰਟਸ ਵੀ ਡਿਫੈਂਸ ਆਰਮੈਂਟ ਤੋਂ ਲੈ ਕੇ ਦੂਜੇ ਉਹਨਾਂ ਜਿਹੜਾ ਇਹਦੇ ਮੁਕੇਸ਼ ਅਮਬਾਨੀ ਦਾ ਮੁੰਡਾ ਅਨੰਤ ਅਮਬਾਨੀ ਯਾਨੀ ਉਸ ਦੇ ਪ੍ਰੀ ਵੈਡਿੰਗ ਪਤਾ ਨਹੀਂ ਕੀ ਹੁਣ ਕਿੰਨੀ ਕੀ ਲਫਜ਼ ਨੇ ਫੋਟੋ ਸ਼ੂਟ ਸੀ ਕਿ ਕੀ ਸੀ ਕਿੰਨੇ ਸੋ ਕਰੋੜ ਉਹ ਵੀ ਚਲੋ ਹੋਏ ਜੇ ਉਹਦੀ ਵੈਲਥ ਹੈ ਜੇ ਉਹਦੀ ਕਮਾਈ ਹੈ ਤੂੰ ਖਸਬਾਨੂ ਖਾ ਜਿੱਥੇ ਮਰਜੀ ਖਰਪਰ ਜਿਵੇਂ ਸਾਰੀ ਸਟੇਟ ਹਮ ਉਸ ਦੇ ਉੱਤੇ ਝੁਕਾਈ ਜਿਵੇਂ ਜਾਮਨਗਰ 에어ਪੋਰਟ ਨੂੰ ਇੰਟਰਨੈਸ਼ਨਲ 에어ਪੋਰਟ 10 ਦਿਨ ਬਣਾਉਣ ਲਈ ਕਿਵੇਂ ਤੁਸੀਂ ਉੱਥੇ ਜਿੱਥੇ ਕੇ ਇੱਕ ਫਾਈਲ ਮੂਵ ਨਹੀਂ ਹੁੰਦੀ 40 40 ਸਾਲ ਹੋ ਗਏ ਨੇ ਲੋਕਾਂ ਨੂੰ ਜਸਟਿਸ ਦੇਖਦੇ ਆ ਜਾਂ ਕਿੱਥੇ 에어ਪੋਰਟ ਬਣਨਾ ਹੈ ਕਿ ਕਿਵੇਂ ਸਾਰੀ ਹਕੁਮਤ ਹਕੂਮਤ ਖੇਦਮਤ ਚਾਹੀ ਹਮ ਫਿਰ ਸ਼ੋ ਆਫ ਸਟਰੈਂਥ ਤੁਸੀਂ ਦੇਖੋ ਹੁਣ ਤੁਸੀਂ ਹੁਣ ਆ ਵੀ ਹੁੰਦਾ ਜਦੋਂ ਸਾਡੇ ਪ੍ਰੋਗਰਾਮ ਚੱਲਣ ਤੋਂ ਪਹਿਲਾਂ ਸਾਨੂੰ ਫੀਅਰ ਹੀ ਹੁੰਦਾ ਕਿ ਵੀ ਪਤਾ ਨਹੀਂ ਅੱਜ YouTube ਤੇ ਚੱਲਣਾ ਹੈ ਕਿ Facebook ਨੇ ਬਲੌਕ ਕਰਨਾ ਹੈ ਤੇ ਜਿਹੜਾ Facebook ਦਾ ਮਾਲਕ ਹੈ ਉਹ ਉੱਥੇ ਬੈਠਾ ਹੋਇਆ ਜਾਮਨਗਰ ਜਾ ਕੇ ਉਹਦੇ ਨੱਚ ਰਿਆ ਨਾਲ ਕਿਉਂਕਿ Reliance ਉਹਦਾ ਦਾ ਨੈਟਵਰਕ ਹੈ ਉਹਦੇ ਚ 10% ਉਹਦੀ ਮਾਰਗਰਗ ਉਹਦੀ ਹਿੱਸੇਦਾਰੀ ਹੈ ਨਹੀਂ ਜੇ Google ਵਾਲਾ ਪਚੌਰੀ ਕੇ ਪਕੌੜੀ ਉਹ ਵੀ ਉਹਨਾਂ ਦਾ ਉੱਥੇ ਬੈਠਾ ਹੋਇਆ ਹੈ ਦਿਲ ਗੇਟਸ ਨੇ ਦੂਸਰਿਆਂ ਤੋਂ ਲੈ ਕੇ ਸਾਰੇ ਔਰ ਬਹੁਤ ਸਾਰਿਆਂ ਨੇ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਦੋਨਾਂ ਨੂੰ ਲੈ ਕੇ ਰਹਿਾਨਾ ਜਿਹੜੀ ਇੰਟਰਨੈਸ਼ਨਲ ਬੜੇ ਸਭ ਤੋਂ ਮਹਿੰਗੀਆਂ ਐ ਐਂਟਰਟੇਨਰਾਂ ਚੋਂ ਹੈ ਦੇ ਦਿਲਜੀਤ ਦੋਸਾਂਜ ਜੀ ਕਿ ਜੇ ਇਹ ਜਾ ਕੇ ਨੱਚੇ ਉਹ ਅਧੇਕ ਲੱਗੇ ਰਹੇ ਕਹਿੰਦੇ ਨਹੀਂ ਨੱਚੇ ਉਹ ਨਹੀਂ ਨੱਚੇ ਉਹਨਾਂ ਨੇ ਦੂਜਿਆਂ ਨੂੰ ਨਿਛਾਇਆ ਹੁਣ ਗੱਲ ਇਹ ਨਹੀਂ ਹੈ ਗੱਲ ਇੱਕ ਕਪੜੀ ਕਿਸਮ ਦੀ ਡਿਬੇਟ ਹੈ ਅਸੀਂ ਜੋ ਐਂਟਰਟੇਨਰ ਨੇ ਉਹ ਉਹਨਾਂ ਨੂੰ ਐਂਟਰਟੇਨਰ ਉਹੀ ਇੱਕ ਜ਼ਮਾਨੇ 'ਚ ਹੀਰਾ ਮੰਡੀ ਲਾਹੌਰ ਹੁੰਦਾ ਸੀ ਜਿਹੜਾ ਮਰਜ਼ੀ ਲੈ ਜਾਏ ਵੱਧ ਪੈਸੇ ਦੇ ਲੈ ਜਾਏ ਉਹ ਉਹਦੇ 'ਚ ਤੁਸੀਂ ਉਹਨਾਂ ਦਾ ਲੇਕਿਨ ਜਿਹੜੀਆਂ ਚੀਜ਼ਾਂ ਜਦੋਂ ਤੁਸੀਂ ਕਿਸੇ ਚੀਜ਼ ਨੂੰ ਅਮਰੀਕੀ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹੋ ਵੀ ਇਹ ਦੋਵੇਂ ਰਿਹਾਨਾ ਦੇ ਉੱਤੇ ਤਾਂ ਸਾਡਾ ਕੋਈ ਨਹੀਂ ਕਿ ਹੱਕ ਵੀ ਨਹੀਂ ਮੰਗਦਾ ਦਾਵਾ ਵੀ ਨਹੀਂ ਹੈ ਚਲੋ ਉਹਨੇ ਉਸ ਪੀਰੀਅਡ ਦੇ ਵਿੱਚ ਕਿਸਾਨ ਮੂਵਮੈਂਟ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਉਹਨੇ ਜਿਹੜਾ ਇੰਟਰਨੈਸ਼ਨਲੀ ਰੈਕਗਨਿਸ਼ਨ ਵੀ ਦਿੱਤੀ ਔਰ ਉਹ ਇੱਕ ਪੋਜ਼ਿਟਿਵ ਗੱਲ ਸੀ ਲੇਕਿਨ ਉਸ ਦੇ ਉੱਤੇ ਕੋਈ ਦਾਵੇਦਾਰੀ ਨਹੀਂ ਉਹ ਤਾਂ ਇੱਕ ਐਂਟਰਟੇਨਰ ਹੈ ਲੇਕਿਨ ਉਦੋਂ ਉਹਨੂੰ ਉਸ ਟੂਲ ਕਿਟ ਦਾ ਹਿੱਸਾ ਕਿਹਾ ਗਿਆ ਸੀ ਜਿਹਦੇ ਥੱਲੇ ਈਵਨ ਥੌਨਸਬਰਗ ਜਿਹੜੀ ਗੈਟਾ ਗ੍ਰੇਟਾ ਥੌਨਸਬਰਗ এনਵਾਇਰਨਮੈਂਟਲਿਸਟ ਬੱਚੀ 14 15 ਕਿ ਜੀ ਇਹ ਇੰਟਰਨੈਸ਼ਨਲ ਟੂਲ ਕਿਟ ਬਣਾਈ ਔਰ ਇਧਰ ਹੋਇਆ ਔਰ ਉਧਰ ਹੋਇਆ ਔਰ ਉਹਦੇ ਥੱਲੇ ਉਹਦਾ ਇੰਨਾ ਵੱਡਾ ਜਿਹੜਾ ਉਹਨੂੰ ਬਣਾਇਆ ਗਿਆ ਸੀ ਕਿ ਵੀ ਉਹਨੂੰ ਤਾਂ ਵੀਜ਼ਾ ਹੀ ਨਹੀਂ ਸੀ ਮਿਲਣਾ ਚਾਹੀਦਾ ਜਾਂ ਉੱਥੋਂ ਵਾਪਸ ਮੋੜ ਦੇਣਾ ਚਾਹੀਦਾ ਸੀ ਇਵੇਂ ਹੀ ਦਲਜੀਤ ਦੋਸਾਂਝ ਉਹਦੇ ਮਗਰ ਇਹਨਾਂ ਦੀ ਉਹ ਦੁਰਗਾ ਦੇਵੀ ਕੰਗਣਾ ਮਨੋਤ ਹਾਂ ਜੀ ਨਹੀਂ ਇਹਨਾਂ ਦਾ ਮਨੋਤ ਹੀ ਹੈ ਉਹ ਉਹਨੂੰ ਮਗਰ ਲਾਇਆ ਕਿਵੇਂ ਜੀ ਕਿਸਾਨ ਮੂਵਮੈਂਟ ਦੂਜੇ ਤੀਜੇ ਤੇ ਹੁਣ ਉਹ ਜਨਾਬ ਵੀ ਜਿਹੜੇ ਨੇ ਉਹਨਾਂ ਨੂੰ ਸਾਰਾ ਵੈਲਕਮ ਵੀ ਕਰ ਰਹੇ ਨੇ ਔਰ ਦੂਜਾ ਹੁਣ ਤੁਸੀਂ ਕੰਪੈਰੀਜ਼ਨ ਕਰੋ ਕਿ ਇਸ ਤੋਂ ਠੀਕ ਹਫਤਾ ਪਹਿਲਾਂ ਹਮ ਨਤਾਸ਼ਾ ਕੌਲ ਜਿਹੜੀ ਕਸ਼ਮੀਰੀ ਪੰਡਤਾਂ ਦੀ ਕੁੜੀ ਕੌਲਾਂ ਦੀ ਕੁੜੀ ਉੱਥੇ ਉਹਦੀ ਮਾਂ ਬਿਮਾਰੀ ਦੀ ਹਾਲਤ ਆ ਉਹਦਾ ਬੜਾ ਡੀਟੇਲ ਇੰਟਰਵਿਊ ਕਈ ਥਾ ਹਮ ਉਹਨੂੰ ਕਰਨਾਟਕਾ ਦੀ ਸਰਕਾਰ ਸੱਦਦੀ ਹੈ ਇਨਵੀਟੇਸ਼ਨ ਦੇ ਉੱਤੇ 에어ਪੋਰਟ ਤੇ ਉਹਨੂੰ 48 ਘੰਟੇ ਕੇ 72 ਘੰਟੇ ਬਿਠਾ ਕੇ ਜ਼ਲੀਲ ਕਰਕੇ ਔਰ ਉਹਨੇ ਕਰਨਤਾ ਪਰਸ਼ੂਜ ਕਿਹਾ ਆਈ ਵਾਸ ਟ੍ਰੀਟਡ ਵਰਸਟ ਆਈ ਵਾਸ ਟ੍ਰੀਟਡ ਲਾਈਕ ਅ ਕ੍ਰਾਈਮਨਲ ਵੀ ਫੂਡ ਔਰ ਪਾਣੀ ਦਾ ਐਕਸੈਸ ਨਹੀਂ ਹੈ ਵੇਖੋ ਹੁਣ ਤੁਸੀਂ ਕੰਪੈਰੀਜ਼ਨ ਦੇਖੋ ਕਿ ਵੀ ਜਦੋਂ ਇਹ ਤਿੰਨ ਖੇਤੀ ਕਾਨੂੰਨ ਬਣਦੇ ਨੇ ਉਹੀ ਅੰਬਾਨੀਆਂ ਅਡਾਨੀਆਂ ਤੇ ਮੈਨੂੰ ਤਾਂ ਇਹਨਾਂ 'ਚ ਕੋਈ ਭੇਦ ਨਹੀਂ ਨਜ਼ਰ ਆਉਂਦਾ ਅਦਰਵਾਈਜ਼ ਹੀ ਭਰਾ ਲੜ ਪਏ ਆਪਸ 'ਚ ਅਡਾਨੀ ਇਹਨਾਂ ਦੇ ਨੇੜੇ ਨੇ ਅਬਾਨੀ ਕਾਂਗਰਸ ਦੇ ਨੇ ਕੋਈ ਨਹੀਂ ਹੈ ਸਾਰੇ ਇੱਕੋ ਹੀ ਨਸਲ ਹੈ ਹੁਣ ਇਹਨਾਂ ਦੇ ਖੇਤੀ ਕਾਨੂੰਨਾਂ ਦਾ ਫਾਇਦਾ ਇਹਨਾਂ ਨੂੰ ਦੇਣਾ ਸੀ ਖੇਤੀ ਤਾਂ ਇਹਨਾਂ ਦੇ ਹਵਾਲੇ ਕਰਨੀ ਸੀ ਸਾਰੀ ਖੇਤੀਬਾੜੀ ਸਾਈਲੋ ਵੀ ਇਹਨਾਂ ਦੇ ਬਣੇ ਹੋਏ ਸੀ ਹੁਣ ਜਿਹੜੇ ਦੋ ਪ੍ਰੋਮਿਨੈਂਟ ਜਿਹਨਾਂ ਨੇ ਜ਼ਾਰ ਹੈ ਜਦੋਂ ਰਹਿਾਨਾ ਨੇ ਜਾਂ ਗ੍ਰੇਟਾ ਥੰਸਬਰਗ ਨੇ ਆਵਾਜ਼ ਚੁੱਕੀ ਇਹ ਆਟੋਮੈਟਿਕਲੀ ਇਹਨਾਂ ਨੂੰ ਮਿਲੀయన్స్ ਲੋਕ ਫੋਲੋ ਕਰਦੇ ਨੇ ਇਹਨਾਂ ਦੇ ਟਵੀਟਸ ਨੂੰ ਇੱਕ ਇੰਟਰਨੈਸ਼ਨਲ ਵੌਇਸ ਬਣਿਆ ਜੀ ਪਰ ਇਹ ਹੀ ਦੋਨੋਂ ਕੋਣ 4 ਮਿਲੀਅਨ ਤੇ ਆਇਆ ਤੇ ਕੋਣ 8 ਕਰੋੜ ਤੇ ਆਇਆ ਇਹ ਭਾਤ ਨਹੀਂ ਮੈਨੂੰ ਪਤਾ ਕੀ ਹੈ ਲੇਕਿਨ ਹਕੀਕਤ ਇਹ ਹੈ ਕਿ ਉਹੀ ਇੱਕ ਪਾਸੇ ਉਹੀ ਕਿਸਾਨੀ ਮੋਰਚਾ ਨੰਬਰ 2 ਸ਼ੁਰੂ ਹੈ ਹੂੰ ਉਵੇਂ ਹੀ ਉਹਨਾਂ ਦੇ ਉੱਤੇ ਪੈਰਟ ਗਨਸ ਔਰ ਉਹੀ ਜ਼ੁਲਮ ਹੋ ਰਿਹਾ ਹੈ ਦੇ ਉਹੀ ਦੋ ਜਿਹੜੇ 2 ਸਾਲ ਪਹਿਲਾਂ ਜਿਹੜੇ ਨੇ ਉਹ ਇਧਰ ਹੀਰੋਸ ਹੀ ਅਜ ਉਹਨਾਂ ਦਾ ਵੀਜ਼ਾ ਵੀ ਨਹੀਂ ਰੋਕਿਆ ਗਿਆ ਦੂਜਾ ਵੀ ਨਹੀਂ ਹੈ ਔਰ ਉਹਨਾਂ ਨੂੰ ਇਵੇਂ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਗਿਆ ਕੱਲਾ ਇਹੀ ਨਹੀਂ ਮੈਨੂੰ ਤਾਂ ਉਹਦੇ ਜਿਹੜੇ ਨੈਸ਼ਨਲ ਮੀਡੀਆ ਸੀਨ ਦਿਖਾ ਰਿਹਾ ਦਲਜੀਤ ਦਸਾਂਜ ਦੇ ਉਹ 3 ਮਿੰਟ ਉਹ ਸਤਗੁਰੂ ਇੱਕ ਫਰਾਡੀਆ ਜਿਹਾ ਸਾਊਥ ਦਾ ਉਹਦੇ ਪੈਰਾਂ 'ਚੋਂ ਇਹਨੇ ਉੱਠਦਾ ਉਹਨੂੰ ਗੁੱਟਨੇ ਗੁੱਟਨੇ ਟੇਕ ਕੇ ਮੱਥਾ ਟੇਕ ਰਿਹਾ ਫਿਰ ਖੜਾ ਹੋ ਰਿਹਾ ਉਹਨੂੰ ਗੜ ਨਾਲ ਇਹ ਦੱਸਣ ਦੇ ਇਹ ਜਿਹੜਾ ਸਿੰਬੋਲਿਜ਼ਮ ਹੁੰਦਾ ਹੈ ਸ਼ਾਇਦ ਬਹੁਤਿਆਂ ਨੂੰ ਇਹ ਮੇਰੀ ਇਸ ਗੱਲ ਚੰਗੀ ਨਾ ਲੱਗਿਆ ਉਹਨਾਂ ਨੇ ਜੀ ਐਂਟਰਟੇਨਰ ਹੈ ਦੇਖੋ ਜੀ ਨਚਾਤਾ ਜੀ ਉਹਨੇ ਕੁਸ਼ਮਾ ਕਪੂਰ ਨੂੰ ਨਚਾਤਾ ਪੁਰਾਣੀ ਕਪੂਰਨੀ ਨੂੰ ਨਚਾਤਾ ਉਹਨਾਂ ਦੇ ਲਈ ਇਹੀ ਗੱਲ ਬਹੁਤ ਵੱਡੀ ਹੈ ਪਰ ਤੁਸੀਂ ਦੇਖੋ ਵੀ ਦੁਸ਼ਮਨ ਦੇ ਐਂਗਲ ਤੋਂ ਕਿ ਵੀ ਜਿਹੜੀ ਇੱਕ ਉਹਨੇ ਕੋਈ ਗੁਨਾਹ ਨਹੀਂ ਕੀਤਾ ਨਤਾਸ਼ਾ ਕਾਲ ਨੇ ਉਹਨੇ ਕਸ਼ਮੀਰੀਆਂ ਨੂੰ ਜਾਂ ਕਸ਼ਮੀਰ ਨੂੰ ਇੰਡੀਅਨ ਐਡਮਿਨਿਸਟਰਡ ਕਸ਼ਮੀਰ ਕਹੇ ਲੇਕਿਨ ਉਸ ਦੇ ਨਾਲ ਇਹ سلوਕ ਹੁੰਦਾ ਤੇ ਹੁਣ ਜੇ ਇਹੀ ਅੰਬਾਨੀ ਅਡਾਨੀ ਐਂਡ ਜੋ ਜੋ ਵੀ ਇਹਨਾਂ ਦੀ ਨਸਲ ਹੈ ਮੂਦੀਆਂ ਦੀ ਔਰ ਸ਼ਾਂਦੀ ਉਹਨਾਂ ਦੇ ਥੱਲੇ ਤੁਸੀਂ ਦੇਖੋ ਕਿ ਭਾਈ ਉਹਨਾਂ ਨੇ ਜਿਹੜਾ ਕਈ ਹਜ਼ਾਰ ਕਰੋੜ ਦਾ ਵੈਲਥ ਦਾ ਵੀ ਵਿਖਾਵਾ ਇਹ ਵੀ ਦੱਸਦਾ ਵੀ ਦੁਨੀਆ ਸਾਡੀ ਜੇਬ ਚ ਯਲਕ ਬਰਗ ਵੀ ਸਾਡੇ ਕੋਲ ਹੈ ਬਿਲ ਗੇਟਸ ਵੀ ਸਾਡੇ ਕੋਲ ਹੈ ਪਚੂਰੀ ਵੀ ਸਾਡੇ ਕੋਲ ਹੈ ਤੇ ਪੂੜੀ ਵੀ ਸਾਡੇ ਕੋਲ ਐ ਕੜਾ ਵੀ ਸਾਡੇ ਕੋਲ ਐ ਤੁਸੀਂ ਜਾ ਕੇ ਛੋਲੇ ਝੱਬੋ ਸੋ ਮਤਲਬ ਹਾਲਤਾਂ ਤੁਸੀਂ ਇਸ ਨੂੰ ਇਵੇਂ ਹੀ ਦੇਖ ਸਕਦੇ ਹੋ ਔਰ ਦੂਸਰੇ ਪੁਲੀਟ ਇਹ ਇਧਰੋਂ ਇਹ ਡਿਬੇਟ ਪੋਲੀਟੀਕਲ ਡਿਬੇਟ ਜੀ ਉਹਨੇ ਲਾਲੂ ਯਾਦਵ ਨੇ ਪਟਨੇ ਦੇ ਮੈਦਾਨ ਚ ਮੋਦੀ ਨੂੰ ਕਹਿ ਦਿੱਤਾ ਕਿ ਵੀ ਇਹ ਤਾਂ ਹਿੰਦੂ ਵੀ ਨਹੀਂ ਇਹਦੀ ਮਾਂ ਮਰ ਗਈ ਨੇ ਸੋਗ ਨਹੀਂ ਕੀਤਾ ਸਿਰਮੂ ਮਨਾਇਆ ਨਹੀਂ ਨਹੀਂ ਤਾਂ ਮੁੰਡਾ ਨ ਹੋ ਜਾਂਦਾ ਫਿਰ ਉਹਨੇ ਕਿਹਾ ਕਿ ਜੀ ਸਾਨੂੰ ਹਮਰਾ ਕਰਦਾ ਕਿ ਗ੍ਰੈਸਤੀ ਦਾ ਦੂਜੇ ਵੀ ਤੂੰ ਤੇਰਾ ਤਾਂ ਕਾਰਬਾਰ ਹੀ ਕੋਈ ਨਹੀਂ ਹੁਣ ਇਹ ਲੁੱਕ ਫੋਰਵਰਡ ਕਰਦੇ ਨੇ ਕਿ ਵੀ ਕੀ ਸਾਨੂੰ ਉਹਦੇ ਚੋਂ ਮਿਲੇ ਨਾਲ ਦੀ ਨਾਲ ਉਹਨਾਂ ਨੇ ਸ਼ੁਰੂ ਕਰਤਾ ਅਸੀਂ ਮੋਦੀ ਦਾ ਪਰਿਵਾਰ #mycountryismyfamily ਨਾ ਡਾਇਨੈਸ ਇਨਕੇਪੇਬਲ ਆਫ ਥਿੰਕਿੰਗ ਬਿਯੋਂਡ ਔਨ ਫੈਮਿਲੀਜ਼ ਕਿ ਜੀ ਮੈਂ ਮੇਰਾ ਤਾਂ 1.4 ਬਿਲੀਅਨ 400 ਮਿਲੀਅਨ ਮੇਰਾ ਪਰਿਵਾਰ ਹੈ ਔਰ ਮੋਦੀ ਦਾ ਪਰਿਵਾਰ ਕੈਂਪੇਨ ਇਹ ਉਹਨਾਂ ਨੇ ਸ਼ੁਰੂ ਕਰਤਾ ਹੈ ਔਰ ਮੋਦੀ ਦਾ ਪਰਿਵਾਰ ਔਰ ਲਾਲੂ ਯਾਦਵੇ ਸਾਰੇ ਇੱਕ ਪਾਸੇ ਉਹਨਾਂ ਨੇ ਦੂਜੀ ਡਿਬੇਟ ਹੁਣ ਅਸਲੀ ਡਿਬੇਟ ਜੋ ਲੋਕਾਂ ਨਾਲ ਹੋ ਰਿਹਾ ਹੈ ਜੋ ਬੇਸਿਕ ਵੈਲਿਊਜ਼ ਐਰੋਡ ਹੋ ਰਹੀਆਂ ਹਨ ਔਰ ਮੈਂ ਕਨਕਲੂਜਨ ਦੇ ਵਿੱਚ ਇਸ ਸੈਗਮੈਂਟ ਦੇ ਸਾਡੇ ਇੱਕ ਵੀਰ ਕੈਲੀਫੋਰਨੀਆ ਤੋਂ ਜਿਹੜੇ ਸਾਨੂੰ ਇਨਫਾਰਮਡ ਰੱਖਦੇ ਨੇ ਉਹਨਾਂ ਨੇ ਮੈਨੂੰ ਲੌਰੈਂਸ ਫਰਿੰਗੈਟੀ ਜੀ ਇੱਕ ਪੋएट ਪਬਲਿਸ਼ਰ ਔਰ ਪੋਲੀਟੀਕਲ ਆਈਕੋਨੋਕਲਾਸਟ ਹੋਇਆ ਜਿਹਦੀ 101 ਸਾਲ ਦੀ ਉਮਰ ਚ ਫਰਵਰੀ 2021 ਚ ਮੌਤ ਹੋਈ ਸੀ ਵੈਰੀ ਕੰਟਰੋਵਰਸ਼ੀਅਲ ਕਿਉਂਕਿ ਉਹਦੀ ਇੱਕ ਨਜ਼ਮ ਹੌਲ ਜਿਹਨੂੰ ਜਿਹਦੇ ਬੇਸ ਤੇ ਬੇਸ 1956 ਦੇ ਵਿੱਚ ਉਹਨੂੰ ਅਰੈਸਟ ਵੀ ਕਰ ਲਿਆ ਸੀ ਫਿਰ ਕੇਸ ਉੱਪਰ ਤੱਕ ਗਿਆ ਫਸਟ ਅਮੈਂਡਮੈਂਟ ਤੇ ਬੇਸ ਜਿਹੜਾ ਉਹਦੇ ਹੱਕ ਤੇ ਫੈਸਲਾ ਹੋਇਆ ਔਰ ਉਹ ਜਿਹੜੀ ਬੀਟ ਮੂਵਮੈਂਟ ਦੁਨੀਆ 'ਚ ਚੱਲੀ ਉਹਦਾ ਉਹਨੂੰ ਗੋਡਫਾਦਰ ਮੰਨਿਆ ਜਾਂਦਾ ਹਾਲਾਂ ਉਹਦੀਆਂ ਮੈਂ ਕੋਈ ਲਿਖਤਾਂ ਵੀ ਨਹੀਂ ਪੜ੍ਹੀਆਂ ਤੇ ਮੈਨੂੰ ਨਹੀਂ ਪਤਾ ਵੀ ਹੌਲ ਦੇ ਵਿੱਚ ਕੀ ਹੈ ਪਰ ਇਹ ਕਿਹਾ ਜਾਂਦਾ ਹੈ ਕਿ ਉਸ ਜ਼ਮਾਨੇ 'ਚ ਕਿਹਾ ਗਿਆ ਸੀ ਕਿ ਬੜੀ ਲੂਸਿਡ ਔਰ ਅਦਰਵੇ ਹੈ ਪਰ ਮੈਂ ਜਿਹੜੀ ਉਹਦੀ ਪਿਟੀ ਦਾ ਨੇਸ਼ਨ ਉਹਨੇ ਮੈਂ ਉਸ ਮੁਲਕ ਦੇ 1.4 ਕੋਰਡ ਮਿਲੀਅਨ ਲੋਕਾਂ ਲਈ ਇਨ ਜਨਰਲ ਔਰ ਆਪਣੇ ਵੀ ਉਹ ਲੋਕ ਜਿਹੜੇ ਇਸ ਕਿਸਮ ਦੀ ਡਰਾਮੇਬਾਜ਼ੀ ਔਰ ਦੂਸਰੇ ਦਾ ਸ਼ਿਕਾਰ ਹੋ ਕੇ ਅਸਲ ਦੇ ਨਾਲ ਖਲੂਣ ਤੋਂ ਇਨਕਾਰੀ ਨੇ ਉਹਨਾਂ ਦੇ ਉੱਤੇ ਇੱਕ ਚੋਟ ਵੀ ਹੈ ਵਿਅੰਗ ਵੀ ਹੈ ਕਟਾਕਸ਼ ਵੀ ਹੈ ਇਹਨੇ ਕਿਹਾ ਪਿਟੀ ਦਾ ਨੇਸ਼ਨ ਉਹਨਾਂ ਲੋਕਾਂ ਦੇ ਉੱਤੇ ਤਰਸ ਕਰੋ ਪਿਟੀ ਦਾ ਨੇਸ਼ਨ ਹੂਜ਼ ਪੀਪਲ ਆਰ ਸ਼ੀਪ ਐਂਡ ਹੂਜ਼ ਸ਼ੈਫਰਡਸ ਮਿਸਲੈਡ ਥੈਮ ਕਿਉਂ ਪੀੜਾ ਬਣੇ ਹੋਏ ਨੇ ਔਰ ਜਿਹੜੇ ਉਹਨਾਂ ਦੇ ਆ ਜੜੀ ਨੇ ਉਹਨਾਂ ਨੂੰ ਮਿਸਲੀਡ ਕਰਦੇ ਨੇ ਪਿਟੀ ਦਾ ਨੇਸ਼ਨ ਹੂਜ਼ ਪੀਪਲ ਆਰ ਸ਼ੀਪ ਐਂਡ ਹੂਜ਼ ਸ਼ੈਫਰਡਸ ਮਿਸਲੀਡ ਥੈਮ ਪਿਟੀ ਦਾ ਨੇਸ਼ਨ ਹੂਜ਼ ਲੀਡਰਸ ਆਰ ਲਾਇਰਸ ਹੂਜ਼ ਸੇਜਸ ਆਰ ਸਾਇਲੈਂਸਡ ਐਂਡ ਹੂਜ਼ ਬਿਗਟਸ ਹੌਂਟਸ ਦਾ 에ਅ ਵੇਵਸ ਇਹ ਬਿਲਕੁਲ ਇੰਡੀਆ ਦੇ ਸਾਰੇ ਸਿਸਟਮ ਦੇ ਉੱਤੇ ਟੁੱਕਦੀ ਆ ਕਿ ਭਾਈ ਉਹਨਾਂ ਤੇ ਤਰਸ ਆਉਂਦਾ ਜਿਨ੍ਹਾਂ ਦੇ ਲੀਡਰ ਝੂਠੇ ਨੇ ਜਿਨ੍ਹਾਂ ਦੇ ਸਿਆਣੇ ਲੋਕ ਸੇਜ ਉਹ ਚੁੱਪ ਕੀਤੇ ਹੋਏ ਨੇ ਉਹਨਾਂ ਦੀ ਜ਼ੁਬਾਨ ਨਹੀਂ ਖੁੱਲਦੀ ਔਰ ਜਿਹੜੇ ਨਫ਼ਰਤ ਨਾਲ ਭਰੇ ਹੋਏ ਨੇ ਉਹ ਰੇਡੀਓ ਜਾਂ ਟੀਵੀ ਦੇ ਉੱਤੇ ਦੰਦ ਰਾਂਦੇ ਫਿਰਦੇ ਨੇ ਪੀਟੀ ਦਾ ਨੇਸ਼ਨ ਦੈਟ ਰੇਜ਼ਸ ਨਾਟ ਇਟਸ ਵੌਇਸ ਐਕਸੈਪਟ ਟੂ ਪ੍ਰੇਜ਼ ਕੰਕਰਰਸ ਐਂਡ ਐਕਲੇਮ ਦਾ ਬੁਲੀ ਐਜ਼ ਹੀਰੋ ਐਂਡ ਏਮਸ ਟੂ ਰੂਲ ਦਾ ਵਰਲਡ ਬਾਈ ਫੋਰਸ ਐਂਡ ਬਾਈ ਟੌਰਚਰ ਕਿ ਵੀ ਉਹਨਾਂ ਤੇ ਤਰਸ ਹੁੰਦਾ ਹੈ ਜਿਨ੍ਹਾਂ ਦੇ ਜਿਹੜੇ ਨੇ ਲੋਕ ਉਹ ਆਵਾਜ਼ ਨਹੀਂ ਚੁੱਕਦੇ ਉਹ ਸਿਰਫ ਜੇਤੂਆਂ ਦੇ ਗੁਣ ਗਾਉਂਦੇ ਨੇ ਖੁਸ਼ਾਮਦ ਕਰਦੇ ਨੇ ਔਰ ਜਿਹੜੇ ਬੁਲੀ ਨੇ ਉਹਨਾਂ ਨੂੰ ਉਹ ਹੀਰੋ ਕਹਿੰਦੇ ਨੇ ਔਰ ਉਹਨਾਂ ਦਾ ਉਹਨਾਂ ਦੇ ਉਹ ਆਸ਼ਿਕ ਬਣ ਜਾਂਦੇ ਨੇ ਜਿਹੜੇ ਟੌਰਚਰ ਨਾਲ ਔਰ ਫੋਰਸ ਨਾਲ ਉਹਨਾਂ ਦੇ ਉੱਤੇ ਹਾਵੀ ਹੁੰਦੇ ਨੇ ਪਿਟੀ ਦਾ ਨੇਸ਼ਨ 댓 ਰੇਜ਼ਸ ਨਾਟ ਇਟਸ ਵੌਇਸ ਐਕਸੈਪਟ ਟੂ ਪ੍ਰੇਜ਼ ਕੰਕਰਰਸ ਐਂਡ ਐਕਲੇਮ ਦਾ ਬੁਲੀ ਐਜ਼ ਹੀਰੋ ਐਂਡ ਏਮਸ ਟੂ ਰੂਲ ਦਾ ਵਰਲਡ ਬਾਈ ਫੋਰਸ ਐਂਡ ਬਾਈ ਟੌਰਚਰ ਪਿਟੀ ਦਾ ਨੇਸ਼ਨ 댓 ਨੋਜ਼ no other language but its own and no other culture but its own ke bijjana di duniya apna pind hai apni zuban apna uh, uh, culture us to bina unhone duniya de naal koi uh, rabta nahi hai petty the nation whose breath is money and sleeps the sleep of the too well fed hmm. ke bij jade kha ke tid maar dikar maar ke te oh sookde ne surwang ਇਹ ਰਿਪਬਨ ਉਹਨਾਂ ਦਾ ਕੰਮ ਜਿਹੜਾ ਉਹ ਸਿਰਫ ਉਹਨਾਂ ਦੇ ਸਾਵਾ ਚੋਂ ਪੈਸਾ ਨਿਕਲਦਾ ਪਿਟੀ ਦਾ ਨੇਸ਼ਨ ਉਹ ਪਿਟੀ ਦਾ ਪੀਪਲ ਹੂ ਅਲ ਆਰ देयर ਰਾਈਟਸ ਟੂ ਐਰੋਡ ਐਂਡ देयर ਫਰੀਡਮਸ ਟੂ ਬੀ ਵਾਸ਼ਡ ਅਵੇ ਮਾਈ ਕੰਟਰੀ ਟੀਅਰਸ ਆਫ ਦੀ সুইਟ ਲੈਂਡ ਆਫ ਲਿਬਰਟੀ ਉਹਨਾਂ ਨੇ ਕਿਹਾ ਵੀ ਉਹਨਾਂ ਲੋਕਾਂ ਤੇ ਤਰਸ ਜਿਹੜੇ ਇਸ ਦੂਜਿਆਂ ਨੂੰ ਉਹਨਾਂ ਦੇ ਹੱਕ ਖੋਹ ਲੈਣ ਦਿੰਦੇ ਨੇ ਔਰ ਜਿਨ੍ਹਾਂ ਦੀਆਂ ਆਜ਼ਾਦੀਆਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਮਾਈ ਕੰਟਰੀ ਟੀਅਰਸ ਆਫ ਦੀ সুইਟ ਲੈਂਡ ਆਫ ਲਿਬਰਟੀ ਹਾਂਜੀ ਉਹਨਾਂ ਨੂੰ ਇੱਕ ਪਾਸੇ ਲੈਂਡ ਆਫ ਲਿਬਰਟੀ ਹੈ ਇੱਕ ਪਾਸੇ ਉਹ ਲੋਕ ਨੇ ਇਸ ਲਈ ਸਮਝਦਾ ਹਾਂ ਵੀ ਲੌਰੈਂਸ ਫਰਲਿੰਗ ਫਰਲਿੰਗੈਟੀ ਨੇ ਇਹ ਬਹੁਤ ਸਾਰੇ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਜਿਹੜੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਵੀ ਇਹ ਸਾਡੀ ਕਿਹੜੀ ਗੁਲਾਮੀ ਹੈ ਜੇ ਅਸੀਂ ਤਾਂ ਬਹੁਤ ਵਧੀਆ ਜੀ ਰਹੇ ਹਾਂ ਉਸ ਨੂੰ ਬਿਆਨਿਆ ਜੀ ਰਾਜਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਅਥਲੈਨ ਬ੍ਰੇਕ ਈਵਰਜ਼ ਤੁਸੀਂ ਕਿਤੇ ਨੇ ਜਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ ਨਿਗਰਾਨੀ ਰੱਖਣੀ ਪਿੱਛਾ ਕਰਨਾ ਤੰਗ ਪ੍ਰੇਸ਼ਾਨ ਕਰਨਾ ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਨਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੋੜ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਤੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1800 call FBI ਜਾਂ 1-800-225-5324 ਤੇ ਸੰਪਰਕ ਕਰੋ ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈੱਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ ਔਰ ਜਾਣਕਾਰੀ ਲਈ ਦੇਖੋ fbi.gov/fraud/tnr ਜੇਕਰ ਤੁਸੀਂ ਤੁਰੰਤ ਸਰੀਰ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ FBI ਬਣਾ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸਬਦਾਨ ਨੂੰ ਕਾਇਮ ਰੱਖਣਾ ਹੈ ਈਵਰਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਖਾਲਸਤਾਨੀ ਸੰਘਰਸ਼ ਦੇ ਇੱਕ ਬਹੁਤ ਵੱਡੇ ਨਾਇਕ ਹੋਏ ਨੇ ਔਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਾ ਵਾਲਿਆਂ ਤੋਂ ਪ੍ਰੇਰਿਤ ਹੋ ਕੇ ਆਪਣਾ ਜੀਵਨ ਕੌਮੀ ਕਾਰਖਾਨਾ ਖਾਲਸਾਂ ਦੀ ਪ੍ਰਾਪਤੀ ਲਈ ਕੁਰਬਾਨ ਕਰ ਦਿੱਤਾ ਸੰਤ ਪਿੰਡਾ ਵਾਲਿਆਂ ਦੀ ਯਾਦ ਨੂੰ ਸਮਰਪਤ ਉਹਨਾਂ ਦੀ ਇੱਕ ਨਜ਼ਮ ਆਪਾਂ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਹੜੀ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਸ਼ੇਅਰ ਵੀ ਕਰਨ ਜਾ ਰਹੇ ਹਾਂ ਔਰ ਣੜੇ ਟੋੜੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ ਔਰ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾਲ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰੜਾ ਦੇਖਣ ਸੋਲੇ ਆਲੇ ਕਲੇ ਤੁਹਾਡਾ ਸਭ ਤੋਂ ਆਪੋ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹ ਅ ਦੇਖੋ ਕੁਛ ਦਿਨ ਇਤਿਹਾਸਕ ਹੁੰਦੇ ਨੇ ਔਰ ਕਟਨਾਵਾ ਇਨੀ ਹੱਕ ਚ ਚਫਰੇ ਹੁੰਦੀਆਂ ਐ ਵੀ ਅਸੀਂ ਹਰ ਦਿਨ ਨੂੰ ਰੈਕਗਨਾਈਜ਼ ਨਹੀਂ ਕਰ ਪਾਉਂਦੇ ਫਰਵਰੀ ਦੇ ਜਦੋਂ ਅਖੀਰਲੇ ਦਿਨ ਆਉਂਦੇ ਨੇ ਤਾਂ ਫਿਰ ਬਾਬਾ ਗੁਰਬਚਨ ਸਿੰਘ ਮਾਨੋਚਾਰ ਜਿਹੜੇ ਬਹੁਤ ਵੱਡੇ ਸਾਡੇ ਖਾਲਸਾਤਨ ਦੇ ਨਾਇਕ ਨੇ ਸ਼ਹੀਦ ਨੇ ਔਰ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਤੇ ਜਿਹੜਾ ਸਰਬੱਤ ਖਾਲਸਾ ਹੋਇਆ ਜਿਸ ਨੇ ਪੰਜ ਮੈਂਬਰੀ ਪੰਥਕ ਕਮੇਟੀ ਥਾਪੀ ਸੀ ਪੰਥ ਨੂੰ ਅਗਵਾਈ ਦੇਣ ਦੇ ਲਈ ਉਹ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ ਸੀ ਹਾਂ ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ ਹੀ ਉਸ ਪੰਜ ਮੈਂਬਰੀ ਪੰਥਕ ਕਮੇਟੀ ਨੇ 29 April 1986 ਨੂੰ ਖਾਲਸਾਣ ਦਾ ਐਲਾਨਨਾਮ ਜਾਰੀ ਕਰਕੇ ਦੁਨੀਆਂ ਦੇ ਵਿੱਚ ਖਾਲਸਾਣ ਦੀ ਸਟਰਗਲ ਇੰਡੀਪੈਂਡੈਂਟ ਖਾਲਸਾਣ ਮੁਲਕ ਦੀ ਡੈਕਲੇਰੇਸ਼ਨ ਚ ਜੋ ਸਾਡੇ ਫਿਊਚਰ ਦੇ ਕਨਸਟੀਟਿਊਸ਼ਨ ਦੇ ਬੀਜ ਨੇ ਉਹ ਐਲਾਨਨਾਮਾ ਉਹਨਾਂ ਨੇ ਜਾਰੀ ਕੀਤਾ ਸੀ ਔਰ 1993 ਚ ਫਰਵਰੀ ਮਹੀਨੇ ਦੇ ਆਂਡ ਚ ਜਿਹੜੀ ਡੇਟ ਥੋੜੀ ਬਹੁਤ ਵੇਰੀ ਕਰਦੀ ਹੈ ਪਰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਬੜੇ ਜੂਝ ਕੇ ਯੋਧਿਆਂ ਵਾਂਗ ਜੀ ਔਰ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਉਸ ਇਹ ਵੀ ਠੀਕ ਹੈ ਕਿ ਸੰਘਰਸ਼ ਕੁਸ਼ੋ ਲੋਕ ਵੀ ਆਏ ਉੱਪਰ ਤੱਕ ਗਏ ਪਰ ਜਦੋਂ ਪਰਖ ਦਾ ਵੇਲਾ ਆਇਆ ਉਹ ਆਪਣੇ ਆਪ ਨੂੰ ਉਸ ਦੇ ਅਨਕੂਲ ਸਾਬਤ ਨਹੀਂ ਕਰ ਸਕੇ ਪਰ ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸਮਰਪਣ ਰਹੀ ਔਰ 1978 ਤੋਂ ਲੈ ਕੇ 1993 ਤੱਕ ਆਲਮੋਸਟ ਅਸੀਂ ਦੇਖਦੇ ਹਾਂ ਕਿ ਕਿੰਨਾ ਲੰਮਾ ਵਕਤ ਹਾਲਾਂ ਜੁਝਾਰੂ ਸੰਘਰਸ਼ ਤੇ ਵਿੱਚ ਇੱਕ ਐਵਰੇਜ ਜੁਝਾਰੂ ਦੀ ਉਮਰ 2 ਤੋਂ 3 ਸਾਲ ਮੰਨੀ ਜਾਂਦੀ ਸੀ ਲੇਕਿਨ ਉਹਨਾਂ ਨੇ ਲੰਬਾ ਵਕਤ ਸੰਘਰਸ਼ ਕੀਤਾ ਔਰ ਆਪਣੇ ਇਰਾਦੇ ਤੇ ਦ੍ਰਿੜ ਰਹੇ ਔਰ ਉਹਨਾਂ ਦੇ ਵਿੱਚ ਕੁਦਰਤ ਨੇ ਉਹ ਗੁਣ ਵੀ ਦਿੱਤਾ ਹੋਇਆ ਸੀ ਉਹ ਸ਼ਾਇਰ ਵੀ ਸਨ ਜਦੋਂ ਵੀ ਨਵਾਂ ਸਾਲ ਚੜ੍ਹਦਾ ਤੇ ਅਸੀਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਨਜ਼ਮ ਜ਼ਰੂਰ ਸਾਂਝੀ ਕਰਦੇ ਪਰ ਦੋਕ ਤਿੰਨ ਪਹਿਲਾਂ ਇਹ ਹਾਲਾਂਕਿ ਇੱਕ ਅੱਧੀ ਵਾਰੀ ਪਹਿਲਾਂ ਵੀ ਇਹ ਸ਼ਾਇਦ ਸਾਂਝੀ ਕੀਤੀ ਹੋਏ ਪਰ ਉਹਨਾਂ ਦੀ ਉਹ ਨਜ਼ਮ ਜਿਹੜੀ ਉਹਨਾਂ ਨੇ ਸੰਜਨੈਲ ਸਿੰਘ ਖਾਲਸਾ ਪਿੰਡਾ ਵਾਲਿਆਂ ਨੂੰ ਸੰਬੋਧਿਤ ਹੋ ਕੇ ਲਿਖੀ ਉਹ ਮੈਂ ਸ਼ੇਅਰ ਕਰਦੇ ਅੱਛਾ ਔਰ ਇਹਦੇ ਚੋਨਾ ਦਾ ਉਹ ਡਿਟਰਮੀਨੇਸ਼ਨ ਹੈ ਕਿ ਜਿਸ ਰਸਤੇ ਤੇ ਤੁਸੀਂ ਤੋਰਿਆ ਸੀ ਤੁਹਾਡੀ ਪ੍ਰੇਰਣਾ ਦੇ ਨਾਲ ਅਸੀਂ ਤੁਰੇ ਸੀ ਯਾਰਾ ਉਹਨੂੰ ਅਸੀਂ ਅਖੀਰਲੇ ਸਾਹ ਤੱਕ ਨਿਭਾਵਾਂਗੇ ਔਰ ਉਹਨਾਂ ਨੇ ਸ਼ੁਰੂ ਵੀ ਇਥੋਂ ਕੀਤਾ ਮੇਰੇ ਜਿਗਰੀ ਦੋਸਤਾ ਤੇਰਾ ਚਤਵਿਆ ਸੰਕਲਪ ਮੇਰੇ ਅੰਦਰ ਲੱਟ ਲੱਟ ਬਲ ਰਿਹਾ ਹੈ ਮੇਰੇ ਜਿਗਰੀ ਦੋਸਤਾ ਤੇਰਾ ਚਤਵਿਆ ਸੰਕਲਪ ਮੇਰੇ ਅੰਦਰ ਲੱਟ ਲੱਟ ਬਲ ਰਿਹਾ ਏ ਤੇਰੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਖਾਤਰ ਅਸੀਂ ਆਪਣੇ ਆਰਮਾਨਾਂ ਨੂੰ ਸੂਲੀ ਟੰਗ ਦਿੱਤਾ ਏ ਜਿਹੜੀ ਸ਼ਮਾਂ ਤੂੰ ਬਾਲ ਕੇ ਦੇ ਗਿਆ ਯਾਰਾ ਉਹ ਅੱਜ ਭਾਂਬੜ ਬਣ ਮੱਚੀ ਤੇ ਅਸੀਂ ਉਸ ਨੂੰ ਪ੍ਰਚੰਡ ਕਰਨ ਦੇ ਵਾਸਤੇ ਆਪਣਾ ਖੂਨ ਤੇਲ ਦੀ ਥਾਂ ਪਾ ਰਹੇ ਹਾਂ ਮੈਨੂੰ ਪਤਾ ਏ ਉੱਥੋਂ ਕਦੇ ਕੋਈ ਵਾਪਸ ਨਹੀਂ ਆਇਆ ਜਿਸ ਜਹਾਨ ਤੂੰ ਤੁਰ ਗਿਆ ਯਾਰਾ ਐ ਪਰ ਮੈਂ ਮਨ ਦੀ ਤਸੱਲੀ ਲਈ ਚਾਹੁੰਦਾ ਤੇ ਕਹਿੰਦਾ ਹਾਂ ਕਿ ਤੂੰ ਆ ਤੇ ਆ ਕੇ ਵੇਖ ਅੱਖਾਂ ਕਿ ਤੇਰੇ ਨਕਸ਼ੇ ਕਦਮਾਂ ਉੱਤੇ ਤੁਰ ਕੇ ਅਸੀਂ ਕਿੰਨਾ ਪੈਂਡਾ ਤੈ ਕਰ ਲਿਆ ਏ ਤੇ ਨਾਲੇ ਵੇਖ ਕਿ ਘਰ ਘਰ ਵਿੱਚੋਂ ਪਤੰਗੇ ਕਿਵੇਂ ਸ਼ਮਾਂ ਤੋਂ ਕੁਰਬਾਨ ਹੋਣ ਲਈ ਆ ਰਹੇ ਨੇ ਤੇਰੀ ਸੋਚ ਅਤੇ ਤੇਰਾ ਸੰਕਲਪ ਮੇਰੇ ਕੋਲ ਹੈ ਤੇ ਕसम ਤੂੰ ਵੀ ਕਦੇ ਦੂਰ ਨਹੀਂ ਹੋਇਆ ਤੇਰੀ ਸੋਚ ਤੇ ਤੇਰਾ ਸੰਕਲਪ ਮੇਰੇ ਕੋਲ ਹੈ ਤੇ ਕसम ਤੂੰ ਵੀ ਕਦੇ ਦੂਰ ਨਹੀਂ ਹੋਇਆ ਅਸੀਂ ਹਿਰਦੇ ਵਿੱਚ ਸਾਂਭ ਕੇ ਰੱਖੀ ਹੋਈ ਹੈ ਤੇਰੇ ਵਿਚਾਰਾਂ ਦੀ ਸੁੱਚੀ ਜਈ ਪੱਗ ਹਮ ਅਸੀਂ ਹਿਰਦੇ ਵਿੱਚ ਸਾਂਭ ਕੇ ਰੱਖੀ ਹੋਈ ਐ ਤੇਰੇ ਵਿਚਾਰਾਂ ਦੀ ਸੁੱਚੀ ਜਈ ਪੱਗ ਉੱਚਾ ਹੋ ਕੇ ਵੀ ਤੂੰ ਨੀਵੇਂਆਂ ਨੂੰ ਯਾਰ ਆਖਿਆ ਸੀ ਇਹੋ ਤਾਂ ਤੇਰੀ ਵਡਿਆਈ ਸੀ ਯਾਰਾ ਹੂੰ ਉੱਚਾ ਹੋ ਕੇ ਵੀ ਤੂੰ ਨੀਵੇਂਆਂ ਨੂੰ ਯਾਰ ਆਖਿਆ ਸੀ ਇਹੋ ਤਾਂ ਤੇਰੀ ਵਡਿਆਈ ਸੀ ਯਾਰਾ ਅਸੀਂ ਨੀਵੇਂ ਤੇ ਨਿਮਾਣੇ ਜ਼ਰੂਰ ਹਾਂ ਪਰ ਕਮੀਨੇ ਨਹੀਂ ਹੂੰ ਯਾਰ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੇ ਬਿਲਕੁਲ ਅਸੀਂ ਨੀਵੇਂ ਤੇ ਨਿਮਾਣੇ ਜ਼ਰੂਰ ਹਾਂ ਪਰ ਕਮੀਨੇ ਨਹੀਂ ਯਾਰ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੇ ਸੀਸ ਦੀਆ ਪਰ ਸਿਰਰ ਨਾ ਦੀਆ ਦੀ ਦੁਆ ਮੰਗਦਾ ਹਾਂ ਆਜ਼ਿਸ ਹੋ ਕੇ ਮੈਂ ਆਪਣੇ ਖੁਦਾ ਪਾਸੋਂ ਤੇ ਤੈਨੂੰ ਸਾਲਸੀ ਮੰਨ ਕੇ ਦੁਹਰਾਉਂਦਾ ਪ੍ਰਣ ਕਿ ਤੇਰੇ ਸੰਕਲਪ ਨੂੰ ਮੂਰਤੀ ਮਾਨ ਕਰਾਂਗਾ ਹੂੰ ਅਸੀਂ ਨੀਵੇਂ ਤੇ ਨਮਾਣੇ ਜ਼ਰੂਰ ਹਾਂ ਪਰ ਕਮੀਨੇ ਨਹੀਂ ਯਾਰ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੇ ਸੀਸ ਦੀ ਆ ਪਰ ਸਿਰਰ ਨਾ ਦੀਆ ਦੀ ਦੁਆ ਮੰਗਦਾ ਹਾਂ ਆਜ਼ਿਜ਼ ਹੋ ਕੇ ਮੈਂ ਆਪਣੇ ਖੁਦਾ ਪਾਸੋਂ ਤੇ ਤੈਨੂੰ ਸਾਲਸੀ ਮੰਨ ਕੇ ਦੁਹਰਾਉਂਦਾ ਪ੍ਰਣ ਕਿ ਤੇਰੇ ਸੰਕਲਪ ਨੂੰ ਮੂਰਤੀ ਮਾਨ ਕਰਾਂਗਾ ਔਰ ਇਹ ਵੀ ਮੈਂ ਯਾਦ دہਾਨੀ ਕਰਵਾ ਦਿਆਂ 2 ਮਾਰਚ ਜਿਹੜਾ ਕਿ ਬੀਤਿਆ ਸੈਚਰਡੇ ਸੀ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਨੇ ਉਹਨਾਂ ਦਾ ਜਨਮ ਦਿਨ ਸੀ ਕਿਉਂਕਿ ਜੇ ਵਰਕਿੰਗ ਡੇ ਚਾਹੰਦਾ ਹੈ ਤੇ ਅਸੀਂ ਉਹਦੇ ਨੂੰ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਵੈਸੇ ਤਾਂ ਮੇਰੀ ਕੋਈ ਵੀ ਪ੍ਰੈਜੈਂਟੇਸ਼ਨ ਹੋ ਲੈਕਚਰ ਹੋਏ ਜਾਂ ਲਿਖਤ ਹੋਏ ਉਹ ਸਰ ਕਪੂਰ ਸਿੰਘ ਔਰ ਸੰਤ ਜਨੈਰ ਸਿੰਘ ਪੰਡਰਾਵਾਲਿਆਂ ਦੇ ਯੋਗਦਾਨ ਨੂੰ ਰੈਕਗਨਾਈਜ਼ ਕਰਨ ਤੋਂ ਬਿਨਾਂ ਕਦੇ ਵੀ ਮੁਕੰਮਲ ਨਹੀਂ ਹੁੰਦੀ ਅੱਛਾ ਸੋ ਅਸੀਂ ਸਮਝਦੇ ਹਾਂ ਕਿ ਸਰ ਕਪੂਰ ਸਿੰਘ ਉਹਨਾਂ ਨੇ ਜੋ ਖੁਦ ਜਰਿਆ ਸਿਆ ਔਰ ਉਸ ਸਾਰੀ ਕਹਾਣੀ ਨੂੰ ਗੁਰਮੀ ਦੀ ਦਾਸਤਾਨ ਨੂੰ ਸਾਚੀ ਸਾਫੀ ਦੇ ਰੂਪ ਚ ਜ਼ਗਜ਼ਾਹਰ ਕੀਤਾ ਉਹ ਹਰ ਜਿਹੜਾ ਵੀ ਖਾਲਸਤਾਨੀ ਇਸ ਰਾਹ ਦਾ ਪੰਧ ਹੀ ਹੈ ਜਾਂ ਜਿਹੜਾ ਸਿੱਖ ਹੋਣ ਦਾ ਵੀ ਆਪਣੇ ਆਪ ਨੂੰ ਜਿਹੜਾ ਉਹ ਦਾਵੇਦਾਰ ਮੰਨਦਾ ਹੈ ਉਹ ਜ਼ਰੂਰ ਪੜੇ ਤਾਂ ਕਿ ਅਹਿਸਾਸ ਹੋਏ ਕਿ ਜਿਹੜਾ ਸੰਕਲਪ ਬਾਬਾ ਮਾਨੋਚਾਲ ਨੇ ਸੰਜਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਪਰਸਨੈਲਿਟੀ ਨੂੰ ਲੈ ਕੇ ਤੇ ਸੀਸ ਦਿਆਂ ਪਰ ਸਿਰ ਨਾ ਦਿਆਂ ਦੇ ਆਸ਼ੇ ਦੇ ਨਾਲ ਨਾਲ ਉਸ ਸੰਕਲਪ ਦੀ ਪੂਰਤੀ ਵੱਲ ਪਹੁੰਚਣ ਦੀ ਗੱਲ ਕੀਤੀ ਉਹ ਮੁਕੰਮਲ ਹੁੰਦਾ ਜਦੋਂ ਤੁਸੀਂ ਸਰ ਕਪੂਰ ਸਿੰਘ ਔਰ ਸੰਤ ਪਿੰਡਾਂ ਵਾਲੇ ਉਹਨਾਂ ਦੋਨਾਂ ਸ਼ਖਸੀਅਤਾਂ ਨੂੰ 20-20 ਸਦੀ ਦੀ ਸਮਝਦੇ ਹੋ ਕਿ ਭਾਈ ਇਹ ਕੀ ਲੜਾਈ ਹੈ ਜੀ ਦਾ ਸਭ ਤੋਂ ਪਹਿਲਾਂ ਬਾਬਾ ਸ਼ੁਕਰੀਆ ਹੁਣ ਆਪ ਆਪਨੇ ਵੀਅਰਸ ਜਿਹੜੇ ਮੈਸੇਜ ਨੇ 올ਾਂ ਜਾਂ ਰਹੇ ਆ YouTube ਤੇ ਉੱਪਰ ਸਭ ਦਾ ਸ਼ੁਕਰੀਆ ਦਾ ਅਦਾ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਸਾਨੂੰ ਮੈਸੇਜ ਲਿਖਦੇ ਹੋ ਔਰ ਲਿਖਦੇ ਰਹੋ ਔਰ ਜੁੜਦੇ ਰਹੋ ਵਸਦੇ ਰਹੋ ਹੱਸਦੇ ਰਹੋ ਔਰ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਇੰਦਰਜੀਤ ਸਿੰਘ ਸੰਧੂ ਫਤਿਹਪਾਲਾਂ ਦੇ ਅਮਰਜੀਤ ਸਾਨੀ ਅਮਰਜੀਤ ਸਾਨੀ ਫਿਰ ਹਰਦੀਪ ਸਿੰਘ ਜੀ ਔਰ ਕੁਲਦੀਪ ਕੌਰ ਜੀ ਲਖਵਿੰਦਰ ਸਿੰਘ ਆਲ ਕਪਾਲ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਅਨਖਾਲਸਾ ਜਿੰਦਾਬਾਦ ਕਹਿੰਦੇ ਨੇ ਅਨਪਾਲ ਔਰ ਮੀਆਂ ਸਰਵਰ ਜੀ ਕਹਿੰਦੇ ਕਿ ਡਾਕਟਰ ਸਾਹਿਬ ਯੂ ਆਰ ਮਾਈ ਐਲਦਰ ਅਲਦਰ ਬ੍ਰਦਰ ਐਂਡ ਨੀਲਮਕੌਰ ਜੀ ਨੀਲਮਕੌਰ ਇਜ਼ ਮਾਈ ਬੇਟੀ ਐਂਡ ਆਮੇ ਮੁ슬ਮ ਪੰਜਾਬੀ ਫਰੋਮ ਲਾਹੌਰ ਥੈਂਕ ਯੂ ਸੋ ਮਚ ਇਨੇ ਪਿਆਰ ਲਈ ਇਨੇ ਸਤਕਾਰ ਲਈ ਇਨੀ ਆਪਣਤ ਲਈ ਹਾਂਜੀ ਹਰਮਨ ਪੰਨੂ ਜੀ ਔਰ ਇਸੇ ਤਰ੍ਹਾਂ ਸਾਨੂੰ ਇਹ ਖਾਲਸਾ ਜਿੰਦਾਬਾਦ ਕਹਿੰਦੇ ਰੰਜੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਨੀਲਮਕੌਰ ਜੀ ਟੀਵੀ ਦੇ ਵਰਦੀ ਸਾਰੀ ਟੀਮ ਅਤੇ ਬਾਕੀ ਸਭ ਖਾਲਤਾਨੀਆਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਖਾਲਸਾ ਜਿੰਦਾਬਾਦ ਅਮਰੀਕਾ ਸਿੰਧਰ ਫਿਰ ਆਜ਼ਾਦ ਸਿੰਘ ਓਨਲੀ 1 ਸੋਲੂਸ਼ਨ ਖਾਲਸਾਣ ਬਿਊਰੋ ਕਹਿੰਦੇ ਨੇ ਐਂ ਸੁਖਵਿੰਦਰ ਸਿੰਘ ਜੀ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਫਿਰ ਇਸੇ ਤਰ੍ਹਾਂ ਸਾਨੂੰ ਫਤਿਹ ਬੁਲਾਉਂਦੇ ਨੇ ਫਿਰ ਇਸੇ ਤਰ੍ਹਾਂ ਅਮਰੀਕਾ ਸਿੰਧਰ ਕਹਿੰਦੇ ਰਾਜ ਸਾਹਿਬ ਜੀ ਇਹ ਗੱਲ ਕੈਨੀ ਜ਼ਰੂਰੀ ਹੈ ਕਿ ਸਾਡੇ ਮਤ ਭੇਦ ਹੋਣਗੇ ਐਂਡ ਬਸਰਾ 4759 ਜੀ ਐਂਡ ਫਿਰ ਇਸੇ ਤਰ੍ਹਾਂ ਸਿੰਘ ਨਵਜੋਤ ਸਿੰਘ ਨਵਜੋਤ ਬਲਜੀਤ ਵੜੈਚ ਲਖਵੀਰ ਸਿੰਘ ਕਲਾਰੀ ਇਹ ਸਭ ਸਾਨੂੰ ਫਤਿਹਪੁਰਾਂ ਦੇ ਖਾਲਸਾ ਜਿੰਦਾਬਾਦ ਕਹਿੰਦੇ ਨੇ ਫਿਰ ਇਸੇ ਤਰ੍ਹਾਂ ਸਤਨਾਮ ਧੋਜੀ ਕਹਿੰਦੇ ਕਿ ਡਾਕਟਰ ਸਾਹਿਬ ਜੀ ਜੇਕਰ ਕੱਲ ਨੂੰ 트ੰਪ ਦੀ ਸਰਕਾਰ ਆ ਜਾਂਦੀ ਹੈ ਤਾਂ ਕੀ ਉਹ ਵੀ ਸਿੱਖ ਕੌਮ ਦਾ ਸਾਥ ਦੇਵੇਗੀ ਜਾਂ ਨਹੀਂ ਇਹ ਕੋਈ ਜਿਹੜੀ ਵਾਈਟ ਹਾਊਸ ਦੀ ਸਿਆਸਤ ਹੈ ਇਹਨੂੰ ਵੀ ਅਲਟੀਮੇਟਲੀ ਪੈਂਟਾਗਨ ਰਨ ਕਰਦਾ ਹੈ ਉਹਨਾਂ ਦੀ ਆਪਣੀ ਡੀਪ ਸਟੇਟ ਹੈ ਸੋ ਮੇਰਾ ਨਹੀਂ ਖਿਆਲ ਕਿ ਕੋਈ ਜਿਹੜਾ ਖਾਸ ਤੌਰ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਇਸ ਮੁੱਦੇ ਤੇ 트੍ਰੰਪ ਦੀ ਪਹੁੰਚ ਵੀ ਉਹੀ ਹੋਏਗੀ ਕਿਉਂਕਿ ਕੋਈ ਅਮਰੀਕਨ ਪ੍ਰੈਜ਼ੀਡੈਂਟ ਨਹੀਂ ਚਾਹੇਗਾ ਕਿ ਥਰਡ ਰੀਟ ਇੰਡੀਆ ਵਰਗੀ ਪਾਵਰ ਆ ਕੇ ਅਮਰੀਕਨ ਸਿਟੀਜ਼ਨਸ ਦੀ ਜਾਂ ਦਾ ਖਾਊ ਬਣੇ ਸੋ ਕੁੱਲ ਮਿਲਾ ਕੇ ਸੋਸਾਇਟੀ ਤਾਂ ਜਿਹੜੀ ਹੈ ਉਹ ਕਾਫੀ ਪੋਲਰਾਈਜ਼ ਹੋਈ ਹੋਈ ਹੈ ਇਸ ਮੁੱਦੇ ਤੇ ਅੰਦਰੂਨੀ ਕੁਸ਼ੋਰ ਜਿਹੜੀ ਹੈ ਪੋਲਰਾਈਜ਼ੇਸ਼ਨ ਹੋਏਗੀ ਜ਼ਰੂਰ ਲੇਕਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਟਰੰਪ ਦੀ ਅਪਰੋਚ ਵੀ ਉਹੀ ਹੋਏਗੀ ਜਿਹੜੀ ਕਿ ਕਰੰਟ ਐਡਮਿਨਿਸਟ੍ਰੇਸ਼ਨ ਜੀ ਮਿਸ਼ਰਾ ਸਿੰਘ ਜਸਪਾਲ ਸਿੰਘ ਜਤਿੰਦਰ ਸਿੰਘ ਗੁਰਮਖ ਸਿੰਘ ਗੁਰਮਖ ਸਿੰਘ ਐਂਡ ਜਸਵੀਰ ਕੋਰ ਔਰ ਦਲਜੀਤ ਪਾਲ ਜਸਵਿੰਦਰ ਸਿੰਘ ਇਹ ਸਾਨੂੰ ਫਤਿਹ ਬਲਾਨੇ ਰੋਂ ਜਸਵਿੰਦਰ ਸਿੰਘ ਕਹਿੰਦੇ ਗੁਰਫਤੇ ਜੀ ਅਡਾਨੀਆਂ ਦੀ ਪ੍ਰੀ ਵੈਡਿੰਗ ਦੇ ਕੇ ਮਦਾਰੀ ਦਾ ਖੇਡ ਜਾਦ ਆ ਗਿਆ ਕਿਵੇਂ ਮਦਾਰੀ ਬਾਂਦਰ ਤੇ ਬਾਂਦਰੀ ਨੂੰ ਨਚਾਉਂਦਾ ਹੁੰਦਾ ਬਿਲਕੁਲ ਠੀਕ ਹੈ ਹਾਂਜੀ ਇੰਦਰਜੀਤ ਜੋੜ ਉਹ ਥੋੜਾ ਜਿਹਾ ਇੱਕ ਬਾਂਦਰੀ ਨੇ ਬਹੁਤ ਬਾਂਦਰੀਆਂ ਸੀ ਤਿੰਨ ਚਾਰ ਬਾਂਦਰ ਵੀ ਬੜੇ ਸੀ ਹਾਂਜੀ ਇੰਦਰਜੀਤ ਜੋੜ ਕਹਿੰਦੇ ਨੇ ਕਿ ਤਿੰਨ ਚਾਰ ਨਿਆਣਿਆਂ ਦੀ ਰਵਾਇਤ ਚਾਲੂ ਕਰਨ ਦੀ ਜ਼ਰੂਰਤ ਹੈ ਜਸਵੀਰ ਬਰਾਜ ਜੀ ਐਂਡ ਅਮਰ ਸਿੰਘ ਫਿਰ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਇੱਕ ਦਰਵੇਸ਼ ਜੋ ਦਾ ਬਾਬਾ ਮਾਨੋ ਚਾਹਲ ਔਰ ਬਹੁਤ ਹੀ ਵਧੀਆ ਕਵਿਤਾ ਨਾਲ ਨੇ ਕਹਾਂ ਹਾਂ ਜੀ ਹਮਦਾਨ ਦਨ ਹਾਂ ਜੀ ਅ ਇੱਕ ਅਸੀਂ ਇਹ ਦੱਸਦੀ ਆ ਕਿ ਸ਼ਾਇਦ ਇੱਕ ਸਾਡੀ ਈਮੇਲ ਜਿਹੜੀ ਹੈ ਉਹ ਚਾਲੂ ਹੋ ਗਈ ਹੈ ਤੁਸੀਂ ਕਿਉਂਕਿ ਟੈਸਟ ਈਮੇਲ ਅਸੀਂ ਕਰਕੇ ਦੇਖੀ ਉਹਨਾਂ ਨਾਲ رابطہ ਕਰਨ ਤੋਂ ਬਾਅਦ ਉਹ ਸਾਨੂੰ ਵਾਪਸ ਠੀਕ ਆਈ ਹੈ ਸੋ ਤੁਸੀਂ ਜਿਹੜੇ ਸਾਡੇ ਵਿਊਰ ਖਾਸ ਤੌਰ ਤੇ ਸਾਨੂੰ ਮੈਸੇਜ ਲਿਖਦੇ ਸੀ ਉਹ ਜ਼ਰੂਰ ਜਿਹੜਾ ਹੈ ਉਹ ਰਿਵਾਈਵ ਕਰੋ ਮੇਰਾ ਖਿਆਲ ਹੈ ਵੀ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਜੀ ਆ ਫੇਸਬੁਕ ਤੇ ਉੱਤੇ ਜਸਬੀਰ ਸਿੰਘ ਦਵਿੰਦਰ ਸਿੰਘ ਉਹਨਾਂ ਦੀ ਫਤਿਹ ਹੈ ਸਾਡੇ ਵੀਰ ਬਾਬ ਸਿੰਘ ਉਹਨਾਂ ਨੇ ਲਿਖਿਆ ਡਾਕਟਰ ਸਾਹਿਬ ਰਾਜ ਦੀ ਤਾਕਤ ਹੈ ਜੀ ਕਿੰਗ ਖਾਨ ਸ਼ਾਹਰੁਖ ਜੈ ਸ਼੍ਰੀ ਰਾਮ ਬੋਲਦਾ ਵੇਖਿਆ ਸੁਲਮਾਨ ਜੋ ਆਪਣੇ ਆਪ ਨੂੰ ਪਹਿਲਵਾਨ ਕਹਿੰਦਾ ਰਿਹਾ ਉਹਨੂੰ ਅਮਬਾਨੀ ਦੇ ਬੁਲਬਲੇ ਪੁੱਤ ਨੇ ਚੁੱਕ ਕੇ ਦਾਵਾ ਠੋਕ ਦਿੱਤਾ ਕਿ ਰਾਜ ਸਾਡਾ ਹੈ ਤੇ ਪਹਿਲਵਾਨ ਅਸੀਂ ਹਾਂ ਹਮਮ ਦਲਜੀਤ ਵਰਗੇ ਨਚਾਰ ਸਟੇਜ ਤੇ ਨਚਵਾ ਦਿੱਤੇ ਤੇ ਕਿਸਾਨਾਂ ਨੂੰ ਇਸ਼ਾਰਾ ਦਿੱਤਾ ਕਿ ਤੁਹਾਡਾ ਜਾਇਆ ਸਾਡੀ ਮਹਿਫਲ ਦੀ ਰੌਣਕ ਲਈ ਕਿਰਾਏ ਤੇ ਸਦਿਆ ਕਿ ਦੱਸਿਆ ਰਾਜ ਹਮਾਰਾ ਹੈ ਹਮ ਪਰ ਇਹਨਾਂ ਨੂੰ ਮੈਂ ਦੱਸ ਦੇਣਾ ਚਾਹਾਂਗਾ ਕਿ ਰਾਜ ਔਰੰਗਜ਼ੇਬ ਦਾ ਵੀ ਸੀ ਹਮ ਪੁੱਤ ਉਹਨੇ ਵੀ ਵਿਆਹਿਆ ਹੋਏਗਾ ਹਮ ਵਿਖਾਵਾ ਇਸ ਤੋਂ ਵੀ ਸ਼ਾਇਦ ਵੱਧ ਕੀਤਾ ਹੋਏਗਾ ਹਮ ਪਰ ਉਹ ਅੱਜ ਕਿੱਥੇ ਹੈ ਰਾਜ ਉਹਦਾ ਵੀ ਨਹੀਂ ਰਿਹਾ ਤੇ ਰਹਿਣਾ ਇਹਨਾਂ ਦਾ ਵੀ ਨਹੀਂ ਬਿਲਕੁਲ ਠੀਕ ਫਰਮਾਇਆ ਬੌਪਸਨ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਔਰ ਖਾਲਸਾ ਰਾਜ ਕਰੇਗਾ ਆਈਡੀ ਤੋਂ ਆ ਕਿ ਭਾਰਤ ਮਾਤਾ ਬਾਰਡਰ ਬਣਾ ਕੇ ਦੇ ਦਿੰਦਾ ਹੈ ਖਾਲਸਾ 사ジナ ਦੇ ਵਸ ਆ ਰਿਹਾ ਹੈ ਹਮ ਖਾਲਸਤਾਨੀ ਧਿਰਾਂ ਪੰਜਾਬ ਵਿਚਲੇ ਤਖਤ ਸਾਹਿਬ ਤੇ ਇਕੱਠੇ ਹੋ ਕੇ ਖਾਲਸਤਾਨ ਬਣ ਗਏ ਤੇ ਖਾਲਸਤਾਨੀ ਮੰਤਰੀ ਮੰਡਲ ਬਣਾਉਣ ਹਮ ਆਦਰਸ਼ਕ ਤੌਰ ਤੇ ਤਾਂ ਠੀਕ ਹੈ ਪਰ ਗਰਾਉਂਡ ਤੇ ਤਾਂ ਇਸ ਵੇਲੇ ਜੇ ਭਾਈ ਅਮਰਪਾਲ ਸਿੰਘ ਦੀ ਮਾਤਾ ਹੱਥ ਜੋੜ ਕੇ ਬੇਨਤੀ ਕਰਦੀ ਹੈ ਕਿ ਆਓ ਭਾਈ ਜੁਆਇਨ ਕਰੋ ਤੇ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਗਰਾਉਂਡ ਦੇ ਉੱਤੇ ਕਿਸ ਕਿਸਮ ਦਾ ਮਾਹੌਲ ਹੈ ਬਿਲਕੁਲ ਔਰ ਜਗ ਸਿੰਘ ਫਤਿਹ ਖਾਲਸਾ ਰਾਜ ਕਰੇਗਾ ਫਿਰ ਕਹਿੰਦੇ ਨੇ ਭਾਰਤ ਮਾਤਾ ਨੇ ਬਾਰਡਰ ਬੰਦ ਕੀਤਾ ਹੋਇਆ ਕਿ ਐਤਕੀ ਭਾਰਤ ਮਾਤਾ ਪੰਜਾਬ ਦੀ ਕਣਕ ਖਰੀਦੇਗੀ ਹਮ ਜੇ ਕਿਸਾਨਾਂ ਦੀ ਐਤਕੀ ਕਣਕ ਨਹੀਂ ਖਰੀਦੀ ਗਈ ਤਾਂ ਵੀ ਬੈਂਕਾਂ ਨੇ ਸਭ ਕੁਝ ਲੈ ਜਾਣਾ ਫਿਰ ਕਿਉਂ ਨਾ ਆਪਣੇ ਲਈ ਬੀਜਿਆ ਜਾਏ ਤੇ ਐਨ ਆਰ ਆਈ ਪੂਛ ਵਾਲਿਆਂ ਦੀਆਂ ਜ਼ਮੀਨਾਂ ਛੱਡ ਦੇਣ ਹਮ ਦੇਖੋ ਇਹ ਕੁਝ ਚੀਜ਼ਾਂ ਕਹਿਣੀਆਂ ਸੌਖੀਆਂ ਨੇ ਗਰਾਊਂਡ ਦੇ ਉੱਤੇ ਇਹਨੂੰ ਇੰਪਲੀਮੈਂਟ ਕਰਨਾ ਔਖਾ ਹੈ ਫਿਰ ਉਹਨਾਂ ਨੇ ਹਾਲਾ ਕ੍ਰੀਏਟਿਵ ਆਈਡੀਆਜ਼ ਨੇ ਐਵੇਂ ਹੋਏ ਤਾਂ ਕੀ ਕਹਿਣੇ ਬਿਲਕੁਲ ਪਰ ਉਹ ਕਹਿੰਦੇ ਨੇ ਕੋਈ ਨਵਾਬ ਕਪੂਰ ਸਿੰਘ ਵਰਗਾ ਲੱਭ ਕੇ ਖਾਲਸਾ ਸਾਜਨਾ ਦਿਵਸ ਤੇ ਖਾਲਸਤਾਨ ਦਾ ਨਵਾਬ ਥਾਪਦੇ ਵੋ ਭਾਰਤ ਮਾਤਾ ਪੁਰ ਪੁਰ ਕਦੀ ਦੇਖੋ ਸੋਨ ਸਿੰਘ ਮਾਹਲ ਦੀਪ ਸਿੰਘ ਕਹਿੰਦੇ ਨੇ ਭਾਰਤੀ ਮਾਨਸਿਕਤਾ ਦਾ ਸ਼ਿਕਾਰ ਹੋਈ ਇੱਕ ਸਪੈਨਿਸ਼ ਜੋੜੀ ਚਾਰਖੰਡ ਵਿੱਚ ਅਸੀਂ ਆਲਰੇਡੀ ਇਸ ਤੇ ਕਦਮ ਕੀਤੇ ਹੈ ਤੇ ਅਖੀਰਲਾ ਮੈਸੇਜ ਅਸੀਂ ਰਾਜਪੰਦਰ ਸੰਗਰਾਂ ਦਾ ਸਾਂਝਾ ਕਰ ਰਹੇ ਹਾਂ ਉਹਨਾਂ ਨੇ ਫਤਿਹ ਬੁਲਾਈ ਹੈ ਉਹਨਾਂ ਨੇ ਕਿਹਾ ਕਿ ਟੈਰਰਿਸਟ ਇੰਡੀਅਨ ਰੂਲਰਸ ਨੀਡ ਟੂ ਰਿਮੈਂਬਰ ਵਟ ਹੈਪਨ ਟੂ ਗਦਾਫੀ ਐਂਡ ਸਦਾਮ ਕੈਨ ਹੈਪਨ ਟੂ ਥੈਮ ਇਟਸ ਅ ਮੈਟਰ ਆਫ ਟਾਈਮ ਇਹ ਤੋ ਦੇਖੋ ਅਲਟੀਮੇਟਲੀ ਹਰ ਜ਼ਾਬਰ ਨੂੰ ਇਹ ਪਤਾ ਵੀ ਹੁੰਦਾ ਹੈ ਕਿ ਐਂਡ ਕੀ ਹੁੰਦਾ ਹੈ ਜ਼ੁਲਮ ਦਾ ਲੇਕਨ ਫਿਰ ਵੀ ਪਤਾ ਨਹੀਂ ਇਹ ਵੀ ਕੋਈ ਮਾਇਆ ਦੀ ਖੇਡ ਹੈ ਕਿ ਸ਼ੈਤਾਨ ਦਾ ਕਮਾਲ ਹੈ ਕਿ ਪਤਾ ਵੀ ਹੁੰਦਾ ਕੀ ਹੈ ਫਿਰ ਵੀ ਉਸ ਪਾਸੇ ਵਾਲੀ ੱਟਕੇ ਜਾਂਦੇ ਨੇ ਔਰ ਅਲਟੀਮੇਟਲੀ ਉਹ ਜਿਹੜੇ ਨੇ ਉਸ ਆਪਣੇ ਜ਼ੁਲਮਦਈ ਅਖੀਰ ਚ ਫਿਰ ਉਹਨਾਂ ਦਾ ਵੀ ਅੰਤ ਉਹੀ ਹੁੰਦਾ ਜਿਵੇਂ ਫਰੂਖਸियर ਨੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਲੱਗਿਆ ਕਿਹਾ ਸੀ ਕਿ 10 ਤੂੰ ਕਿਵੇਂ ਮਰਨਾ ਚਾਹੁੰਦਾ ਕਹਿੰਦਾ ਪਹਿਲਾਂ ਤੂੰ ਦੇਖ ਤੂੰ ਕਿਵੇਂ ਮਰਨਾ ਚਾਹੁੰਦਾ ਹੈ ਔਰ ਇਹ ਵੀ ਹਿਸਟਰੀ ਦੀ ਇੱਕ ਸਚਾਈ ਹੈ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨੇ ਕੀਤੇ ਗਿਆ ਸੀ ਅਕਾਂ ਲੱਡੀਆਂ ਵੀ ਸੀ ਤੇ ਫਰੂਖਸियर ਦਾ ਐਂਡ ਵੀ ਜਦੋਂ ਉਹਨੂੰ ਚੈਰੰਜ ਹੋਇਆ ਉਦ ਹੀ ਅੱਖਾਂ ਹੀ ਕੱਢੀਆਂ ਗਏ ਸੀ ਉਹ ਇਹ ਨਾਲ ਦੀ ਨਾਲ ਇਹ ਜਸਟਿਸ ਸਿਸਟਮ ਚੱਲ ਰਿਹਾ ਹੁੰਦਾ ਔਰ ਕਨਕਲੂਜਨ ਚ ਅਸੀਂ ਗੁਰੂ ਅਮਰਦਾਸ ਜੀ ਦਾ ਇੱਕ ਸ਼ਲੋਕ ਔਰ ਉਸ ਨਾਲ ਜੁੜੀ ਹੋਈ ਪਾਉੜੀ ਇਹ ਸਾਂਝੀ ਕਰਦੇ ਹਾਂ ਮਹੱਲਾ ਤੀਜਾ ਸ਼ਲੋਕ ਹੈ ਗੁਰ ਸੇਵਾ ਤੇ ਹਰ ਪਾਈ ਹੈ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਪੈ ਧਿਆਇਆ ਨਾਮ ਹਰੇ ਹੋਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਜੀ ਕਿ ਗੁਰੂ ਦੀ ਸੇਵਾ ਚੋਂ ਵਾਹਿਗੁਰੂ ਦਾ ਦਰਵਾਜ਼ਾ ਖੁੱਲਦਾ ਹੈ ਪਰ ਇਹ ਵੀ ਉਸਦੇ ਹਿੱਸੇ ਆਂਦਾ ਹੈ ਜਿਸ ਦੇ ਉੱਤੇ ਨਿਰੰਕਾਰ ਦਾ ਕਰਮ ਹੁੰਦਾ ਹੈ ਨਦਰ ਹੁੰਦੀ ਹੈ ਮਿਹਰ ਹੁੰਦੀ ਹੈ ਔਰ ਜਦੋਂ ਜਿਹੜਾ ਇਨਸਾਨ ਵਾਹਿਗੁਰੂ ਦੇ ਕਰਮ ਦੀ ਬਦੌਲਤ ਇਸ ਰਸਤੇ ਤੇ ਤੁਰ ਪੈਂਦਾ ਹੈ ਤੇ ਫੇਰ ਉਹ ਮਨੁੱਖ ਐਂਜਲ ਬਣ ਜਾਂਦਾ ਹੈ ਦੇਵਤਾ ਬਣ ਜਾਂਦਾ ਹੈ ਕਿਉਂਕਿ ਉਸ ਵਿੱਚ ਜਿਹੜੇ ਮਨੁੱਖਤਾ ਦੇ ਵਿਕਾਰ ਨੇ ਮਨੁੱਖ ਹੋਣ ਦਾ ਜਿਹੜਾ ਐਨੀਮਲ ਇਨਸਟਿੰਕਟ ਹੈ ਉਹ ਹੌਲੀ-ਹੌਲੀ ਖਤਮ ਹੋ ਜਾਂਦਾ ਹੈ ਡਿਵਾਈਨ ਇਨਸਟਿੰਕਟ ਰਹਿ ਜਾਂਦਾ ਹੈ ਅੱਛਾ ਹਉਮੈ ਮਾਰ ਮਲਾਈਨ ਗੁਰ ਕੈ ਸ਼ਬਦ ਪਰ ਉਸ ਦੇ ਵਿੱਚਲੀ ਹਉਮੈ ਖਤਮ ਹੋ ਜਾਂਦੀ ਹੈ ਉਹ ਆਕਾਰਪੁਰਖ ਨਾਲਿਕਮਿਕ ਹੁੰਦਾ ਹੈ ਗੁਰੂ ਦੇ ਸ਼ਬਦ ਤੇ ਆਮਨ ਰੱਖ ਕੇ ਉਹ ਇਸ ਪਾਪ ਸਾਗਰ ਤੋਂ ਪਾਰ ਹੁੰਦਾ ਹੈ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਤਿਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਰੱਬ ਦੀ ਬਖਸ਼ਿਸ਼ ਦੇ ਨਾਲ ਫਿਰ ਉਹਦੇ ਅੰਦਰ ਸਹਿਜ ਆ ਜਾਂਦਾ ਹੈ ਉਸ ਸਹਿਜ ਪਦ ਨੂੰ ਪ੍ਰਾਪਤ ਹੁੰਦਾ ਹੈ ਜ ਜਿਹਨੂੰ ਅਸੀਂ ਹਰ ਚੌਥੜੀ ਲਾਮ ਜਦੋਂ ਪੜੀ ਜਾਂਦੀ ਹੈ ਤੂੰ ਸਹਿਜ ਦੀ ਗੱਲ ਹੈ ਉਹ ਪਰਵਿਰਤੀ ਤੋਂ ਸ਼ੁਰੂ ਹੋ ਕੇ ਉਹ ਸਹਿਜ ਪਰਮ ਪਦ ਪਰਮ ਆਨੰਦ ਅਨੰਦ ਇਹ ਸਾਰੇ ਲਫ਼ਜ਼ ਸਟੇਟ ਆਫ ਟ੍ਰਾਂਕਵਿਲਟੀ ਜਿੱਥੇ ਤੁਹਾਡੇ ਮਨ ਦੇ ਵਿੱਚ ਫਿਰ ਫੁਰਨੇ ਨਹੀਂ ਰਹਿੰਦੇ ਸੰਕਲਪ ਕਲਪ ਨਹੀਂ ਹੁੰਦੇ ਸ਼ਿਕਾਇਤ ਨਹੀਂ ਹੁੰਦੀ ਕੋਈ ਜਿਹੜੀ ਹੈ ਉਹ ਹੋਮੈ ਮਾਈਨਸ ਹੁੰਦੀ ਹੈ ਔਰ ਉਹ ਸਟੇਟ ਆਫ ਬਲਿਸ ਸਟੇਟ ਆਫ ਐਕਸਟੈਸੀ ਸਟੇਟ ਆਫ ਆਨੰਦ ਇਸੇ ਸ਼ਲੋਕ ਦੀ ਇੰਟਰਪ੍ਰੀਟੇਸ਼ਨ ਚ ਪੌੜੀ ਹੈ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਨ ਹਰ ਭਗਤਾਂ ਨੂੰ ਦੇ ਆਨੰਦ ਫਿਰ ਘਰੀ ਬਹਾਲਿਆਂ ਪਾਪੀਆਂ ਨੂੰ ਨਾ ਦੇ ਫਿਰ ਰਹਿਣ ਚੁਣ ਨਰਕ ਕੋਰ ਚਾਲਿਆਂ ਹਰ ਭਗਤਾ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ ਜੋ ਸ਼ਲੋਕ ਸਿੱਖੇ ਭਾਈ ਜਿਹੜੇ ਰੱਬ ਵੱਲ ਤੁਰ ਪੈਂਦੇ ਨੇ ਉਹ ਐਂਜਲ ਬਣ ਜਾਂਦੇ ਨੇ ਉਹਨਾਂ ਦੇ ਅੰਦਰੋਂ ਮਾਇਆ ਦੀ ਉਹ ਪੋਖੀ ਮੁੱਕ ਜਾਂਦੀ ਹੈ ਉਹ ਸੈਪਰੇਸ਼ਨ ਮੁਖ ਜਾਂਦੀ ਹੈ ਔਰ ਉਸ ਸਹਿਜ ਦੇ ਵਿੱਚ ਵਸਤੇ ਨੇ ਜੀ ਔਰ ਇਹ ਵੀ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਹੁੰਦੀ ਹੈ ਕਿ ਕਿਸ ਤੋਂ ਵਾਹਿਗੁਰੂ ਆਪਣੀ ਬੰਦਗੀ ਕਰਾਏ ਕਿਹਨੂੰ ਆਪਣੇ ਹਰ ਆਪਣੀ ਭਗਤ ਕਰਾਏ ਵढਾਈ ਵਿਖਾਲੀਆਂ ਇਹ ਵਾਹਿਗੁਰੂ ਦੇ ਕੋਲ ਹੈ ਕਿ ਕਿਹਨੂੰ ਵਾਹਿਗੁਰੂ ਜਿਹੜਾ ਉਹ ਇਸ ਰਸਤੇ ਤੇ ਤੋਰਦਾ ਔਰ ਆਪਣੀ ਪ੍ਰਤੀਤ ਆਪ ਹੀ ਕਰਨ ਦਾ ਉਹ ਬਲ ਬਖਸ਼ਦਾ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਰਾਲੀਆਂ ਕਿਉਂਕਿ ਇਹ ਉਸ ਦੀ ਵਡਿਆਈ ਹੈ ਕਿ ਉਹਨੇ ਕਿਦੀ ਕਿਦੇ ਚ ਪ੍ਰਤੀਤ ਪੈਦਾ ਕਰਨੀ ਹੈ ਕਿਦੀ ਸੇਵਾ ਨੂੰ ਕਬੂਲਣਾ ਹੈ ਕਿਸ ਦੇ ਉੱਤੇ ਨਜ਼ਰ ਕਰਨੀ ਹੈ ਪਰ ਉਹ ਵਾਹਿਗੁਰੂ ਜਿਹੜਾ ਸੱਚਾ ਉਸ ਦਾ ਬੰਦਾ ਬਣ ਜਾਂਦਾ ਹੈ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਾਹਦਿਆਂ ਇਹ ਘਰ ਬੈਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਦਰਵਾਜ਼ਿਆਂ ਬਾਹਰ ਨਹੀਂ ਨਿਕਲਦੇ ਇਹ ਥਿਰ ਘਰ ਬੈਸੋ ਹਰ ਜਨ ਪਿਆਰੇ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਇਹ ਹੈ ਥਿਰ ਕਰ ਬਹਿ ਜਾਣਾ ਉਹ ਸਹਿਜ ਦੇ ਘਰ ਚ ਟ੍ਰੈਂਕੁਇਲਿਟੀ ਚ ਬਲਿਸ ਦੇ ਵਿੱਚ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੇਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਆਂ ਜਿੱਥੇ ਸਹਿਜ ਔਰ ਥਿਰ ਕਰ ਬੈਸਨ ਉਹਨਾਂ ਦੇ ਹਿੱਸੇ ਆਂਦਾ ਜਿਨ੍ਹਾਂ ਤੇ ਵਾਹਿਗੁਰੂ ਦੀ ਨਜ਼ਰ ਹੁੰਦੀ ਹੈ ਦੂਸਰੇ ਪਾਸੇ ਜਿਹੜੇ ਪਾਪੀ ਨੇ ਉਹਨਾਂ ਦਾ ਮਨ ਅਸਥਿਰ ਹੁੰਦਾ ਹੈ ਉਹ ਪਟਕਦੇ ਰਹਿੰਦੇ ਨੇ ਕਦ ਕਬ ਹੂੰ ਜੀੜਾ ਉਹ ਵੀ ਚੜਤ ਹੈ ਕਦ ਹੂੰ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਟਾ ਪਾਲੇ ਉਸ ਪਟਕਨ ਸੀ ਰਹਿੰਦੇ ਨੇ ਔਰ ਉਹ ਪਟਕਨ ਹੀ ਉਹਨਾਂ ਦੇ ਲਈ ਦੋਜ਼ਖ ਹੈ ਉਹਨਾਂ ਦਾ ਲਈ ਨਰਕ ਹੈ ਇੱਥੇ ਵੀ ਉੱਥੇ ਵੀ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਕਿ ਵਾਹਿਗੁਰੂ ਆਪਣੇ ਭਗਤਾਂ ਨੂੰ ਪਿਆਰ ਕਰਦੇ ਨੇ ਆਪਣੀ ਸੰਗਤ ਦਿੰਦੇ ਨੇ ਔਰ ਉਹਨਾਂ ਨੂੰ ਉਹ ਉਸ ਜਿਹੜਾ ਦੋਜ਼ਖ ਦੀ ਅੱਗ ਤੋਂ ਬਚਾਉਂਦੇ ਨੇ ਆਪਣੇ ਨਾਲ ਪਿਆਰ ਦੇ ਕੇ ਆਪਣੇ ਨਾਲ ਜੋੜ ਕੇ ਉਹਨਾਂ ਨੂੰ ਹਰ ਹਾਲਤ 'ਚ ਉਹਨਾਂ ਦੇ ਸਹਾਈ ਹੁੰਦੇ ਨੇ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇਸਨ ਆਪਣੇ ਵੀਰਸਪਨ ਨੇ ਇਜਾਜ਼ਤ ਈ ਵਿਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS ATV 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣ ਆ ਗਿਆ ਦੋ ਦੇਖਦੇ ਰਹੋ ਚੀਵੀ 4 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ